उन्होंने ऐ मतलब किया जी इंदिरा गांधी मारती, उन्होंने मदर का रिएक्शन देखना सी भी इन्हां नूं पता है नहीं पता। भाई बई वो तो इंदिरा गांधी के बिल्कुल नाल ही होंगे, हमेशा सज्जे खब्बे होंगे है, बई उन्होंने तो कुछ नहीं होया। ठीक ने भी तुसीं मैनूं उरे लैण आए हो। कौम का महान सूरमा जिहड़ा खिताब दिता, पर थोड़े लिए थोड़ा पिता सी दोनों भरावां दे लिए नेचर किवें दा सी? ਉਹ 8 ਸਾਲ ਤੋਂ ਇੰਦਰਾ ਗਾਂਧੀ ਦੇ ਨਾਲ ਸੀਗੇ। ਅੱਛਾ ਜੀ। 8 ਸਾਲ ਤੋਂ ਬੋਡੀਗਾਰਡ ਐਜ਼ ਅ ਬੋਡੀਗਾਰਡ ਸੀਗੇ ਤੇ ਉਹਨਾਂ ਦੀ ਪਬਲਿਕ ਡੀਲਿੰਗ ਤਾਂ ਸੀਗੀ ਨਹੀਂ ਕੋਈ, ਹਨਾ, ਤੇ ਇਸ ਲਈ ਉਹਨਾਂ ਦੀ ਜਿਹੜੀ ਕਿਰਤ ਕਮਾਈ ਉਹ 1 ਨੰਬਰ ਦੀ ਸੀ। ਆਪਣੇ ਮਤਲਬ ਲਾਇਲ ਸੀ ਆਪਣੇ ਡਿਊਟੀ ਪ੍ਰਤੀ, ਤੇ ਇਸ ਲਈ ਉਹ ਜਿੱਥੇ ਵੀ ਬਾਹਰ ਵੀ ਜਾਂਦੀ ਸੀ ਤੇ ਨਾਲ ਹੀ ਲੈ ਕੇ ਜਾਂਦੇ ਉਹਨਾਂ ਨੂੰ, ਮਤਲਬ ਉਹਨਾਂ ਦੀ ਡਿਊਟੀ ਉਹਦੇ ਨਾਲ ਹੀ ਲੱਗਦੀ ਸੀ। ਇਹ ਗੱਲ ਕੇਰ ਸਿੰਘ ਜੀ ਨੇ ਤੋਰੀ ਸੀ। ਪਹਿਲਾਂ ਤਾਂ ਫਾਦਰ ਸਾਹਿਬ ਨੂੰ ਜਿਵੇਂ ਸ਼ੌਕ ਜਿਹਾ ਲੱਗਿਆ ਯਾਰ ਵੀ ਆਪਾਂ ਐਵੇਂ ਕਿਵੇਂ ਕਰ ਸਕਦੇ ਹਾਂ, ਹੈ ਨਾ, ਬਈ ਆਪਾਂ ਤਾਂ ਸਿਕਿਉਰਿਟੀ ਵਿੱਚ ਹੈ ਉਹਦੀ। ਫਿਰ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਦੇਖਿਆ ਫਿਰ ਇਹਨਾਂ ਦਾ ਮਨ ਬਹੁਤ ਬਲੁੰਦਰਿਆ ਗਿਆ, ਬਈ ਯਾਰ ਇਹ ਤਾਂ ਬਹੁਤ ਮਤਲਬ ਗਲਤ ਹੋ ਗਿਆ, ਹੈ ਨਾ, ਬਈ ਸਾਡਾ ਅਜੇ ਹੁਣ ਅਕਾਲ ਤਖ਼ਤ ਹੀ ਢਾਤਾ ਤਾਂ ਸਿੱਖਾਂ ਦਾ ਰਹਿ ਕੀ ਗਿਆ। ਤਾਂ ਇੰਦਰਾ ਗਾਂਧੀ ਤੁਰੀ ਆਉਂਦੀ ਸੀ ਅਤੇ ਇਹਨਾਂ ਨੇ ਪਿਸਟਲ ਨੂੰ ਜਦ ਹੱਥ ਪਾਇਆ ਕੱਢੀ ਹੈ ਬਾਹਰ, ਤਾਂ ਇੰਦਰਾ ਗਾਂਧੀ ਨੇ ਪੁੱਛਿਆ ਇਹਨੂੰ ਬਈ ਆਹ ਕੀ ਕਰ ਰਹੇ ਹੋ ਬੇਅੰਤ ਸਿੰਘ, ਅਤੇ ਇਹਨਾਂ ਨੇ ਉਹਨੂੰ ਕਿਹਾ ਬਈ ਅਕਾਲ ਤਖ਼ਤ ਸਾਹਿਬ ਦਾ ਬਦਲਾ। ਫਿਰ ਨਾਲ ਹੀ ਸਤਵੰਤ ਸਿੰਘ ਜੀ ਨੇ ਬ੍ਰਸ਼ ਖੋਲ੍ਹਤਾ ਆਪਣਾ ਸਟੇਨਗਨ ਦਾ, ਇਹ ਵੀ ਭੱਜੇ ਨਹੀਂ ਹੈ, ਇਹ ਨਹੀਂ ਹੈ ਵੀ ਅਸੀਂ ਇਹ ਕੰਮ ਕਰਤਾ, ਭਾਜੋ ਇਹਨਾਂ ਨੇ ਹਥਿਆਰ ਗੇਰਤੇ ਦੋਹਾਂ ਨੇ ਅਤੇ ਹੱਥ ਖੜ੍ਹੇ ਕਰ ਲਏ। ਫਿਰ ਇਹਨਾਂ ਨੂੰ ਸੈਪਰੇਟ ਰੂਮ ਦੇ ਵਿੱਚ ਲੈ ਗਏ, ਸੈਪਰੇਟ ਰੂਮ ਦੇ ਵਿੱਚ ਲਿਜਾ ਕੇ ਜਦੋਂ ਸਤਵੰਤ ਸਿੰਘ ਥੱਲੇ ਗਿਰਿਆ ਅਤੇ ਫਾਦਰ ਸਾਹਿਬ ਨੇ ਦੇਖਿਆ ਬਈ ਉਹ ਜਿੱਦਾਂ ਥੱਲੇ ਪਏ ਦੇ ਨਾ ਗੋਲੀ ਲੱਗਿਆ ਮਾਰਨ, ਫਿਰ ਉਹ ਸਤਵੰਤ ਸਿੰਘ ਦੇ ਉੱਤੇ ਪੈ ਗਏ ਫਾਦਰ ਸਾਹਿਬ ਬਈ ਮੈਂ ਬਈ ਮੇਰੇ ਲੱਗੇ ਬਈ ਇਹਨੂੰ ਨਾ ਕੁਛ ਹੋਵੇ। ਫਿਰ ਉਹ ਫਿਰ ਮੌਕੇ 'ਤੇ ਹੀ ਉਹ ਸ਼ਹੀਦ ਹੋ ਗਏ ਅਤੇ ਸਗੋਂ ਸਤਵੰਤ ਸਿੰਘ ਦੇ ਵੀ ਗੋਲੀਆਂ ਜਿਹੜੀਆਂ ਲੱਗੀਆਂ ਫਾਦਰ ਸਾਹਿਬ ਦੇ ਵਿੱਚੋਂ ਹੀ ਜਾ ਕੇ ਲੱਗੀਆਂ। ਅਗਲੇ ਦਿਨ ਇਹਨਾਂ ਦਾ ਬਰਥਡੇ ਸੀ, ਹੁਣ ਕੱਲ੍ਹ ਇਹਨਾਂ ਦਾ ਬਰਥਡੇ ਹੈ। ਅੱਛਾ ਜੀ, ਜਦੋਂ ਭਾਈ ਸਾਹਿਬ ਹੁਣ ਨੇ ਇੰਦਰਾ ਗਾਂਧੀ ਨੂੰ ਸੋਧੇ ਉਸ ਤੋਂ ਅਗਲੇ ਦਿਨ ਬਰਥਡੇ ਸੀ। ਬਰਥਡੇ ਸੀ ਮੇਰੇ ਘਰੇ, ਆਪਣੇ ਘਰੇ ਵੀ ਨਾ ਸਾਰੀਆਂ ਤਿਆਰੀਆਂ ਸੀ, ਮਤਲਬ ਕੇਕ ਦੀ ਆਰਡਰ ਸੀਗਾ, ਕੇਕ ਸੀ, ਡੈਕੋਰੇਸ਼ਨ ਦਾ ਸਮਾਨ ਸੀ। ਕਿਸੇ ਨੂੰ ਨਹੀਂ ਪਤਾ ਵੀ ਸੰਸਕਾਰ ਕਿੱਥੇ 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 ਫੁੱਲ ਪਾਏ, ਕਿਹੜੀ ਰੀਤਾਂ ਨਾਲ ਅਸਥੀਆਂ ਵੀ ਨਹੀਂ ਦਿੱਤੀਆਂ ਗਈਆਂ, ਕੁਛ ਨਹੀਂ ਜੀ, ਕੁਛ ਵੀ ਨਹੀਂ ਜੀ, ਕੁਛ ਵੀ ਨਹੀਂ ਤੱਕ ਦਿੱਤੀ ਗਈ। ਤੇ ਹੁਕਮਨਾਮਾ ਲਿਖ ਕੇ ਨਾ ਥੱਲੇ ਟਿੱਕ ਮਾਰਿਆ ਹੋਇਆ ਸੀ, ਓਕੇ ਲਿਖਿਆ ਹੋਇਆ ਸੀ ਉਹਨਾਂ ਨੇ। ਅੱਛਾ। ਹਾਂ, ਉਹ ਹੁਕਮਨਾਮਾ ਆਇਆ ਸੀ ਗੁਰਸੇਵਾ ਤੇ ਸਭ ਸੁੱਖ ਉਪਜੈ ਫਿਰ ਦੁੱਗਣਾ ਲਾਗੇ ਆਈ, ਜੰਮਣ ਮਰਨ ਮਿਟ ਗਿਆ ਫਿਰ ਕਾਲ ਕਾ ਕਛ ਨਾ ਬਸਾਏ। ਕਾਫੀ ਲੋਕ ਇਦਾਂ ਦੇ ਵੀ ਕਹਿੰਦੇ ਨੇ ਕਿ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਇੰਦਰਾ ਗਾਂਧੀ ਦੀ ਸਿਕਿਉਰਿਟੀ ਦੇ ਵਿੱਚ ਸੀ, ਚਾਹੇ ਉਹ ਗਲਤ ਸੀ ਚਾਹੇ ਕੁਝ ਸੀ, ਪਰ ਉਹਨੂੰ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੋਨਾਂ ਸੂਰਮਿਆਂ ਦੇ ਉੱਪਰ ਸੀ, ਪਰ ਇਹਨਾਂ ਨੇ ਤਾਂ ਕਹਿੰਦੇ ਜੀ ਗਦਾਰੀ ਕੀਤੀ, ਕਹਿੰਦੇ ਉਹ ਸੋਧ ਦਿੱਤੀ ਗਈ। 91 ਚ ਮਦਰ ਹੋ ਗਏ, ਜਦੋਂ ਮਦਰ ਹੋਏ ਆ ਫਿਰ ਤਾਂ ਬਹੁਤ ਬੁਰਾ ਹਾਲ ਹੋਇਆ ਸਾਡਾ, ਫਿਰ ਤਾਂ ਪੁੱਛੋ ਨਾ, ਫਿਰ ਤਾਂ ਸਾਨੂੰ ਲਵਾਰੇ ਸ਼ਬਦ ਇੱਕ ਕਿਸਮ ਦੇ ਲਵਾਰੇ ਛੱਡਿਆ ਸੀ। ਹੋਸਟਲਾਂ 'ਚ ਪੜ੍ਹੇ, ਠੀਕ ਹੈ ਜੀ, ਇਹ ਵੀ 10ਵੀਂ 12ਵੀਂ ਹੋਸਟਲ 'ਚ ਪੜ੍ਹਿਆ, ਸਿਸਟਰ ਵੀ, ਮੈਂ ਵੀ 10ਵੀਂ ਤਾਂ ਹੋਸਟਲ ਪੜ੍ਹਿਆ, ਸਾਨੂੰ ਕੋਈ ਮਿਲਣੇ ਨਹੀਂ ਆਉਂਦਾ ਸੀ, ਸਾਨੂੰ ਸਿਰਫ ਮਾਸੀ ਮਿਲਣ ਆਉਂਦੀ ਸੀ ਬਸ। ਮੈਂ 12 ਪਾਸ ਹਾਂ, ਪਲੱਸ 2 ਕੀਤੀ, ਹਾਂ ਤਾਂ ਨਹੀਂ ਪਤਾ ਲੱਗਦਾ ਸੀ, ਹੈ ਨਾ, ਕੋਈ ਸਾਡੇ ਚਲੋ ਨਹੀਂ ਪੈਸੇ ਦੇਣੇ, ਕਦੇ ਉਹ ਗਾਈਡ ਏ ਕਰ ਦਿਓ ਯਾਰ ਕਿ ਤੁਸੀਂ ਬੱਚੋ ਤੁਹਾਡੀ ਪੜ੍ਹਾਈ ਬਹੁਤ ਜ਼ਰੂਰੀ ਆ, ਆ ਕਰੋ। ਫਿਰ ਅਸੀਂ ਨਸ਼ਿਆਂ 'ਚ ਪੈ ਗਏ, ਹੁਣ ਸੰਤ ਕੀ ਪਤਾ ਸੀ, ਜੋ ਸਾਡੇ ਆਲੇ ਦੁਆਲੇ ਹੁੰਦਾ ਸੀ ਉਹੀ ਕਰਦੇ, ਉਹੀ ਕਰਦੇ ਅਸੀਂ, ਕਰਦੇ ਰਹੇ ਪਹਿਲਾਂ ਕੀ ਕਰਦੇ ਰਹੇ, ਐਡਮਿਟ ਕਰਦਾ ਕਿਉਂਕਿ ਅੱਛਾ ਨਸ਼ੇ ਛੱਡਦੇ ਫਿਰ ਹੋਸ਼ ਆਈ ਸਾਨੂੰ, ਫਿਰ ਵੀ ਕੀ ਕਰਨਾ ਕੀ ਹੈ। ਇੱਥੇ ਤੱਕ ਤਾਂ ਅਸੀਂ 2007-08 ਤੋਂ ਤਾਂ ਗਲ ਹੀ ਰਹੇ ਸੀ ਪੰਜਾਬ 'ਚ, ਜੇ ਤਾਂ ਮੈਂ ਬਾਹਰ ਨਿਕਲਿਆ ਫਿਰ ਮੈਨੂੰ ਪਤਾ ਲੱਗਾ ਕਿ ਹਾਂ ਯਾਰ, ਫਿਰ ਅਸੀਂ ਪਹਿਲਾਂ ਤਾਂ ਮੈਂ ਦਾੜੀ ਵੀ ਟ੍ਰਿਮ ਕਰ ਲੈਂਦਾ ਸੀਗਾ, ਹੈ ਨਾ, ਸਭ ਕੁਛ, ਫਿਰ ਪਤਾ ਲੱਗਾ ਕਿ ਹਾਂ ਯਾਰ ਸਾਡੇ ਡੈਡੀ ਨੇ ਕੀ ਕੀਤਾ, ਉਹਨਾਂ ਦੀ ਲੈਗਸੀ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਪ੍ਰਥਮ ਟੀਵੀ ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ ਹਾਂ। 31 ਅਕਤੂਬਰ 1984 ਦਾ ਦਿਨ ਜਦੋਂ ਚੜ੍ਹਦਾ ਹੈ ਤਾਂ ਮਾਹੌਲ ਆਮ ਵਾਂਗ ਹੁੰਦਾ, ਪਰ ਜਦੋਂ ਹੀ ਸਵੇਰ ਦੇ 10 ਦੇ ਕਰੀਬ ਦਾ ਸਮਾਂ ਹੁੰਦਾ, 10 ਵੱਜਦੇ ਨੇ,
तो पूरे देश दे विच एक खबर फैलती आ कि इंदिरा गांधी नूं किसी ने गोलियां मार दित्तियां ने। इंदिरा गांधी की मौत हो जाती आ। गोलियां मारन वाले दो सूरमे भाई बेअंत सिंह ते भाई सतवंत सिंह उन्हां दे वल्लों अकाल तख्त साहब दे उपर होई फौजी कार्रवाई दे रोस दे वजों बदला लिया जाता है ते इंदिरा गांधी नूं दोषी दसते हुए उस नूं सोध दिता जाता है। लम्मा समा उस कांड नूं हो चुकिया है। इंदिरा गांधी की मौत नूं लम्मा समा हो चुकिया ते उन्हां गोलियां मारने वाले सूरमियां दे विचों शहीद भाई बेअंत सिंह जी की शहादत मौके ते ही हो जाती आ, जिस तों बाद लम्मा समा खाड़कू संघर्ष भी पंजाब दे विच चलदा। शहीद भाई बेअंत सिंह जी दे दो सपुत्र उन्होंने दो जिगर दे टोटे जिहड़े ने साडे नाल गल्लबात करन दे लई अज मौजूद ने। उन्हां दी शहादत बारे, उन्हां दी शख्सियत दे बारे, उन्हां दे पुत्तरां तों जाणांगे कि आखिर एडा वड्डा कौमी कार्ज करने वाला बेअंत सिंह असल दे विच है की सी। सिंह साहब वाहेगुरु जी का खालसा। वाहेगुरु जी का खालसा, वाहेगुरु जी की फतेह। सवाल जसविंदर जी थोड़े नाल मेरा के परिवार दे विच्चों जदों भी कोई चिणग लगती है, क्योंकि भाई बेअंत सिंह दी जेकर कुरबानी देखी जाए महान कुरबानी है, कौम दे विच सत्कार, कोई भी कुरबानी करन दी, कोई भी संघर्ष करन दी चिणग जदों लगती है तां परिवार दे विच्चों लगती है। परिवार बारे जाणांगे कि आखिर भाई बेअंत सिंह दा परिवार किवें दा सी, कौमी कारजां दे विच की परिवार शुरू तों ही शामिल सी। हांजी, साडा परिवार साडे पिता जी दे दादा जी इन्हां दे भैण भरा जिन्ने भी सी ये सारे गुरु नाल गुरु दे लड़ लगे हुए सी। अमृतधारी सिंह सी, सब ने अमृत छकिया होया सी ते ए सिक्खी नाल जुड़िया हुआ परिवार सी ते इत्थों तक कि जिन्ने मोर्चे लगे ने उन्हां च वी पार्टीसपेट कीता कि जदों दे मोर्चे तां कन्फर्म्ड ने साडे जिहड़े पिता जी दादा जी प्रताप सिंह उन्हां दे भरा भाई बेअंत सिंह जी दे भाई बेअंत सिंह दे दादा जी को इस पिंडों पांच छे सिंह गए सी, जिन्हां चों एक एक तां धर्म सिंह सी ते एक प्रताप सिंह सी शायद ते तीन चार सिंह होर सी, ओह जैतो दे मोर्चे च वी गए सी ते मैं सिक्खी तां शुरू तों सी परिवार च। मतलब परिवार दे विच चिणग जिहड़ी है इतिहास जिहड़ा ओह बणदा बणिया सी पहले ही। हांजी, शुरू तों ही सिक्खी सिख कौम दी हमायत कीती परिवार ने शुरू तों, जदों जिथे भी सिख कौम नूं है ना लोड़ पई है जिथे 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 जा सकते सी साढ़े दादे पड़दादे उत्तों सारे वो अपने कौमी फर्ज शुरू तो निभाते ही रहे हैं ते मैं लगता है शायद यही बहुत यही कारण है कि सिक्खी दी चिणक शुरू तो परिवार से सिख परिवार सिक्खी स्वरूप चा सिक्खी नाल जुड़िया होया सी। मैं लगता ये कारण सीगा कि भाई बेअंत सिंह ने एडा वड्डा एक कदम चक्या, क्योंकि सिक्खी नाल जुड़े हुए सी ते मैं लगता ये साढ़े दादा जी दे जिहड़े उन्होंने सिखाया सी कि सब तो पहला प्रायोरिटी धर्म है, जो धर्म ही नहीं बचिया तो सब खवार है। भाई सरबजीत सिंह जी उन्होंने सपुत्र जिहड़े ने नाल ने, सिंह साहब मैं ये जाणूंगा भाई बेअंत सिंह जी ने क्योंकि लम्मा समा दिल्ली पुलिस दे विच अपनियां सेवावां दित्तियां ने, प्राइम मिनिस्टर की सिक्योरिटी के रहना भी एक वड्डे माण वाली गल हो जाती है। पुलिस दे विच कदों भाई बेअंत सिंह जी भर्ती हुंदे ने, एक आम जे पिंड दा आम जे परिवार दा नौजवान जिहड़ा दिल्ली पुलिस दे विच मल्लां मार जांदा है किवें? जिहड़े साडे फादर साहब सीगे, एक तां इन्हां दी शुरू तो पढ़ाई च बहुत रुचि सीगी, कोई एवें नहीं है भी मतलब पढ़ाई च इंट्रस्ट नहीं सी, बहुत इंट्रस्ट सी साडा। साडे दादा जी दसदे हुंदे सी बई फादर साहब साडे दी लोच पढ़दे हुंदे सी, दीवे दी लोच पढ़दे सी, फिर उरे भी पढ़े हैं, फिर चंडीगढ़ कॉलेज भी कीता है उन्होंने। मैं कई बार फेसबुक ते उन्होंने सर्टिफिकेट्स भी पाउना हुंना ते उदो 23 सैक्टर कॉलेज हुंदा सी चंडीगढ़, उत्थे भी उन्होंने अपनी बीए दी या डिग्री कीती है, फिर यूनिवर्सिटी विच भी पढ़े हैं, फिर मतलब वो होनहार सीगे, मतलब एवें नहीं है बई वह शुरू तो ही लायक सी, पढ़न विच उन्हां दी बहुत रुचि सी, फिर उरियों दिल्ली चले गए भर्ती होने वास्ते। फिर अप्रोक्सीमेटली 75 या 76 की गल है, फिर उदों भर्ती हो गए सी। अच्छा, बतौर सब इंस्पैक्टर ही भर्ती होए सी। अच्छा, डायरैक्ट भर्ती सब इंस्पैक्टर दी सी? हाँ जी, डायरैक्ट भर्ती ही सब इंस्पैक्टर दी सी।
हाँ जी उस तो बाद भी मतलब कदे मौका मिला तो दिखावांगे उन्हां दे सर्टिफिकेट भी पए है एप्रीशिएशन दे भी दिल्ली पुलिस दे विच हो के उन्होंने जिहड़े नामी क्रिमिनल्स फड़े या डकैत फड़े उन्हां दे मेरे को सर्टिफिकेट्स पए हैं भी जिहड़ा दिल्ली पुलिस ने उन्होंने एप्रीशिएट किया जिन्हां कम्मां वास्ते वो सारा कुछ मेरे को पिया है बहुत मतलब लायक सी कोई एवें नहीं सीगे भी ਤੁਸੀਂ ਸਮਝਦੇ ਹੋ ਮੇਰਾ ਕਹਿਣਾ ਕੀ ਹੈ ਆਪਣੀ ਡਿਊਟੀ ਤੇ ਵੀ ਬਹੁਤ ਮਤਲਬ ਓਨੈਸਟੀ ਓਨੈਸਟੀ ਬਹੁਤ ਸੀ ਬਹੁਤ ਇਮਾਨਦਾਰ ਸੀ ਆਪਣੀ ਡਿਊਟੀ ਪ੍ਰਤੀ ਵੀ ਤੁਸੀਂ ਨੇ ਦੋ ਗੱਲਾਂ ਵੱਡੀਆਂ ਦੱਸੀਆਂ ਨੇ ਕਿ ਇੱਕ ਤਾਂ ਕ੍ਰਿਮੀਨਲਸ ਉਹਨਾਂ ਨੇ ਫੜੇ ਨੇ ਦਿੱਲੀ ਪੁਲਿਸ ਦੇ ਵਿੱਚ ਕਿਉਂਕਿ ਬੇਅੰਤ ਸਿੰਘ ਜੀ ਦਾ ਜਿੰਨਾ ਕੁ ਜੀਵਨ ਸੰਗਤ ਦੇ ਸਾਹਮਣੇ ਹੈਗਾ ਭਾਈ ਬੇਅੰਤ ਸਿੰਘ ਨੂੰ ਕੌਮੀ ਸ਼ਹੀਦ ਕਰਕੇ ਜਾਣਦੇ ਨੇ ਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ ਪਰ ਉਸ ਤੋਂ ਪਹਿਲਾਂ ਜੇਕਰ ਕ੍ਰਿਮੀਨਲਸ ਦੀ ਗੱਲ ਕਰੀਏ ਕਿੰਨੇ ਕੁ ਸਰਟੀਫਿਕੇਟ ਹੋਣਗੇ ਕਿੰਨੀਆਂ ਕੁ ਪ੍ਰਾਪਤੀਆਂ ਕਾਗਜ਼ਾਂ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਐਪਰੀਸ਼ੀਏਟ ਉਹਨਾਂ ਨੂੰ ਕੀਤਾ ਗਿਆ ਹੋਊਗਾ ਦੋਨੇ ਭਰਾਵਾਂ ਨੂੰ ਸਵਾਲ ਮੇਰਾ ਅਤੇ ਮੈਂ ਇੱਕ ਇੱਥੇ ਐਡ ਕਰਨਾ ਚਾਹੁੰਦਾ ਕਿ ਮੈਂ ਇੰਟਰਵਿਊ ਪੜ੍ਹ ਰਿਹਾ ਸੀ ਆਪਣੇ ਤਾਇਆ ਜੀ ਸ਼ਮਸ਼ੀਰ ਸਿੰਘ ਦੀ ਉਸ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਕਿ ਜਦੋਂ ਇਹਨਾਂ ਨੇ ਬੀ ਏ ਕਰ ਲਈ ਨਾ ਇਹ ਪੀ ਸੀ ਕੋਈ ਸਾਡੇ ਤਾਇਆ ਜੀ ਪੀ ਸੀ ਐੱਸ ਸੀ ਇਹ ਵੀ ਪੀ ਸੀ ਐੱਸ 'ਚ ਇੰਟਰਸਟਿਡ ਸੀ ਮਗਰ ਉਸ ਟਾਈਮ ਨਾ ਕਦੇ ਚੰਡੀਗੜ੍ਹ 'ਚ ਰਿਜ਼ਰਵੇਸ਼ਨ ਨਹੀਂ ਸੀ ਤਾਂ ਉਹ ਪੀ ਸੀ ਐੱਸ 'ਚ ਨਹੀਂ ਜਾ ਸਕੇ ਅਤੇ ਇਸ ਲਈ ਦਿੱਲੀ ਰਿਜ਼ਰਵੇਸ਼ਨ ਸੀ ਅਤੇ ਇਹ ਰਿਜ਼ਰਵੇਸ਼ਨ ਉਹਦੇ ਕੋਟੇ 'ਚ ਭਰਤੀ ਹੋਏ ਸਗੋਂ ਸਾਡੇ ਡੈਡੀ ਪੱਕੇ ਕਹਿੰਦੇ ਕਾਂਗਰਸ ਜਿਹੜੀ ਸੀ ਨਾ ਉਹਦਾ ਹਮਾਇਤ ਤਾਂ ਕਰਦੇ ਸੀ ਕਿਉਂਕਿ ਕਾਂਗਰਸ ਸੀ ਜਿਹੜੀ ਰਿਜ਼ਰਵੇਸ਼ਨ ਕੋਟੇ ਨੂੰ ਸਪੋਰਟ ਕਰਦੀ ਸੀ ਅਤੇ ਸਾਡੇ ਡੈਡੀ ਨੂੰ ਰਿਜ਼ਰਵੇਸ਼ਨ ਕੋਟੇ 'ਚੋਂ ਹੀ ਜੋਬ ਮਿਲੀ ਅਤੇ ਇਸ ਲਈ ਉਹ ਕਾਂਗਰਸ ਨੀਤੀਆਂ ਨਾਲ ਵੀ ਸਹਿਮਤ ਸੀ ਅੱਛਾ ਮਤਲਬ ਕਾਂਗਰਸ ਦੇ ਕਿਤੇ ਨਾ ਕਿਤੇ ਸ਼ਹਾਦਤ ਤੋਂ ਪਹਿਲਾਂ ਸਮਰਥਕ ਜਿਹੜੇ ਨੇ ਪਰਿਵਾਰ ਕਾਂਗਰਸ ਦਾ ਸਮਰਥਕ ਰਿਹਾ ਨੌਕਰੀ ਰਿਜ਼ਰਵੇਸ਼ਨ 'ਚੋਂ ਮਿਲੀ ਹੈ ਅਤੇ ਕਾਂਗਰਸ ਜਦੋਂ ਆਪਣੇ ਭੀਮ ਰਾਓ ਅੰਬੇਡਕਰ ਜੀ ਨੇ ਉਹ ਬਣਾਇਆ ਰਿਜ਼ਰਵੇਸ਼ਨ ਅਤੇ ਕਾਂਗਰਸ ਨੇ ਉਹਨੂੰ ਇੰਦਰਾ ਗਾਂਧੀ ਨੇ ਵੀ ਸਪੋਰਟ ਕੀਤਾ ਕਿ ਹਾਂ ਰਿਜ਼ਰਵੇਸ਼ਨ ਹੋਣੀ ਚਾਹੀਦੀ ਜਿਹੜੇ ਪਿਛਲੇ ਵਰਗ ਰਹਿ ਗਏ ਅੱਗੇ ਆਉਣੇ ਚਾਹੀਦੇ ਹੈ ਅਤੇ ਇਸ ਲਈ ਉਹ ਕਾਂਗਰਸ ਨੀਤੀਆਂ ਤੋਂ ਵੀ ਬੜੇ ਉਹ ਪ੍ਰਭਾਵਿਤ ਸੀ ਹਾਂਜੀ ਸਿੰਘ ਸਾਹਿਬ ਹੁਣ ਸਰਟੀਫਿਕੇਟਸ ਦੀ ਗੱਲ ਆਉਂਦੀ ਹੈ ਤੁਸੀਂ ਵੱਡੀ ਗੱਲ ਦੱਸੀ ਕਿ ਉਹਨਾਂ ਦੇ ਐਪਰੀਸ਼ੀਏਸ਼ਨ ਸਰਟੀਫਿਕੇਟ ਜਿਹੜੇ ਨੇ ਦਿੱਲੀ ਪੁਲਿਸ ਦੇ ਅਫਸਰਾਂ ਵੱਲੋਂ ਦਿੱਤੇ ਗਏ ਨੇ ਉਹਨਾਂ ਨੂੰ ਕਿੰਨੇ ਕੁ ਸਰਟੀਫਿਕੇਟ ਹੋਣਗੇ ਜਿਹੜੇ ਦਿੱਲੀ ਪੁਲਿਸ ਵੱਲੋਂ ਮਿਲੇ ਮੈਂ ਚਾਰ ਪੜ੍ਹੇ ਸੀ ਮਤਲਬ ਚਾਰ ਤਾਂ ਮੇਰੇ ਕੋਲ ਹੈਗੇ ਆ ਤਿੰਨ ਚਾਰ ਮਤਲਬ ਹੈਗੇ ਆ ਮੇਰੇ ਕੋਲ ਪਏ ਆ ਤੇ ਜਦੋਂ ਹਾਂਜੀ ਤੇ ਮੈਂ ਕਹੋ ਨਾ ਨਾਲੇ ਉਹਨਾਂ ਦੀ ਕਿਰਤ ਕਮਾਈ ਸੀ ਨਾ ਓਨੈਸਟੀ ਦੀ ਸੀਗੀ ਕਿਉਂਕਿ ਉਹ 8 ਸਾਲ ਤੋਂ ਇੰਦਰਾ ਗਾਂਧੀ ਦੇ ਨਾਲ ਸੀਗੇ ਅੱਛਾ ਜੀ 8 ਸਾਲ ਤੋਂ ਬੋਡੀਗਾਰਡ ਸੀਗੇ ਤੇ ਉਹਨਾਂ ਦੀ ਪਬਲਿਕ ਡੀਲਿੰਗ ਤਾਂ ਸੀਗੀ ਨਹੀਂ ਕੋਈ ਹਨਾ ਤੇ ਇਸ ਲਈ ਉਹਨਾਂ ਦੀ ਜਿਹੜੀ ਕਿਰਤ ਕਮਾਈ ਉਹ ਇੱਕ ਨੰਬਰ ਦੀ ਸੀ ਕਿਉਂਕਿ ਜੋ ਪਬਲਿਕ ਡੀਲਿੰਗ ਹੀ ਨਹੀਂ ਹੈ ਤਾਂ ਤੁਹਾਡਾ ਤੁਸੀਂ ਤਾਂ ਕੁਛ ਕਰ ਨਹੀਂ ਸਕਦੇ ਉੱਪਰ ਥੱਲੇ ਉਹਨੇ ਪਬਲਿਕ ਡੀਲਿੰਗ ਤਾਂ ਸੀਗੀ ਨਹੀਂ ਉਹ ਤਾਂ ਆਪਣੇ ਘਰੋਂ ਇੰਦਰਾ ਗਾਂਧੀ ਦੇ ਉੱਥੇ ਜਾਂਦੇ ਸੀ ਆਪਣੀ ਸਕਿਉਰਿਟੀ ਕਰਦੇ ਵਾਪਸ ਆ ਜਾਂਦੇ ਸੀ ਅਤੇ ਉਹਨਾਂ ਦੀ ਕਿਰਤ ਵੀ ਇੱਕ ਨੰਬਰ ਦੀ ਜੀ ਤੁਸੀਂ ਵੱਡੀ ਗੱਲ ਦੱਸੀ ਕਿ ਭਾਈ ਸਾਹਿਬ ਉਹਨਾਂ ਦੀ ਡਿਊਟੀ 8 ਸਾਲ ਜਿਹੜੀ ਆ ਇੰਦਰਾ ਗਾਂਧੀ ਨਾਲ ਪ੍ਰਾਈਮ ਮਿਨਿਸਟਰ ਦੇ ਨਾਲ ਰਹੀ ਹਾਂ ਜਿਨ੍ਹਾਂ ਨੂੰ ਕਿਤੇ ਆਮ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਆਮ ਲੋਕ ਮਿਲਣ ਨੂੰ ਤਰਸਦੇ ਨੇ ਉਹਨਾਂ ਨਾਲ ਰੋਜ਼ ਦੇਖਦੇ ਹੋਣਗੇ ਗੱਲਬਾਤ ਹੁੰਦੀ ਹੋਊਗੀ 8 ਸਾਲ ਦਾ ਲੰਮਾ ਸਮਾਂ ਜਿਹੜਾ ਉਹਨਾਂ ਦੇ ਵਿੱਚ ਰਹੇ ਨੇ ਅਤੇ ਗੱਲਾਂ ਕੁਛ ਦੱਸਦੇ ਸੀ ਪਰਿਵਾਰ ਨੂੰ ਇੰਦਰਾ ਗਾਂਧੀ ਬਾਰੇ ਅਕਸਰ ਜ਼ਿਕਰ ਵਗੈਰਾ ਹੁੰਦਾ ਸੀ ਜੀ ਤੁਸੀਂ ਮੈਂ ਕਹਿੰਦਾ ਬੈਟਰ ਦੱਸ ਸਕਦੇ ਹੋ ਕਿਉਂਕਿ ਤੁਸੀਂ ਵੱਡੇ ਸੀ ਨਹੀਂ ਆ ਮੈਂ ਵੀ ਕੋਈ ਜ਼ਿਆਦਾ ਵੱਡਾ ਨਹੀਂ ਸੀ ਮੈਂ 6 ਸਾਲ ਦਾ ਸੀ ਜਦੋਂ ਫਾਦਰ ਸਾਹਿਬ ਨੇ 84 ਦਾ ਇਹ ਸਾਰਾ ਕੁਛ ਹੋਇਆ ਅਤੇ ਇੰਨਾ ਕੁ ਸਾਨੂੰ ਪਤਾ ਹੈ ਬਈ ਸਾਡੇ ਫਾਦਰ ਸਾਹਿਬ ਬਹੁਤ ਲਾਇਕ ਸੀ ਅਤੇ ਜਿੱਦਾਂ ਵੀ ਮਤਲਬ ਇੰਦਰਾ ਕਿਤੇ ਫੋਰਨ ਦੇ ਵਿੱਚ ਵੀ ਜਾਂਦੀ ਸੀ ਜਿਵੇਂ ਹੁਣ 84 ਤੋਂ ਪਹਿਲਾਂ ਥੋੜ੍ਹੀ ਦੇਰ ਪਹਿਲਾਂ ਇਹ ਜਪਾਨ ਗਈ ਸੀ ਮਤਲਬ ਜਿਵੇਂ ਇੱਕ ਤੁਸੀਂ ਕਹਿ ਲਓ ਵੀ ਲਾਇਕ ਪੁਲਿਸ ਅਫਸਰ ਹੋਣ ਦੇ ਨਾਤੇ ਅਤੇ ਉਹਨਾਂ ਨੂੰ ਐਜ਼ ਆ ਸਿਕਿਉਰਿਟੀ ਭੇਜਿਆ ਜਾਂਦਾ ਸੀ ਇੰਦਰਾ ਗਾਂਧੀ ਦੇ ਨਾਲ ਬਾਹਰ ਵੀ ਅੱਛਾ ਵਿਦੇਸ਼ ਵੀ ਭਾਈ ਸਾਹਿਬ ਹੋਣੀ ਇੰਦਰਾ ਗਾਂਧੀ ਨਾਲ ਜਾਂਦੇ ਸੀ ਬਿਲਕੁਲ ਜੀ ਬਿਲਕੁਲ ਜਾਂਦੇ ਸੀ ਕਿਉਂਕਿ ਐਕਚੁਅਲੀ ਉਹ ਨਾ ਆਪਣੇ ਮਤਲਬ ਲੋਇਲ ਸੀ ਆਪਣੇ ਡਿਊਟੀ ਪ੍ਰਤੀ ਅਤੇ ਇਸ ਲਈ ਉਹ ਜਿੱਥੇ ਵੀ ਬਾਹਰ ਵੀ ਜਾਂਦੀ ਸੀ ਅਤੇ ਨਾਲ ਹੀ ਲੈ ਕੇ ਜਾਂਦੇ ਉਹਨਾਂ ਨੂੰ ਮਤਲਬ ਉਹਨਾਂ ਦੀ ਡਿਊਟੀ ਉਹਦੇ ਨਾਲ ਹੀ ਲੱਗਦੀ ਸੀ ਬਈ ਇਹ ਬੇਅੰਤ ਸਿੰਘ ਨਾਲ ਹੀ ਜਾਣਗੇ ਤੇ ਜਿਹੜੀ ਹੁਣ ਦਿਮਾਗ ਚ ਆ ਗਈ ਜਾਂ ਫਿਰ ਬੋਡੀਗਾਰਡ ਹੁੰਦੇ ਨਾ ਤੇ ਬੋਡੀਗਾਰਡ ਤਾਂ ਉਹੀ ਰੱਖਦੇ ਜਿਹਨਾਂ ਦਾ ਨਿਸ਼ਾਨਾ ਪੂਰਾ ਸਹੀ ਨਿਸ਼ਾਨਾ ਹੈ ਪੂਰੇ ਫਿਜ਼ੀਕਲੀ ਫਿੱਟ ਨੇ ਕਿ ਹੱਥੋਂ ਪਾਈ ਵੀ ਕੁਛ ਹੋਵੇ ਮਗਰ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਪੂਰੇ ਤਕੜੇ ਹੈ ਸੀਗੇ ਫਿਜ਼ੀਕਲੀ ਫਿੱਟ ਸੀ ਨਿਸ਼ਾਨਾ ਵੀ ਪੂਰਾ ਉਹਨਾਂ ਦਾ ਬਿਲਕੁਲ ਸਹੀ ਸੀ ਤਾਂ ਹੀ ਪ੍ਰਾਈਮ ਮਿਨਿਸਟਰ ਸਕਿਉਰਿਟੀ 'ਚ ਲੱਗਦੇ ਹੈ ਕਿਉਂਕਿ ਕ੍ਰਾਈਟੀਰੀਆ ਹੁੰਦਾ ਮਗਰ ਹਰੇਕ ਪੱਖੋਂ ਹਨਾ ਹਰੇਕ ਪੱਖੋਂ ਹੀ ਉਹ ਬਹੁਤ ਮਤਲਬ ਕਿ ਹਰੇਕ ਫੀਲਡ ਜੋ ਵੀ ਸੀ ਉਹਨਾਂ ਨੇ
ਮਗਰ ਪੂਰਾ ਤੁਸੀਂ ਤਾਂ ਕੀਤਾ ਤੁਸੀਂ ਫਿਜ਼ੀਕਲ ਫਿਟਨੈਸ ਦੀ ਗੱਲ ਕੀਤੀ ਹੈ ਮੈਂ ਫਿਰ ਸਵਾਲ ਇਹ ਤੁਹਾਨੂੰ ਹੀ ਕਰਦਾ ਕਿ ਫਿਜ਼ੀਕਲ ਫਿਟਨੈਸ ਦੀ ਗੱਲ ਕੀਤੀ ਫਿਜ਼ੀਕਲ ਫਿੱਟ ਜਿਹੜਾ ਹੈ ਇੱਕ ਪਲੇਅਰ ਹੋ ਸਕਦਾ ਜਿਹੜਾ ਕੋਈ ਗੇਮ ਖੇਡਦਾ ਹੋਵੇ ਕਿਉਂਕਿ ਭਾਈ ਸਤਵੰਤ ਸਿੰਘ ਜੀ ਦਾ ਆਉਂਦਾ ਕਿ ਉਹ ਕੁਸ਼ਤੀ ਕਰਦੇ ਸੀ ਇੱਕ ਦੋ ਜਗ੍ਹਾ ਸੁਣਿਆ ਕਿ ਹਨੂਮਾਨ ਦੇ ਅਖਾੜੇ ਦੇ ਨਾਮ ਤੇ ਕੁਝ ਸੀ ਜਿੱਥੇ ਘੋੜੇ ਹੁੰਦੇ ਸੀ ਭਾਈ ਬੇਅੰਤ ਸਿੰਘ ਜੀ ਵੀ ਕੋਈ ਗੇਮ ਕਰਦੇ ਸੀ ਕੋਈ ਸੀ ਮੈਂ ਗੇਮ ਦਾ ਤਾਂ ਭਰਾ ਨਹੀਂ ਜਿਆ ਤਾਂ ਮੇਰੇ ਖਿਆਲ ਨਾਲ ਤਾਂ ਮਤਲਬ ਪਹਿਲਾਂ ਬੇਸ਼ੱਕ ਕਰਦੇ ਹੋਣ ਤੇ ਸਾਡੀ ਨੌਲੇਜ ਦੇ ਵਿੱਚ ਨਹੀਂ ਹੈ ਕਿਉਂਕਿ ਅਸੀਂ ਜਿੱਥੇ ਰਹਿੰਦੇ ਸੀ ਮੈਨੂੰ ਪਤਾ ਵੀ ਉੱਥੇ ਨਹੀਂ ਕੋਈ ਇਹੋ ਜਿਹਾ ਗਰਾਊਂਡ ਹੀ ਨਹੀਂ ਸੀ ਵੀ ਜਿੱਥੇ ਬੰਦਾ ਜਾ ਕੇ ਬਈ ਕੋਈ ਫਿਜ਼ੀਕਲ ਮਤਲਬ ਗੇਮਿੰਗ ਕਰ ਸਕੇ ਕਿਹੜੇ ਇਲਾਕੇ ਦੇ ਵਿੱਚ ਰਹਿੰਦੇ ਸੀ ਜੀ ਤੁਸੀਂ ਦਿੱਲੀ ਦਾ ਕਿਹੜਾ ਇਲਾਕਾ ਸੀ ਅਸੀਂ ਜੀ ਹੋਟਲ ਸਮਰਾਟ ਦੇ ਸਾਹਮਣੇ ਨਾ ਅਸ਼ੋਕਾ ਪੁਲਿਸ ਲਾਈਨ ਹੈ ਉੱਥੇ 6 ਨੰਬਰ ਫਲੈਟ ਦੇ ਵਿੱਚ ਰਹਿੰਦੇ ਸੀ ਅਤੇ ਮੈਂ ਪਿਛਲੇ ਸਾਲ ਜਾ ਕੇ ਆਇਆ ਹੁਣ ਉਹ ਪਤਾ ਕੀ ਜਿੱਥੇ ਮੋਦੀ ਦਾ ਪ੍ਰੈਜ਼ੀਡੈਂਸ ਹੈ ਅਤੇ ਜਿੱਥੇ ਉਹ ਅਸ਼ੋਕਾ ਪੁਲਿਸ ਲਾਈਨ ਉਹਦੀ ਕੰਧ ਲੱਗਦੀ ਕੰਧ ਨਾਲ ਕੰਧ ਲੱਗਦੀ ਹੈ ਕਰੰਟਲੀ ਵੀ ਮੈਨੂੰ ਦਿੱਲੀ ਕੰਮ ਸੀਗਾ ਤੇ ਮੈਂ ਦੇਖ ਕੇ ਆਇਆ ਉੱਥੇ ਪ੍ਰੋਪਰ ਬਹੁਤ ਹਾਈ ਸਿਕਿਉਰਿਟੀ ਵਾਲਾ ਏਰੀਆ ਹੈ ਤੁਸੀਂ ਉੱਥੇ ਚਿੜੀ ਵੀ ਨਹੀਂ ਫੜਕ ਸਕਦੇ ਤੁਹਾਡਾ ਜਨਮ ਦੋਨੇ ਭਰਾਵਾਂ ਦਾ ਦਿੱਲੀ ਦਾ ਜੀ ਜਾਂ ਪਿੰਡ ਦਾ ਤਿੰਨਾਂ ਦਾ ਦਿੱਲੀ ਦਾ ਜੀ ਦਿੱਲੀ ਦਾ ਜਨਮ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਅਕਾਲ ਤਖ਼ਤ ਸਾਹਿਬ ਦੇ ਹੋਏ ਹਮਲੇ 'ਤੇ ਉੱਪਰ ਆਉਂਦੇ ਹਾਂ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਨੇ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਮੈਨੂੰ ਲੱਗਦਾ ਸਿੰਘ ਸਾਹਿਬ ਤੁਸੀਂ ਜ਼ਿਆਦਾ ਥੋੜ੍ਹੀ ਜਿਹੀ ਸੋਝੀ ਸੀ ਤੁਹਾਨੂੰ 5-6 ਸਾਲ ਦੀ ਉਮਰ ਸੀ ਉਸ ਤੋਂ ਬਾਅਦ ਫਾਦਰ ਸਾਹਿਬ ਦੇ ਵਿਵਹਾਰ ਦੇ ਵਿੱਚ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਕੁਝ ਪਰਿਵਰਤਨ ਆਇਆ ਕੁਝ ਲੱਗਿਆ ਕਿ ਨਹੀਂ ਪਾਪਾ ਜਿਹੜੇ ਨੇ ਕੁਝ ਨਾ ਕੁਝ ਹੁਣ ਬਦਲੇ ਜੇ ਮਹਿਸੂਸ ਕਰ ਰਹੇ ਨੇ ਜਿਹੜੇ ਸਾਡੇ ਫਾਦਰ ਸਾਹਿਬ ਸੀ ਨਾ ਇਹ ਇੱਕ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਸਾਡਾ ਪਰਿਵਾਰਕ ਪਿਛੋਕੜ ਸੀ ਜਿਵੇਂ ਹੈ ਨਾ ਬਈ ਮੋਰਚਿਆਂ ਵਿੱਚ ਵੀ ਜਾਂਦੇ ਰਹੇ ਹੈ ਅਤੇ ਅੰਮ੍ਰਿਤ ਸਾਰਿਆਂ ਨੇ ਛਕਿਆ ਹੋਇਆ ਸੀ ਸਾਡੇ ਦਾਦਾ ਜੀ ਉਹਨਾਂ ਨੇ ਜਿੰਨੇ ਵੀ ਭੈਣ ਭਾਈ ਸੀ ਸਗੋਂ ਇੱਕ ਦੋ ਵਿੱਚ ਸੀਗੇ ਜਿਹੜੇ ਚੋਲੇ ਪਾ ਕੇ ਰੱਖਦੇ ਸੀ ਨਿੰਗ ਸੀਗੇ ਅਤੇ ਜਿਹੜੇ ਬਾਕੀ ਸਾਡੇ ਫਾਦਰ ਸੀਗੇ ਇਹ ਮਤਲਬ ਜਿਸ ਦਿਨ ਤਾਂ ਹੁੰਦੀ ਸੀ ਛੁੱਟੀ ਉਸ ਦਿਨ ਤਾਂ ਸਾਨੂੰ ਵੀ ਲੈ ਕੇ ਜਾਂਦੇ ਸੀ ਗੁਰਦੁਆਰਾ ਸਾਹਿਬ ਜਾਣਾ ਹੀ ਜਾਣਾ ਹੈ ਹੌਲੀਡੇ ਵਾਲੇ ਦਿਨ ਸੰਡੇ ਹੋਏ ਜਾਂ ਕੋਈ ਵੈਸੇ ਛੁੱਟੀ ਹੋਵੇ ਸਾਨੂੰ ਵੀ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਸੀ ਆਪ ਤਾਂ ਉਹ ਡੇਲੀ ਜਾਂਦੇ ਸੀ ਕਿਉਂਕਿ ਉਹਨਾਂ ਦਾ ਨੇੜੇ ਹੀ ਸੀ ਨਾ ਘਰ ਤੋਂ ਵੀ ਨੇੜੇ ਸੀ ਆਫਿਸ ਤੋਂ ਵੀ ਨੇੜੇ ਹੈ ਬੰਗਲਾ ਸਾਹਿਬ ਅਤੇ ਉਹ ਜਾਂਦੇ ਹੀ ਜਾਂਦੇ ਸੀਗੇ ਅਤੇ ਉਸੇ ਤੋਂ ਹੀ ਮਤਲਬ ਮਹਾਰਾਜ ਨਾਲ ਉਹਨਾਂ ਨੇ ਫਿਰ ਉੱਥੇ ਸੇਵਾ ਬਹੁਤ ਕਰਦੇ ਸੀ ਜੋੜਿਆਂ ਦੀ ਸੇਵਾ ਬਹੁਤ ਕਰਦੇ ਸੀ ਮੇਰੇ ਯਾਦ ਹੈ ਅਤੇ ਜੋੜਿਆਂ ਦੀ ਸੇਵਾ ਲੰਗਰ ਦੀ ਸੇਵਾ ਬਹੁਤ ਕਰਦੇ ਸੀ ਉਹ ਮਤਲਬ ਜਿਵੇਂ ਗੁਰੂ ਪ੍ਰਤੀ ਤਾਂ ਸ਼ੁਰੂ ਤੋਂ ਹੀ ਸਮਰਪਿਤ ਸੀ ਕੋਈ ਇਹੋ ਜਿਹੀ ਗੱਲ ਨਹੀਂ ਹੈ ਬਈ ਜੀ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਤਾਂ ਇੱਕਦਮ ਉਹਨਾਂ ਦੇ ਮਨ ਦੇ ਵਿੱਚ ਗੁਰੂ ਪ੍ਰਤੀ ਆਇਆ ਜਾਂ ਬਈ ਮੈਂ ਬਦਲਾ ਲਵਾਂ ਮਤਲਬ ਸਿੱਖੀ ਨਾਲ ਉਹ ਸ਼ੁਰੂ ਤੋਂ ਅਟੈਚ ਸੀ ਤਾਂ ਹੀ ਉਹਨਾਂ ਨੂੰ ਮਨ 'ਤੇ ਸੱਟ ਵੱਜੀ ਹੈ ਅਤੇ ਤਾਂ ਹੀ ਆ ਸਾਰਾ ਉਹਨਾਂ ਨੇ ਸਟੈਪ ਲਿਆ ਭਾਈ ਸਾਹਿਬ ਦੀ ਕੁਰਬਾਨੀ ਦੇ ਉੱਪਰ ਇੱਕ ਫਿਲਮ ਬਣੀ ਕੌਮ ਦੇ ਹੀਰੇ ਉਹਦੇ ਵਿੱਚ ਦਿਖਾਇਆ ਗਿਆ ਕਿ ਇੰਦਰਾ ਗਾਂਧੀ ਨੂੰ ਸੌਦਾ ਲਾਉਣ ਤੋਂ ਕੁਝ ਦਿਨ ਪਹਿਲਾਂ ਭਾਈ ਸਾਹਿਬ ਜਿਹੜੇ ਨੇ ਅੰਮ੍ਰਿਤਧਾਰੀ ਹੋ ਜਾਂਦੇ ਨੇ ਇਹ ਸੱਚ ਹੈ ਜੀ ਜਾਂ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਸੀਗੇ ਬਿਲਕੁਲ ਨਹੀਂ ਜੀ ਪਹਿਲਾਂ ਉਸ ਤੋਂ ਪਹਿਲਾਂ ਤਾਂ ਇਹ ਇੱਕ ਸਿੰਪਲ ਜਿਵੇਂ ਪੁਲਿਸ ਦਾ ਜੀਵਨ ਹੁੰਦਾ ਹੈ ਨਾ ਉਵੇਂ ਬਤੀਤ ਕਰਦੇ ਸੀਗੇ ਮਤਲਬ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੇ ਸੀਗੇ ਅੰਮ੍ਰਿਤਧਾਰੀ ਨਹੀਂ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇਹ ਸਾਰਾ ਅੰਮ੍ਰਿਤ ਛਕਿਆ ਹੈ ਮਤਲਬ ਸਾਰਾ ਚੇਂਜ ਆ ਗਿਆ ਉਸ ਤੋਂ ਬਾਅਦ ਤਾਂ ਫਿਰ ਪਾਠ ਵੀ ਬਹੁਤ ਕਰਦੇ ਸੀ ਬਹੁਤ ਪਾਠ ਕਰਦੇ ਸੀ ਕਿੰਨੇ ਕੁ ਦਿਨ ਪਹਿਲਾਂ ਜੀ ਇੰਦਰਾ ਗਾਂਧੀ ਨੂੰ ਸੋਧਣ ਤੋਂ ਕਿੰਨੇ ਕੁ ਦਿਨ ਪਹਿਲਾਂ ਜਿਹੜੇ ਅੰਮ੍ਰਿਤਧਾਰੀ ਹੋਏ ਸੀ ਮੇਰੇ ਖਿਆਲ ਨਾਲ ਇਹਨਾਂ ਨੇ 12 ਨਵੰਬਰ ਨੂੰ ਅੰਮ੍ਰਿਤ ਛਕਿਆ ਹੈ 12 ਜਾਂ 18 ਨਵੰਬਰ ਨੂੰ ਸਾਡੇ ਮਦਰ ਸੀ ਜਿਹੜੇ ਉਹ ਬੜੇ ਖੁਸ਼ ਹੋਏ ਬਈ ਕਿੱਥੇ ਇੱਕ ਮਤਲਬ ਪੁਲਿਸ ਵਾਲਾ ਹੈ ਨਾ ਸਾਰਾ ਪੁਲਿਸ ਵਾਲਾ ਜੀਵਨ ਜਿਉਣਾ ਸਾਰਾ ਮਤਲਬ ਆਪਣਾ ਸਮਝਦੇ ਹੀ ਹੋ ਤੁਸੀਂ ਹਾਂ ਅਤੇ ਉਸ ਤੋਂ ਬਾਅਦ ਕਿੱਥੇ ਸਾਰਾ ਕੁਛ ਹੀ ਚੇਂਜ ਹੋ ਗਿਆ ਫਿਰ ਉਹ ਸਾਡੇ ਮਦਰ ਵੀ ਇੰਨੇ ਪ੍ਰਭਾਵਿਤ ਹੋਏ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਵੀ ਅੰਮ੍ਰਿਤ ਛਕ ਲਓ ਸਾਡੇ ਮਦਰ ਨੇ ਵੀ ਅੰਮ੍ਰਿਤ ਛਕਿਆ ਮੇਰੇ ਖਿਆਲ ਨਾਲ 21 ਜਾਂ 22 ਅਕਤੂਬਰ ਨੂੰ
जजमेंट भी नहीं किसी नु होण दित्ती उन्होंने बई असि दोनों तिना ने प्लानिंग की अगले दिन बर्थडे सी कल इन्हां दा बर्थडे है अच्छा जी जो भाई साहब उन्होंने ने इंदिरा गांधी सोदे उस तो अगले दिन बर्थडे बर्थडे सी मेरे घरे अपने घरे भी ना सारिया तैयारियां सी मतलब केक दी ऑर्डर सीगा केक सी डेकोरेशन दा समान सी टॉफियां पईयां सी एक्चुअली उन्होंने भी ना थोड़ा जिहा एवें रचिया सी सिस्टम इंदिरा गांधी का बई अगले दिन जिवें बच्चे का बर्थडे है तो मैं घरे समान रख दूंगा भी घरदिया ने तो तैयारी वास्ते है ते वो फिर उवें पुलिस वालिया ने उवें आके पुछे भाई भी आह कहते भी मेरे तो बर्थडे तो बच्चे का बर्थडे है कल मैं तो तैयारी करनी है उदी थोड़े मदर तैयारी कर हाँ मदर क्योंकि जदों ये सारा कुछ होया तो ये ना उत्थे लेडी हार्डन चले गए पुलिस वाले तो उन्होंने ना मतलब जिवें तुहानू पता टैक्निकली मम्मी नू कहा कहिंदे भी रिएक्शन देखण वास्ते भी इंदिरा गांधी मारती उन्होंने ऐ मतलब कहा जी इंदिरा गांधी मारती उन्होंने मदर का रिएक्शन देखना सी भी इन्हों पता है नहीं पता जे तो इन्हों पता हुंदा फिर तो रिएक्शन कुछ होर होना सी ते सगो साढ़े मदर ने उन्हों कहा पुलिस वाले नू भाई बई वह तो इंदिरा गांधी के बिल्कुल नाल ही होंने हमेशा सज्जे खब्बे होंने है बई उन्होंने तो कुछ नहीं होया भी तुसी मैनु हाँ भी वह ठीक ने भी तुसी मैनु उरे लैन आए हो भी की गल है वह कहते जी कोई नहीं तुसी चलो तुहानू दसदे हैं सारी गल फिर उत्थे फिर थाने लै गए फिर उन्होंने 13-14 दिन रखिया फिर पिंड भी आए मलोए आए उरियों भी चाचे ताए जिन्ने सी सारिया नू लै गए सब नू लै गए सी जी कट्ठे ते उत्थे जाके उन्होंने 13-14 दिन सारिया नू रखिया सारिया नू प्रोपर इंटरोगेट होई मैनू दसदे आ कोई साडे फादर साहब दे बॉम्बे दे भी फ्रेंड सीगे उन्होंने भी चक लिया बॉम्बे तो उन्होंने भी मिलना जुलना चंगा सी वह भी आए हुए सी उत्थे सारे मतलब सारे बंदे कट्ठे कर ले ते किसे तो कोई नहीं गल किसे नू भी नहीं सी पता जी कौम दी वड्डी सेवा की थी। या दोनों भरावां नू फिर मेरा सवाल आ कौम दा महान सूरमा जिहड़ा खिताब दित्ता है पर थोड़े लई थोड़ा पिता सी दोनों भरावां दे लई नेचर किवें दा सी किते जिवें कह दिंदे ने एक बाप एक बच्चे नू अपने नू घूर दिंदा है इदां है ना ਉਹ ਸੀ ਘੂਰ ਦਿੰਦਾ ਸੀ ਪਹਿਲਾਂ ਪਹਿਲਾਂ ਜਵਾਬ ਮੈਂ ਥੋਤੋਂ ਲਊਂਗਾ ਫਿਰ ਵੀਰ ਜੀ ਤੱਕ ਮੈਂ ਜਾਊਂਗਾ ਬਿਲਕੁਲ ਉਹ ਨਾ ਮਤਲਬ ਉਹ ਆਪਣੇ ਸਾਡੀ ਸਭ ਤੋਂ ਉਹਨਾਂ 'ਚ ਜਿਹੜੀ ਗੱਲ ਸਾਡੀ ਉਹ ਕਰਦੇ ਸੀ ਨਾ ਉਹ ਸਾਡੀ ਪੜ੍ਹਾਈ ਦੀ ਬਹੁਤ ਫਿਕਰ ਕਰਦੇ ਹੁੰਦੇ ਸੀ ਸ਼ੁਰੂ ਤੋਂ ਹੀ ਸਾਡੇ ਮਦਰ ਵੀ ਬਹੁਤ ਕਰਦੇ ਸੀ ਬਈ ਪੜ੍ਹ ਲਓ ਪੜ੍ਹਨੇ ਨਾਲ ਐਵੇਂ ਸੀ ਬਈ ਆਪਾਂ ਅਸੀਂ ਉਹ ਸੁਸਾਇਟੀ 'ਚੋਂ ਮਤਲਬ ਉਹ ਕਲਾਸ 'ਚੋਂ ਆਉਂਦੇ ਹਾਂ ਬਈ ਅਸੀਂ ਕੋਈ ਐਨਸੈਸਟਰਲ ਤਾਂ ਕੁਛ ਨਹੀਂ ਹੈ ਹੈ ਨਾ ਬਈ ਜਿਵੇਂ ਆਪਾਂ ਜ਼ਮੀਨ ਕਹਿ ਲਈਏ ਜਾਂ ਕੁਛ ਹੋਰ ਕਹਿ ਲਈਏ ਉਹੋ ਜਿਹਾ ਤਾਂ ਕੁਛ ਨਹੀਂ ਹੈ ਉਦੋਂ ਪੇਰੈਂਟਸ ਨੂੰ ਇਹ ਹੁੰਦਾ ਸੀ ਬਈ ਜੇ ਇਹ ਪੜ੍ਹ ਜਾਣਗੇ ਤਾਂ ਕਿਉਂਕਿ ਉਹ ਆਪ ਆਫਿਸਰ ਸੀਗੇ ਵਧੀਆ ਮਤਲਬ ਫਾਦਰ ਵੀ ਕਿਉਂਕਿ ਪ੍ਰਮੋਸ਼ਨਾਂ ਹੋਣੀਆਂ ਸੀ ਉਹਨਾਂ ਨੇ ਪਤਾ ਨਹੀਂ SSP ਕਿੱਥੇ ਤੱਕ ਜਾਣਾ ਸੀ ਮਦਰ ਵੀ ਹੈੱਡ ਨਰਸ ਸੀਗੇ ਅਤੇ ਉਹਨਾਂ ਨੂੰ ਇਹ ਸੀ ਵੀ ਜੇ ਪੜ੍ਹ ਲੈਣਗੇ ਬੱਚੇ ਤਾਂ ਕੁਛ ਬਣ ਜਾਣਗੇ ਫਿਰ ਉਸ ਲਈ ਉਹਨਾਂ ਦਾ ਪੜ੍ਹਾਈ ਵੱਲ ਬਹੁਤ ਮਤਲਬ ਨੂੰ ਲੈ ਕੇ ਸਖਤ ਸੀ ਬਹੁਤ ਸਖਤ ਸੀਗੇ ਜੀ ਪੜ੍ਹਾਈ ਨਾਲ ਕੋਈ ਕੰਪਰੋਮਾਈਜ਼ ਨਹੀਂ ਸੀ ਕਦੇ ਥੱਪੜ ਥੁੱਪੜ ਪਏ ਜੀ ਦੋਨਾਂ ਨੂੰ ਮੈਂ ਕਹਿੰਦਾ ਜੀ ਮੇਰੇ ਯਾਦ ਹੈ ਵੀ ਸਾਡੀ ਮਾਤਾ ਜੀ ਵੀ ਮੈਨੂੰ ਮਤਲਬ ਦਿੱਲੀ ਦਾ ਥੋੜ੍ਹਾ ਥੋੜ੍ਹਾ ਯਾਦ ਹੈ ਬਈ ਜੇ ਅਸੀਂ ਕਿਤੇ ਮਾੜੇ ਮੋਟੇ ਬਿਮਾਰ ਹੁੰਦੇ ਸੀ ਨਾ ਤਾਂ ਵੀ ਸਾਨੂੰ ਸਕੂਲ ਭੇਜ ਦਿੰਦੇ ਸੀ ਛੁੱਟੀ ਨਹੀਂ ਸੀ ਕਰਾਉਂਦੇ ਬਿਮਾਰ ਨੂੰ ਵੀ ਸਕੂਲ ਭੇਜ ਦਿੰਦੇ ਸੀ ਜੇ ਥੋੜ੍ਹਾ ਬਹੁਤਾ ਬੁਖਾਰ ਹੋਵੇ ਹੁਣ ਹਾਂ ਬਈ ਜਾਣਾ ਵੀ ਪੜ੍ਹਾਈ ਨਹੀਂ ਮਿਸ ਕਰਨੀ ਤੁਸੀਂ ਵੀਰ ਜੀ ਤੁਹਾਡੇ ਨਾਲ ਕੋਈ ਇੱਦਾਂ ਦਾ ਸਾਡੇ ਮਤਲਬ ਫਾਦਰ ਦਾ ਯਾਦ ਹੀ ਮਾਤਾ ਜੀ ਤਾਂ ਬਹੁਤ ਸਟ੍ਰਿਕਟ ਸੀ ਹਾਂਜੀ ਸਟ੍ਰਿਕਟ ਰੱਖਿਆ ਉਹਨਾਂ ਨੇ ਮਤਲਬ ਕਿ ਪੜ੍ਹਾਈ 'ਚ ਤਾਂ ਬਹੁਤ ਨਾ ਕੋਈ ਕੰਪਰੋਮਾਈਜ਼ ਨਹੀਂ ਪੜ੍ਹਾਈ 'ਚ ਕੋਈ ਕੰਪਰੋਮਾਈਜ਼ ਨਹੀਂ ਅੱਛਾ ਇੱਕ ਨਾ ਜਦੋਂ ਇਹ ਹਿਸਟਰੀ ਪੜ੍ਹਦੇ ਹਾਂ ਕਿ ਇੰਦਿਰਾ ਗਾਂਧੀ ਨੂੰ ਸੋਧਿਆ ਗਿਆ ਭਾਈ ਸਤਵੰਤ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ ਜਾਂ ਉਹ ਘਟਨਾਕ੍ਰਮ ਸਾਰਾ ਬੁੱਕਸ ਦੇ ਵਿੱਚ ਪੜ੍ਹਦੇ ਇੱਕ ਗੱਲ ਬੜੀ ਆਉਂਦੀ ਕਿ ਇੰਦਿਰਾ ਗਾਂਧੀ ਦੇ ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਆਪਣੇ ਦੋਨੇ ਸਿੱਖ ਬੋਡੀਗਾਰਡਸ ਨੂੰ ਜਿਹੜਾ ਆਪਣੀ ਸਿਕਿਉਰਿਟੀ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ
ਇਹ ਗੱਲ ਬੜੀ ਨਿਕਲ ਕੇ ਸਾਹਮਣੇ ਆਉਂਦੀ ਤੁਹਾਡੇ ਤੱਕ ਮੇਰਾ ਸਵਾਲ ਹੈ ਸੱਚ ਹੈ ਜੀ ਬਿਲਕੁਲ ਇਹਨਾਂ ਦੀ ਡਿਊਟੀ ਬਦਲ ਦਿੱਤੀ ਗਈ ਸੀ ਨਹੀਂ ਬਦਲੀ ਇਹ ਗੱਲ ਚੱਲੀ ਸੀ ਉਹਨੂੰ ਸੁਜੈਸਟ ਕੀਤਾ ਗਿਆ ਸੀਗਾ ਇੰਦਰਾ ਗਾਂਧੀ ਨੂੰ ਕਿ ਆਪਣੇ ਸਾਰੇ ਸਿੱਖ ਬੋਡੀਗਾਰਡ ਹਟਾ ਲੈ ਮਗਰ ਉਹਨੇ ਕਿਹਾ ਨਹੀਂ ਮੈਂ ਹਟਾਣੇ ਨਹੀਂ ਹੈ ਉਹ ਕਹਿੰਦੀ ਵੀ ਜੇ ਮੈਂ ਇਹ ਹਟਾਨੀ ਹੈ ਨਾ ਇਹਨਾਂ ਨੂੰ ਤਾਂ ਫੇਰ ਮੇਰੇ ਤੇ ਹੋਰ ਬਲੇਮ ਆ ਜਾਏਗਾ ਵੀ ਇਹ ਸਿੱਖਾਂ ਦੀ ਐਂਟੀ ਸਿੱਖ ਹੈ ਬਈ ਇਹਨੇ ਹੁਣ ਸਿੱਖ ਵੀ ਕਰਤੇ ਆਪਣੇ ਸਿੱਖ ਵੀ ਕਰਤੇ ਉਹ ਫੇਰ ਪੋਲਿਟਿਕਸ ਉਹਨੇ ਪੋਲਿਟੀਕਲ ਫਸ ਜਾਣਾ ਪੋਲਿਟੀਕਲੀ ਫਸ ਜਾਣਾ ਸੀ ਉਹਨੂੰ ਫਿਰ ਜਵਾਬ ਦੇਣਾ ਔਖਾ ਹੋਣਾ ਸੀ ਵੀ ਜੀ ਵੀ ਤੁਸੀਂ ਤਾਂ ਕਹਿੰਦੇ ਸੀ ਬਈ ਮੇਰਾ ਕੋਈ ਸਿੱਖਾਂ ਨਾਲ ਹੈ ਨਹੀਂ ਵੀ ਤੁਸੀਂ ਬੋਡੀਗਾਰਡ ਵੀ ਆਪਣੇ ਸਿੱਖ ਕੱਢਤੇ ਸਾਰਾ ਉਹ ਕਰ ਲਿਆ ਤੇ ਫਿਰ ਸਿੱਖ ਕੌਮ ਨਾਲ ਹੋਰ ਮਤਲਬ ਕਿ ਉਹਨੂੰ ਕ੍ਰਿਟਿਸਿਜ਼ਮ ਫੇਸ ਕਰਨਾ ਪੈਣਾ ਸੀ ਕਿੰਨੇ ਸਿੱਖ ਬੋਡੀਗਾਰਡ ਸੀ ਜੀ ਇੰਦਰਾ ਗਾਂਧੀ ਦੀ ਸਿਕਿਉਰਿਟੀ ਦੇ ਵਿੱਚ ਸੀਗੇ ਤਿੰਨ ਇੱਕ ਤਾਂ ਉਹ ਸੀਗੇ ਆਪਣੇ ਬਲਬੀਰ ਸਿੰਘ ਜਿਹੜੇ ਕੇਸ 'ਚ ਰਿਹਾ ਹੋ ਗਏ ਆ ਉਹ ਵੀ ਸਿਕਿਉਰਿਟੀ 'ਚ ਸੀਗੇ ਤੇ ਤਿੰਨ ਤਾਂ ਪਤਾ ਹੈ ਆਪਾਂ ਨੂੰ ਤਿੰਨ ਦਾ ਤਿੰਨ ਸਾਹਿਬ ਹੋਣੀ ਹੋਵੇ ਇਨਕਲੂਡਿੰਗ ਫਾਦਰ ਸਾਹਿਬ ਹਾਂ ਮੈਂ 31 ਅਕਤੂਬਰ ਤੇ ਆਉਂਗਾ ਤੁਹਾਡਾ ਬਰਥਡੇ ਸੀ 1 ਨਵੰਬਰ ਦਾ ਉਮਰ ਜਾਣੂਗਾ ਦੋਨੇ ਭਰਾਵਾਂ ਦੀ ਤੁਸੀਂ ਦੱਸਿਆ ਕਿ 5-6 ਸਾਲ ਦਾ ਸੀ ਤੁਸੀਂ ਵੀਰ ਜੀ ਮੈਂ ਸਵਾ ਸਾਲ ਦਾ ਸੀ ਸਵਾ ਸਾਲ ਦਾ ਮੇਰਾ 83 ਦਾ ਬਰਥ ਹੈ ਮਾਏ ਦਾ ਅੱਛਾ ਹਾਂ ਸਵਾ ਸਾਲ ਡੇਢ ਸਾਲ ਦਾ ਸੀ ਬੱਚੇ ਦੇ ਛੋਟਾ ਬੱਚਾ ਕਹਿੰਦੇ ਕਿ ਬਾਪੂ ਦਾ ਲਾਡਲਾ ਹੁੰਦਾ ਹੈ ਜ਼ਿਆਦਾ ਲਾਡਲਾ ਛੋਟਾ ਬੱਚਾ ਹੁੰਦਾ ਹੈ ਕੋਈ ਯਾਦ ਆ ਕੁਛ ਕਿ ਉਹਨਾਂ ਦੇ ਸੁਭਾਅ ਦੇ ਵਿੱਚ ਕੁਛ ਕੋਈ ਮੈਨੂੰ ਸ਼ੱਕ ਮੈਂ ਤਾਂ ਸ਼ਕਲ ਹੀ ਵੀ ਨਹੀਂ ਯਾਦ ਮੈਨੂੰ ਨਹੀਂ ਮੈਨੂੰ ਕੁਛ ਨਹੀਂ ਯਾਦ ਨਹੀਂ ਯਾਦ ਮੈਨੂੰ ਮੇਰੀ ਪਹਿਲੀ ਸਾਲ ਦੇ ਸੀ ਬਸ ਪਹਿਲੀ ਸੋਝੀ ਮੇਰੀ ਮੰਮੀ ਦੀ ਹੈ ਕਿ ਹਾਂ ਬਸ ਮਦਰ ਦੇਖਿਆ ਸੀ ਬਸ ਫਾਦਰ ਮੈਂ ਦੇਖਿਆ ਹੀ ਨਹੀਂ ਹਾਂ ਕੋਈ ਸੁਭਾਅ ਦੇ ਵਿੱਚ ਕੋਈ ਪਰਿਵਰਤਨ ਬੱਚਿਆਂ ਨਾਲ ਕੋਈ ਜ਼ਿਆਦਾ ਲਾਡ ਲੜਾਇਆ ਹੋਣਾ ਪਤਾ ਸੀ ਕਿ ਮੈਂ ਉੱਥੇ ਕੰਮ ਕਰਨਾ ਮੈਂ ਵਾਪਸ ਨਹੀਂ ਆਉਣਾ ਆਪਣੇ ਬੱਚਿਆਂ ਦੇ ਵਿੱਚ ਕੋਈ ਇੱਦਾਂ ਦਾ ਸੀ ਉਹਨਾਂ ਦੇ ਕੁਛ ਸੁਭਾਅ ਦੇ ਵਿੱਚ ਪਰਿਵਰਤਨ ਦੇਖਿਆ ਨਹੀਂ ਮੇਰੇ ਇਹੋ ਜਿਹੀ ਤਾਂ ਖੈਰ ਕੋਈ ਗੱਲ ਯਾਦ ਨਹੀਂ ਹੈ ਪਰ ਜਿਹੜੀ ਮੈਨੂੰ ਇੱਕ ਗੱਲ ਥੋੜ੍ਹੀਆਂ ਜਿਹੀਆਂ ਗੱਲਾਂ ਇਹੀ ਯਾਦ ਹੈ ਵੀ ਜਿਵੇਂ ਅੰਮ੍ਰਿਤ ਛਕਿਆ ਬਾਣੀ ਲੱਗ ਗਏ ਸੀ ਪੜ੍ਹਨ ਦਰਬਾਰ ਸਾਹਿਬ ਗਏ ਸੀ ਮੱਥਾ ਟੇਕਣ ਅਤੇ ਉੱਥੇ ਸਾਰਾ ਕੁਛ ਉਹਨਾਂ ਨੇ ਦੇਖਿਆ ਅਸੀਂ ਫੈਮਿਲੀ ਵੀ ਗਈ ਸੀ ਨਾਲ ਅਤੇ ਉੱਥੋਂ ਹੀ ਜਦੋਂ ਦਰਬਾਰ ਸਾਹਿਬ ਗਏ ਹਾਂ ਉੱਥੋਂ ਹੀ ਫਿਰ ਸਾਰੇ ਚੇਂਜਿਸ ਆਏ ਹੈ ਨਾ ਬਈ ਕਿਉਂਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਉਹਨਾਂ ਦਾ ਮਤਲਬ ਸਿੱਖੀ ਪ੍ਰਤੀ ਬਹੁਤ ਸ਼ਰਧਾ ਸੀ ਕੋਈ ਐਵੇਂ ਨਹੀਂ ਹੈ ਬਈ ਇਹ ਬਾਅਦ 'ਚ ਹੀ ਹੋਈ ਹੈ 84 'ਚ ਹੀ ਹੋਈ ਹੈ ਇਹ ਸ਼ੁਰੂ ਤੋਂ ਹੀ ਬਹੁਤ ਸੀ ਸਾਡੇ ਪਰਿਵਾਰ 'ਚੋਂ ਕਿਸੇ ਦੇ ਕੇਸ ਕਤਲ ਨਹੀਂ ਹੈ ਗਾਤਰੇ ਪਾਏ ਹੋਏ ਆ ਹੁਣ ਅਸੀਂ ਤੁਸੀਂ ਮਲੋਏ ਬੈਠੇ ਹੋ ਸਾਡੇ ਚਾਚੇ ਸਾਡੇ ਕੋਲ ਤਾਂ ਖੈਰ ਮਤਲਬ ਮੋਹਾਲੀ 'ਚ ਤਾਂ ਹੈ ਨਹੀਂ ਉਰੇ ਜਿੰਦਾ ਪਿੰਡਾਂ 'ਚ ਪਈਆਂ ਪੁਰਾਣੀਆਂ ਫੋਟੋਆਂ ਤੁਸੀਂ ਜਾ ਕੇ ਦੇਖ ਲਓ A to Z ਸਭ ਨੇ ਗਾਤਰੇ ਪਾਏ ਆ ਕਿਉਂਕਿ ਜਿਹੜੇ ਸਾਡਾ ਨਾ ਇਹ ਜਿਹੜੇ ਹੈਗੇ ਸਾਡੇ 100 ਘਰ ਨੇ ਅਸੀਂ ਜਿਵੇਂ ਬਾਗੜੀ ਆ ਨਾ ਹਾਂਜੀ ਸਾਡੇ ਜਿਵੇਂ ਪਿਤਾ ਜੀ ਦਾਦਾ ਜੀ ਭੈਣ ਭਰਾ ਜਿਹੜੇ ਹੈ ਹੋਗੇ ਪਰਿਵਾਰ ਪਰਿਵਾਰ ਇਹ 100 ਘਰ ਤੇ ਸਾਰੇ ਹੀ ਅੰਮ੍ਰਿਤਧਾਰੀ ਜੀ ਸਿੰਘ ਸਾਹਿਬ ਇੱਕ ਗੱਲ ਹੋਰ ਕਿਉਂਕਿ ਜੇਕਰ ਭਾਈ ਬੇਅੰਤ ਸਿੰਘ ਜੀ ਦਾ ਜ਼ਿਕਰ ਹੁੰਦਾ ਤਾਂ ਇਹਨਾਂ ਦੇ ਹੀ ਸਾਥੀ ਜਿਹੜੇ ਨੇ ਭਾਈ ਸਤਵੰਤ ਸਿੰਘ ਜੀ ਦਾ ਜ਼ਿਕਰ ਹੁੰਦਾ ਭਾਈ ਕੇਰ ਸਿੰਘ ਜੀ ਦਾ ਜ਼ਿਕਰ ਹੁੰਦਾ ਕਿਉਂਕਿ ਸੇਵਾ ਉਹਨਾਂ ਦੀ ਵੀ ਮਹਾਨ ਬਹੁਤ ਵੱਡੀ ਭਾਈ ਸਤਵੰਤ ਸਿੰਘ ਜੀ ਬਾਰੇ ਤੁਸੀਂ ਤਾਂ ਚਲੋ ਛੋਟੇ ਸੀਗੇ ਭਾਈ ਸਤਵੰਤ ਸਿੰਘ ਜੀ ਬਾਰੇ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਅਕਸਰ ਆਉਂਦੇ ਸੀ ਘਰੇ ਦੋਸਤੀ ਸੀ ਹਾਲਾਂਕਿ ਸੀਨੀਅਰ ਆਫਿਸਰ ਸੀ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਦੇ ਘਰੇ ਆਉਂਦੇ ਸੀ ਕੋਈ ਯਾਦ ਆ ਕੁਛ ਨਹੀਂ ਮੇਰੇ ਇਹਨਾਂ ਬਾਰੇ ਤਾਂ ਨਹੀਂ ਯਾਦ ਸਤਵੰਤ ਸਿੰਘ ਜੀ ਬਾਰੇ ਮੇਰੇ ਕੇਰ ਸਿੰਘ ਜੀ ਬਾਰੇ ਬਹੁਤ ਯਾਦ ਹੈ ਬਈ ਚੰਗੀ ਤਰ੍ਹਾਂ ਯਾਦ ਹੈ ਬਈ ਉਹ ਘਰੇ ਆਉਂਦੇ ਸੀ ਅਤੇ ਅਸੀਂ ਐਕਚੁਲੀ ਉੱਥੇ ਸੀਗੇ ਆਪਣਾ ਮਾਊਂਟ ਕਾਰਮਲ ਸਕੂਲ ਦੇ ਵਿੱਚ ਪੜ੍ਹਦੇ ਸੀ ਮਾਊਂਟ ਕਾਰਮਲ ਸਕੂਲ ਦੇ ਕੋਲ ਹੀ ਉਹਨਾਂ ਦਾ ਘਰ ਹੁੰਦਾ ਸੀ ਕੇਰ ਸਿੰਘ ਜੀ ਦਾ ਅਤੇ ਜਿਵੇਂ ਕਈ ਵਾਰੀ ਮਦਰ ਫਾਦਰ ਨੇ ਕਹਿ ਦੇਣਾ ਬਈ ਉਹਨਾਂ ਨੇ ਸਾਨੂੰ ਘਰੋਂ ਲੈ ਉਸ ਸਕੂਲ ਤੋਂ ਲੈ ਜਾਣਾ ਕੇਰ ਸਿੰਘ ਹੋਣਾ ਨੇ ਫੁੱਫੜ ਜੀ ਨੇ ਉੱਥੋਂ ਲਿਜਾ ਕੇ ਫਿਰ ਆਪਣੇ ਘਰੇ ਅਸੀਂ ਉਹਨਾਂ ਦੇ ਘਰੇ ਰਹਿਣਾ ਕਿਉਂਕਿ ਮਦਰ ਫਾਦਰ ਸਾਡੇ ਦੋਨੋਂ ਹੀ ਜੋਬ ਕਰਦੇ ਸੀ ਫਿਰ ਉਹਨਾਂ ਦੀ ਜਦੋਂ ਛੁੱਟੀ ਹੋਣੀ ਜੋਬ ਤੋਂ ਉਹਨਾਂ ਨੇ ਸਾਨੂੰ ਲੈ ਜਾਣਾ ਫਿਰ ਲੈ ਕੇ ਜਾਣਾ ਕਿਉਂਕਿ ਮਤਲਬ ਨੇੜੇ ਹੀ ਸੀ ਸਾਡਾ ਉਹਨਾਂ ਦਾ ਵੀ ਘਰ ਦਾ ਵੀ ਕੋਈ ਬਹੁਤਾ ਫਰਕ ਨਹੀਂ ਸੀ ਨੇੜੇ ਹੀ ਰਹਿੰਦੇ ਸੀ ਇਹ ਸੱਚ ਹੈ ਜੀ ਕਹਿ ਦਿੰਦੇ ਨੇ ਕਿ ਭਾਈ ਕੇਰ ਸਿੰਘ ਜੀ ਨੇ ਭਾਈ ਬੇਅੰਤ ਸਿੰਘ ਜੀ ਨੂੰ ਤਿਆਰ ਕੀਤਾ ਭਾਈ ਬੇਅੰਤ ਸਿੰਘ ਜੀ ਨੇ ਭਾਈ ਸਤਵੰਤ ਸਿੰਘ ਨੂੰ ਤਿਆਰ ਕੀਤਾ ਇੰਦਰਾ ਗਾਂਧੀ ਨੂੰ ਸੋਧਣ ਦੇ ਲਈ ਹਾਂ ਇਹ ਸਹੀ ਹੈ ਜੀ ਗੱਲ ਬਈ ਇਹ ਗੱਲ ਕੇਰ ਸਿੰਘ ਜੀ ਨੇ ਤੋਰੀ ਸੀ ਇਹ ਜਦੋਂ ਉਹਨਾਂ ਨੇ ਗੱਲ ਤੋਰੀ ਅਤੇ
ਪਹਿਲਾਂ ਤਾਂ ਫਾਦਰ ਸਾਹਿਬ ਨੂੰ ਜਿਵੇਂ ਸ਼ੌਕ ਜਿਹਾ ਲੱਗਿਆ ਯਾਰ ਵੀ ਆਪਾਂ ਐਵੇਂ ਕਿਵੇਂ ਕਰ ਸਕਦੇ ਹਾਂ ਹੈ ਨਾ, ਬਈ ਆਪਾਂ ਤਾਂ ਸਕਿਉਰਿਟੀ ਵਿੱਚ ਹੈ ਉਹਦੀ। ਅਤੇ ਫਿਰ ਉਹਨਾਂ ਨੇ ਕਿਹਾ ਬਈ, ਫਿਰ ਇਹ ਉਹਨਾਂ ਨੇ ਜਦੋਂ ਥੋੜ੍ਹੀ ਬਹੁਤੀ ਗੱਲ ਕੀਤੀ, ਫਿਰ ਇਹ ਉਸ ਤੋਂ ਬਾਅਦ ਦਰਬਾਰ ਸਾਹਿਬ ਗਏ ਸੀ। ਫਿਰ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਦੇਖਿਆ, ਫਿਰ ਇਹਨਾਂ ਦਾ ਮਨ ਬਹੁਤ ਵਲੁੰਦਰੇ ਆ ਗਿਆ, ਬਈ ਯਾਰ ਇਹ ਤਾਂ ਬਹੁਤ ਮਤਲਬ ਗਲਤ ਹੋ ਗਿਆ ਹੈ ਨਾ, ਬਈ ਸਾਡਾ ਜੇ ਹੁਣ ਅਕਾਲ ਤਖ਼ਤ ਹੀ ਢਾਹ ਤਾ ਤਾਂ ਸਿੱਖਾਂ ਦਾ ਰਹਿ ਕੀ ਗਿਆ, ਫਿਰ ਤਾਂ ਸਾਡਾ ਕੱਖ ਵੀ ਨਹੀਂ ਰਿਹਾ ਸਿੱਖਾਂ ਦਾ। ਦਰਬਾਰ ਸਾਹਿਬ 'ਤੇ ਵੀ ਹਮਲਾ ਹੋ ਗਿਆ, ਅਕਾਲ ਤਖ਼ਤ ਸਾਹਿਬ 'ਤੇ ਵੀ ਹਮਲਾ ਹੋ ਗਿਆ, ਅਤੇ ਸਿੱਖ ਮਾਇੰਡਡ ਮੈਂ ਤੁਹਾਨੂੰ ਦੱਸਤਾ ਵੀ ਖਾਨਦਾਨੀ ਸੀਗੇ ਸਾਰੇ। ਵਾ ਫਿਰ ਇਹਨਾਂ ਦੇ ਮਨ ਨੂੰ ਬਹੁਤ ਸੱਟ ਪਹੁੰਚੀ। ਕੇਰ ਸਿੰਘ ਜੀ ਸੀਗੇ ਜਿਹੜੇ, ਉਹਨਾਂ ਨੇ ਪਹਿਲਾਂ ਤੋਂ ਹੀ ਅੰਮ੍ਰਿਤ ਛਕਿਆ ਸੀ, ਉਹ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਸੀ। ਹਾਂ, ਉਹ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਸੀਗੇ, ਅਤੇ ਬਸ ਫਿਰ ਅੰਡਰਸਟੈਂਡਿੰਗ ਬਣ ਗਈ ਦੋਨਾਂ ਦੀ। ਫਿਰ ਇਹਨਾਂ ਨੇ ਸਤਵੰਤ ਸਿੰਘ ਨੂੰ ਤਿਆਰ ਕਰ ਲਿਆ, ਯਾਰ ਬਈ ਇਹਨਾਂ ਨੇ ਪੁੱਛਿਆ ਸਤਵੰਤ ਸਿੰਘ ਨੂੰ, ਭਾਈ ਬਈ ਕਿਵੇਂ ਆ ਫਿਰ ਹੁਣ ਦੀਵਾਲੀ ਕਿਵੇਂ ਮਨਾਏਗਾ, ਅਤੇ ਟੋਇਆ ਸੀ ਉਹ। ਕਹਿੰਦੇ ਸਤਵੰਤ ਸਿੰਘ ਕਹਿੰਦੇ, ਯਾਰ ਵੀ ਦੀਵਾਲੀ ਕਾਹਦੀ ਹੁਣ, ਤੇਰੇ ਤੁਹਾਡੇ ਸਾਹਮਣੇ ਹੀ ਆ, ਵੀ ਸਾਡਾ ਤਾਂ ਸਾਰਾ ਕੁਛ ਹੀ ਢਾਤਾ ਹੈ ਨਾ, ਬਈ ਅਸੀਂ ਕਾਹਦੀਆਂ ਖੁਸ਼ੀਆਂ ਰਹਿ ਗਈਆਂ ਹੁਣ ਸਿੱਖਾਂ ਦੀਆਂ। ਮੈਂ ਫਿਰ ਉਹਨਾਂ ਨੇ ਦੇਖ ਲਿਆ ਬਈ ਇਸ ਬੰਦੇ ਦੇ ਮਨ ਦੇ ਵਿੱਚ ਦਰਦ ਹੈਗਾ ਸਿੱਖੀ ਪ੍ਰਤੀ। ਹਾਂ, ਫਿਰ ਉਹਨਾਂ ਨੂੰ ਤਿਆਰ ਕੀਤਾ। 31 ਅਕਤੂਬਰ 'ਤੇ ਆਊਂਗਾ ਜੀ ਮੈਂ ਵੀਰ ਜੀ ਤੁਹਾਡੇ ਤੱਕ ਵੀ ਬਾਅਦ ਦੇ ਵਿੱਚ ਆਊਂਗਾ, ਕਿਉਂਕਿ ਮੈਨੂੰ ਲੱਗਦਾ ਕਿ ਸਰਬਜੀਤ ਜੀ ਨੂੰ ਜ਼ਿਆਦਾ ਹੈ ਨਾ ਪਤਾ ਹੈਗਾ, ਜ਼ਿਆਦਾ ਥੋੜ੍ਹੀ ਜਿਹੀ ਸੋਝੀ ਹੈਗੀ ਸੀ। 31 ਤਰੀਕ ਨੂੰ ਕਿੰਨੇ ਵਜੇ ਡਿਊਟੀ ਨਿਕਲਦੇ ਨੇ, ਅਤੇ ਆਖਰੀ ਵਾਰ ਜਿਹੜਾ ਲਾਡ ਲੜਾਇਆ ਤਿੰਨੇ ਭੈਣ ਭਰਾਵਾਂ ਨੂੰ, ਆਖਰੀ ਵਾਰ ਪਿਆਰ ਕੀਤਾ ਆਪਣੇ ਸਿੰਘਣੀ ਨਾਲ, ਮਾਤਾ ਬਿਮਲ ਕੌਰ ਜੀ ਨਾਲ ਗੱਲਾਂ ਕੀਤੀਆਂ, ਉਹ ਕੁਛ ਉਹ ਕੀ ਮਾਹੌਲ ਸੀ ਜਦੋਂ ਆਖਰੀ, ਜਦੋਂ ਪਤਾ ਸੀ ਕਿ ਅੱਜ ਸ਼ਾਮ ਨੂੰ ਮੈਂ ਘਰੇ ਨਹੀਂ ਆਊਂਗਾ? ਨਹੀਂ, ਇਹੋ ਜਿਹਾ ਤਾਂ ਖੈਰ ਸਪੈਸ਼ਲ ਤਾਂ ਕੁਛ ਵੀ ਨਹੀਂ ਸੀ ਕੀਤਾ, ਇਹੋ ਜਿਹੀ ਗੱਲ ਮੇਰੇ ਤਾਂ ਯਾਦ ਨਹੀਂ। ਸਗੋਂ ਮਦਰ ਨੂੰ ਵੀ ਇਹ ਕੁਐਸਚਨ ਪੁੱਛਦੇ ਸੀ ਹੈ ਨਾ, ਬਈ ਅਤੇ ਸਾਡੀ ਮਦਰ ਵੀ ਇਹੀ ਕਹਿੰਦੇ ਸੀ ਵੀ ਕੋਈ ਬਦਲਾਅ ਨਹੀਂ ਸੀ, ਜਿਵੇਂ ਅੱਗੇ ਜਾਂਦੇ ਸੀ, ਅੱਗੇ ਜਿਵੇਂ ਜਾਂਦੇ ਸੀ ਉਵੇਂ ਹੀ ਗਏ। ਕਿੰਨੇ ਵਜੇ ਨਿਕਲੇ ਸੀ ਘਰੋਂ, ਕੋਈ ਟਾਈਮਿੰਗ ਯਾਦ? ਮੈਨੂੰ ਹੁਣ ਪਤਾ ਨਹੀਂ ਵੀ ਜੋ ਉਹਨਾਂ ਦੀ ਟਾਈਮਿੰਗ ਸੀ, ਮਤਲਬ ਉਹਨਾਂ ਨੇ ਕੁਛ ਵੀ ਇਹੋ ਜਿਹਾ ਨਹੀਂ ਕੀਤਾ ਬਈ ਇਹਨਾਂ ਨੂੰ ਭੋਰਾ ਵੀ ਸ਼ੱਕ ਹੋਵੇ, ਬਈ ਜਿਵੇਂ ਐਜ਼ ਯੂਜੂਅਲ ਜਾਂਦੇ ਸੀਗੇ ਰੂਟੀਨ ਦੇ ਵਿੱਚ ਉਵੇਂ ਹੀ ਗਏ ਉਹ, ਅਤੇ ਉਵੇਂ ਹੀ ਜਾ ਕੇ ਇਹਨਾਂ ਨੇ ਸਾਰਾ ਕੁਛ ਆਪਣਾ ਜੋ ਪਲੈਨਡ ਸੀਗਾ ਉਵੇਂ ਕਰ ਲਿਆ। ਵੈਪਨ ਕੋਲ ਹੁੰਦਾ ਸੀ ਜੀ ਇਹਨਾਂ ਦੀ ਪਿਸਟਲ ਜਿਹੜੀ ਆ, ਵੈਪਨ ਕੋਲ ਸੀ ਜਾਂ ਉੱਥੇ? ਨਹੀਂ ਨਹੀਂ ਵੈਪਨ ਤਾਂ ਕਈ ਵਾਰੀ ਮੇਰੇ ਯਾਦ ਹੈ ਵੀ ਸ਼ਾਇਦ ਇਹ ਘਰੇ ਵੀ ਲੈ ਕੇ ਆਉਂਦੇ ਹੁੰਦੇ ਸੀ, ਬਈ ਜਿਵੇਂ ਪੁਲਿਸ ਵਾਲੇ ਹੁੰਦੇ ਆ ਕੋਲ ਹੁੰਦਾ ਵੈਪਨ, ਅਤੇ ਨਾਲ ਵੀ ਲੈ ਆਉਂਦੇ ਸੀ। ਜਸਵਿੰਦਰ ਵੀਰ ਜੀ ਤੁਹਾਡੇ ਤੱਕ ਆਊਂਗਾ ਕਿ ਇੰਦਰਾ ਗਾਂਧੀ ਨੂੰ ਸੋਧ ਦਿੱਤਾ ਜਾਂਦਾ 9:30 ਦੇ ਕਰੀਬ, ਜਿਹੜੀਆਂ ਨੇ ਉਸਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ, ਮਾਤਾ ਜੀ ਨੂੰ ਹਸਪਤਾਲ ਤੋਂ ਲੈ ਕੇ ਆਇਆ ਜਾਂਦਾ, ਤੁਸੀਂ ਜਦੋਂ ਮਾਤਾ ਜੀ ਨੂੰ ਅਰੈਸਟ ਪੈਂਦੀ ਆ ਤੁਸੀਂ ਕਿੱਥੇ ਸੀ ਉਸ ਸਮੇਂ, ਦੋਨੇ ਭਰਾ ਕਿੱਥੇ ਸੀ, ਤੁਹਾਡੇ ਸਿਸਟਰ ਕਿੱਥੇ ਸੀ? ਦੱਸ ਸਕਦੇ? ਮੈਂ ਤਾਂ ਐਕਚੁਅਲੀ ਮੈਂ ਗਿਆ ਸੀ ਸਕੂਲੇ, ਅਤੇ ਉਹ ਦਿਨਾਂ ਦੇ ਵਿੱਚ ਸਾਡੇ ਦਾਦੀ ਜੀ ਆਏ ਹੋਏ ਸੀ। ਅੱਛਾ, ਭਾਈ ਬੇਅੰਤ ਸਿੰਘ ਜੀ ਦੇ ਮਦਰ ਜਿਹੜੇ ਨੇ ਉਹ ਉੱਥੇ ਸੀ ਮੌਜੂਦ? ਹਾਂ, ਦਿੱਲੀ ਮੌਜੂਦ ਸੀਗੇ ਉਹ ਪਹਿਲਾਂ ਹੀ, ਅਤੇ ਉਦੋਂ ਫਿਰ ਉਹ ਚਲੇ ਜਾਂਦੇ ਸੀ ਸਾਰੇ ਡਿਊਟੀ, ਤਾਂ ਇਹਨੂੰ ਦਾਦੀ ਜੀ ਕੋਲੇ ਛੱਡ ਜਾਂਦੇ ਸੀ। ਅੱਛਾ। ਹਾਂ, ਦਾਦੀ ਜੀ ਮੇਰੇ ਬਹੁਤ ਚੰਗੀ ਤਰ੍ਹਾਂ ਯਾਦ ਹੈ, ਅਤੇ ਬਈ ਉਸ ਟਾਈਮ ਉੱਥੇ ਹੀ ਸੀ। ਤੁਸੀਂ ਹਾਲਾਂਕਿ ਬਹੁਤ ਛੋਟੇ ਸੀ ਉਸ ਸਮੇਂ ਹੈ ਨਾ, ਜਿਹੜਾ ਵੀ ਭਰਾ ਜਵਾਬ ਦੇਣਾ ਚਾਹਵੇ, ਇੰਦਰਾ ਗਾਂਧੀ ਨੂੰ ਸੋਧ ਦਿੱਤਾ ਜਾਂਦਾ 9:30 ਦੇ ਕਰੀਬ ਦਾ ਉਹ ਸਮਾਂ ਹੁੰਦਾ, ਉਸ ਤੋਂ ਬਾਅਦ ਮਾਤਾ ਜੀ ਨੂੰ ਹਸਪਤਾਲ ਤੋਂ ਲਿਜਾਇਆ ਜਾਂਦਾ, ਘਰੇ ਫਿਰ ਪੁਲਿਸ ਆਉਂਦੀ ਜੀ? ਆਉਂਦੀ ਹੈ ਜੀ ਪੁਲਿਸ, ਆਉਂਦੀ ਹੈ ਪੁਲਿਸ ਤਾਂ ਉਸੇ ਟਾਈਮ ਆ ਜਾਂਦੀ ਹੈ, ਕਿਉਂਕਿ ਜਿਸ ਟਾਈਮ ਮੈਂ ਸਕੂਲੋਂ ਆਇਆ ਹੈ, ਕਿਉਂਕਿ ਮੈਂ ਵੀ 6-7 ਸਾਲ ਦਾ ਸੀਗਾ, ਅਤੇ ਥੋੜ੍ਹਾ ਥੋੜ੍ਹਾ ਮੇਰੇ ਯਾਦ ਹੈ ਵੀ ਅਸੀਂ ਜਦੋਂ ਘਰੇ ਆਏ ਹੈ ਅਤੇ ਪੁਲਿਸ ਆਈ ਬੈਠੀ ਸੀ ਘਰੇ। ਤੁਹਾਨੂੰ ਸਕੂਲ ਤੋਂ ਸਪੈਸ਼ਲ ਨਹੀਂ ਬੁਲਾਇਆ ਗਿਆ? ਨਹੀਂ ਬੁਲਾਇਆ ਗਿਆ, ਸਾਨੂੰ ਸਪੈਸ਼ਲ ਨਹੀਂ ਬੁਲਾਇਆ ਗਿਆ, ਕਿਉਂਕਿ ਬੱਚਿਆਂ ਤੋਂ ਕੀ ਕਰਾਉਣਾ, ਪਹਿਲੀ 6-7 ਸਾਲ ਦੇ ਤਾਂ ਸੀਗੇ ਅਸੀਂ, ਅਤੇ ਅਸੀਂ ਘਰੇ ਆਏ ਹਾਂ ਤਾਂ ਪਹਿਲਾਂ ਹੀ ਆਲਰੇਡੀ ਪੁਲਿਸ ਬੈਠੀ ਸੀ। ਫਿਰ ਉਸ ਤੋਂ ਬਾਅਦ ਸਾਨੂੰ ਸਕੂਲ ਵੀ ਨਹੀਂ ਜਾਣ ਦਿੱਤਾ ਗਿਆ, ਅਤੇ ਉਸ ਟਾਈਮ ਫਿਰ ਦਾਦੀ ਜੀ ਆਏ ਹੋਏ ਸੀ ਘਰੇ, ਇਹ ਦਾਦੀ ਜੀ ਕੋਲੇ ਸੀਗਾ,
ते क्योंकि मेरे याद है उस तो अगले एक दिन ना मेरे बॉडी दे तफड़ हो गए सी जे मैं थोड़ा बीमार हो गया सी ता मेरे याद है भी उदो भी दादी जी आए हुए सीगे भाई उन्होंने फिर मेरी टेक केयर की थी सी। हाँ ते पुलिस आउंदी आ सब कुछ हुंदा हुण गल करनी आ भाई साहब उन्हां दी क्योंकि सुनन दे विच यही आउंदा कि उन्हां दी शहादत जिहड़ी आ मौके ते हो जांदी आ मौके ते शहादत हुंदी जां हस्पताल दे विच उन्हां दी कुर्बानी हुंदी आ जिहड़ी ये इहदे बारे जेकर दस सको कुछ ਇਹ ਜਦੋਂ ਹੋ ਗਿਆ ਸਾਰਾ ਮਤਲਬ ਨਾ ਜਿੱਦਾਂ ਇੰਦਰਾ ਗਾਂਧੀ ਤੁਰੀ ਆਉਂਦੀ ਸੀ ਅਤੇ ਨਾਲ ਪੰਜ ਛੇ ਜਣੇ ਸੀ ਅਤੇ ਇਹਨਾਂ ਨੇ ਪਿਸਟਲ ਨੂੰ ਜਦ ਹੱਥ ਪਾਇਆ ਕੱਢੀ ਹੈ ਬਾਹਰ ਤਾਂ ਇੰਦਰਾ ਗਾਂਧੀ ਨੇ ਪੁੱਛਿਆ ਇਹਨੂੰ ਬਈ ਆਹ ਕੀ ਕਰ ਰਹੇ ਹੋ ਬੇਅੰਤ ਸਿੰਘ ਅਤੇ ਇਹਨਾਂ ਨੇ ਉਹਨੂੰ ਕਿਹਾ ਬਈ ਅਕਾਲ ਤਖ਼ਤ ਸਾਹਿਬ ਦਾ ਬਦਲਾ ਅੱਛਾ ਇਹ ਸ਼ਬਦ ਆਖਰੀ ਸ਼ਬਦ ਕਹੇ ਜਾ ਸਕਦੇ ਨੇ ਭਾਈ ਸਾਹਿਬ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਕਿਹਾ ਵੀ ਅਕਾਲ ਤਖ਼ਤ ਸਾਹਿਬ ਦਾ ਬਦਲਾ ਫਿਰ ਉਹਦੇ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਨਾਲ ਹੀ ਸਤਵੰਤ ਸਿੰਘ ਜੀ ਨੇ ਬ੍ਰਸ਼ ਖੋਲ੍ਹਤਾ ਆਪਣਾ ਸਟੇਨ ਗਨ ਦਾ ਉਸ ਤੋਂ ਬਾਅਦ ਇਹ ਵੀ ਭੱਜੇ ਨਹੀਂ ਹੈ ਐਂ ਨਹੀਂ ਹੈ ਵੀ ਅਸੀਂ ਇਹ ਕੰਮ ਕਰਤਾ ਭੱਜੋ ਇਹਨਾਂ ਨੇ ਹਥਿਆਰ ਗੇਰਤੇ ਦੋਹਾਂ ਨੇ ਅਤੇ ਹੱਥ ਕੜੇ ਕਰ ਲਏ ਉੱਧਰੋਂ ਪੁਲਿਸ ਆਈ ਟੀ ਬੀ ਪੀ ਵਾਲੇ ਆਏ ਸੀ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਵੀ ਆਹ ਕੀ ਕੀਤਾ ਬੇਅੰਤ ਸਿੰਘ ਜਾਣਦੇ ਸੀ ਨਾ ਉਹ ਕਹਿੰਦੇ ਭਾਈ ਵੀ ਅਸੀਂ ਤਾਂ ਜੋ ਕਰਨਾ ਸੀ ਕਰਤਾ ਵੀ ਹੁਣ ਤੁਸੀਂ ਜੋ ਕਰਨਾ ਹੈ ਕਰ ਲਓ ਅੱਛਾ ਫਿਰ ਇਹਨਾਂ ਨੂੰ ਸੈਪਰੇਟ ਰੂਮ ਦੇ ਵਿੱਚ ਲੈ ਗਏ ਸੈਪਰੇਟ ਰੂਮ ਦੇ ਵਿੱਚ ਲਿਜਾ ਕੇ ਚਲੋ ਉਹਨਾਂ ਨੇ ਗਾਲਾਂ ਬੋਲਣ ਲੱਗ ਗਏ ਗਾਲਾਂ ਕੱਢੀਆਂ ਕਹਿੰਦੇ ਤੁਹਾਡੀ ਸਿੱਖਾਂ ਦੀ ਤੁਸੀਂ ਇਹ ਉਹ ਭੱਦੀ ਸ਼ਬਦਾਵਲੀ ਸਿੱਖਾਂ ਪ੍ਰਤੀ ਅਤੇ ਇਹ ਫਿਰ ਹੱਥੋਂ ਪਾਈ ਹੋ ਗਏ ਅਤੇ ਹੱਥੋਂ ਪਾਈ ਹੋਣ ਤੋਂ ਪਹਿਲਾਂ ਵੀ ਇਹਨਾਂ ਨੇ ਸਗੋਂ ਉਹਨਾਂ ਨੂੰ ਕਿਹਾ ਭਾਈ ਵੀ ਸਤਵੰਤ ਸਿੰਘ ਦਾ ਕੋਈ ਕਸੂਰ ਨਹੀਂ ਹੈ ਬਈ ਜੋ ਕਸੂਰ ਹੈ ਮੇਰਾ ਹੈ ਬਈ ਆਪਣੇ ਉੱਪਰ ਲਿਆ ਸਾਰਾ ਹਾਂ ਬਈ ਮੈਂ ਇਹਨੂੰ ਤਿਆਰ ਕੀਤਾ ਬਈ ਮੈਂ ਇਹਨੂੰ ਤਿਆਰ ਕੀਤਾ ਵੀ ਤੁਸੀਂ ਇਹਨੂੰ ਨਾ ਕੁਛ ਵੀ ਕਹੋ ਜੋ ਕਹਿਣਾ ਮੈਨੂੰ ਕਹਿ ਦਿਓ ਅਤੇ ਚਲੋ ਫਿਰ ਕਰਦੇ ਕਰਾਉਂਦੇ ਇਹਨਾਂ ਦੀ ਹੱਥੋਂ ਪਾਈ ਸ਼ੁਰੂ ਹੋ ਗਈ ਲੜਾਈ ਹੋ ਗਈ ਅਤੇ ਲੜਾਈ ਹੋ ਗਈ ਅਤੇ ਸਤਵੰਤ ਸਿੰਘ ਥੱਲੇ ਗਿਰ ਗਿਆ ਜਦੋਂ ਸਤਵੰਤ ਸਿੰਘ ਥੱਲੇ ਗਿਰਿਆ ਅਤੇ ਫਾਦਰ ਸਾਹਿਬ ਨੇ ਦੇਖਿਆ ਬਈ ਉਹ ਜਿੱਦਾਂ ਥੱਲੇ ਪਏ ਦੇ ਨਾ ਗੋਲੀ ਲੱਗਿਆ ਮਾਰਨ ਫਿਰ ਉਹ ਸਤਵੰਤ ਸਿੰਘ ਦੇ ਉੱਤੇ ਪੈ ਗਏ ਫਾਦਰ ਸਾਹਿਬ ਬਈ ਮੈਂ ਬਈ ਮੇਰੇ ਲੱਗੇ ਬਈ ਇਹਨੂੰ ਨਾ ਕੁਛ ਹੋਵੇ ਫਿਰ ਉਹ ਫਿਰ ਮੌਕੇ 'ਤੇ ਹੀ ਉਹ ਸ਼ਹੀਦ ਹੋ ਗਏ ਅਤੇ ਸਗੋਂ ਸਤਵੰਤ ਸਿੰਘ ਦੇ ਵੀ ਗੋਲੀਆਂ ਜਿਹੜੀਆਂ ਲੱਗੀਆਂ ਫਾਦਰ ਸਾਹਿਬ ਦੇ ਵਿੱਚੋਂ ਹੀ ਜਾ ਕੇ ਲੱਗੀਆਂ ਹੈ ਉਹਦੀ ਜਿਹੜੀ ਰੀੜ੍ਹ ਦੀ ਹੱਡੀ ਦੇ ਵਿੱਚ ਗੋਲੀ ਰਹਿ ਗਈ ਸੀ ਉਹ ਵੀ ਮਤਲਬ ਸਾਰੀਆਂ ਗੋਲੀਆਂ ਉਹਦੇ ਫਾਦਰ ਸਾਹਿਬ ਦੇ ਥਰੂ ਹੀ ਲੱਗੀਆਂ ਸਾਡੇ ਕਿੰਨੀਆਂ ਗੋਲੀਆਂ ਲੱਗੀਆਂ ਸੀ ਜੀ ਭਾਈ ਬੇਅੰਤ ਸਿੰਘ ਜੀ ਦੇ ਇਹ ਨਹੀਂ ਜੀ ਕੋਈ ਉਹਨਾਂ ਡਿਸਕਲੋਜ਼ ਨਹੀਂ ਮੇਰੇ ਖਿਆਲ ਨਾਲ ਕੀਤੀ ਇਹ ਗੱਲ ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਹੈ ਇਹ ਵੀ ਉਹਨਾਂ ਨੇ ਨਹੀਂ ਕਦੇ ਦੱਸਿਆ ਜਦੋਂ ਭਾਈ ਬੇਅੰਤ ਸਿੰਘ ਜੀ ਦੇ ਵੱਲੋਂ ਇਹ ਕਾਰਨਾਮਾ ਕੀਤਾ ਜਾਂਦਾ ਵਰਦੀ ਦੇ ਵਿੱਚ ਹੁੰਦੇ ਨੇ ਵੀਰ ਜੀ ਆਪਾਂ ਆਫ ਰਿਕਾਰਡ ਗੱਲ ਕਰ ਰਹੇ ਸੀ ਕਿ ਉਹ ਵਰਦੀ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਵਰਦੀ ਉਹ ਕੱਪੜੇ ਉਹਨਾਂ ਦੀ ਉਹ ਬੈਲਟ ਜਾਂ ਹੋਰ ਸਮਾਨ ਉਹ ਕਦੇ ਪਰਿਵਾਰ ਦੇ ਤੱਕ ਪਹੁੰਚਿਆ ਕੁਛ ਜਿਹੜੇ ਉਸ ਦਿਨ ਦਾ ਤਾਂ ਕੁਛ ਨਹੀਂ ਪਹੁੰਚਿਆ ਕੁਛ ਨਹੀਂ ਦਿੱਤਾ ਜੀ ਉਸ ਦਿਨ ਦਾ ਸਾਨੂੰ ਆਖਰੀ ਦਰਸ਼ਨ ਵੀ ਨਹੀਂ ਕਰਨ ਦਿੱਤੇ ਸਾਡੇ ਮਾਤਾ ਜੀ ਨੇ ਦਰਸ਼ਨ ਨਹੀਂ ਕੀਤੇ ਕਿਸੇ ਨੇ ਦਰਸ਼ਨ ਨਹੀਂ ਕੀਤੇ ਕਿਉਂਕਿ ਸਾਡੀ ਮਾਤਾ ਜੀ ਨੂੰ ਜਦੋਂ ਇਹ ਸਾਰਾ ਹੋਇਆ 14 ਦਿਨ ਦੀ ਇਲੀਗਲ ਕਸਟਡੀ 'ਚ ਰੱਖਿਆ ਗਿਆ ਸਾਡੀ ਮਾਤਾ ਨੂੰ ਚਾਰਜ ਤਾਂ ਨਹੀਂ ਕੀਤਾ ਗਿਆ ਅਤੇ ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਜਿਹਨੂੰ 24 ਘੰਟੇ ਦੀ ਕਸਟਡੀ ਰੱਖਣਾ ਉਹਨੂੰ ਚਾਰਜ ਕਰਨਾ ਜ਼ਰੂਰੀ ਹੈ ਜੇ ਨਹੀਂ ਚਾਰਜ ਕਰਦੇ ਯੂ ਹੈਵ ਟੂ ਰਿਲੀਜ਼ ਦੈਮ ਅਤੇ ਇਹਨਾਂ ਨੇ ਸ਼ੁਰੂ ਤੋਂ ਹੀ ਮੈਂ ਇੱਥੋਂ ਆਪਣੇ ਲਾਅ ਦੀਆਂ ਧੱਜੀਆਂ ਉਡਾਉਂਦੇ ਹੋਏ ਮਾਤਾ ਜੀ ਨੂੰ ਇਲੀਗਲ ਕਸਟਡੀ 'ਚ ਰੱਖਿਆ ਸੀ ਅਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਨਹੀਂ ਪਤਾ ਸੰਸਕਾਰ ਕਿੱਥੇ ਕੀਤਾ ਕਿੱਥੇ ਕਿੰਨੇ ਵਜੇ ਕੀਤਾ ਕਿਹੜੀਆਂ ਕਿੱਥੇ ਫੁੱਲ ਪਾਏ ਕਿਹੜੀ ਰੀਤਾਂ ਨਾਲ ਅਸਥੀਆਂ ਵੀ ਨਹੀਂ ਦਿੱਤੀਆਂ ਗਈਆਂ ਕੁਛ ਨਹੀਂ ਜੀ ਕੁਛ ਵੀ ਨਹੀਂ ਜੀ ਕੁਛ ਵੀ ਨਹੀਂ ਤੱਕ ਨਹੀਂ ਦਿੱਤੀ ਗਈ ਇਹ ਤਾਂ ਜਦੋਂ ਆਪਣਾ ਕੇਅਰ ਸਿੰਘ ਤੇ ਸਤਵੰਤ ਸਿੰਘ ਦੇ ਜਦੋਂ ਫਾਂਸੀ ਹੋਈ ਹੈ ਉਸ ਤੋਂ ਬਾਅਦ ਜਦ ਉਹਨਾਂ ਦਾ ਸੰਸਕਾਰ ਕੀਤਾ ਹੈ ਜਦੋਂ ਉਹਨਾਂ ਦੇ ਫੁੱਲ ਪਾਉਣੇ ਸੀ ਉਹ ਵੀ ਉਰੇ ਪੰਜਾਬ 'ਚ ਥੋੜ੍ਹੀ ਆਉਣ ਦਿੱਤਾ ਉਹਨਾਂ ਨੂੰ ਉੱਥੋਂ ਹੀ ਉਹਨਾਂ ਨੂੰ ਲੈ ਗਏ ਉਹਨਾਂ ਦੇ ਫਾਦਰ ਸਾਹਿਬ ਨੂੰ ਪੇਰੈਂਟਸ ਨੂੰ ਲਿਜਾ ਕੇ ਅਤੇ ਆਪਣਾ ਹਰਿਦੁਆਰ ਪਾਏ ਹੈ ਫੁੱਲ ਕੀਰਤਪੁਰ ਸਾਹਿਬ ਨਹੀਂ ਪਾਏ ਅਤੇ ਉਦੋਂ ਦੱਸਦੇ ਹਾਂ ਕਹਿੰਦੇ ਵੀ ਰਾਹ ਦੇ ਵਿੱਚ ਇੰਨਾ ਮੀਂਹ ਪਿਆ ਬਈ ਕੋਈ ਅੰਤ ਨਹੀਂ ਮੀਂਹ ਦਾ ਵੀ ਇੰਨਾ ਮੀਂਹ ਪਿਆ ਰਾਹ ਦੇ ਵਿੱਚ ਸਾਰੇ ਰਾਹ ਸਿੱਖ ਧਰਮ ਦੀ ਜੇਕਰ ਗੱਲ ਕਰੀਏ ਤਾਂ ਪਿਤਾ ਨੂੰ ਅਗਨੀ ਜਿਹੜੀ ਉਹ ਪੁੱਤਰ ਦਿੰਦਾ ਕਿਸੇ ਵੀ ਧਰਮ ਦੇ ਵਿੱਚ ਗੱਲ ਕਰੀਏ ਫਿਰ
कोई परिवार का मैंबर भी शामिल नहीं सी भाई साहब दे संस्कार दे विच कुछ भी नहीं ओ गुरदर्शन ताया नहीं सी नहीं 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 कुछ नहीं सी कोई नहीं सी कोई नहीं सी जी किसी नू कुछ नहीं उन्होंने दसिया आप ही संस्कार किया है हाँ तो सिंह साहब एक ना गल्लां क्योंकि जदों गल्लां बहुत ने भाई साहब उन्होंने वालों ये कारनामा कर दिता जाता कहने पुलिस आँदी है तुसी स्कूल सीगे तलाशी भी ली होगी पुलिस ने चीज़ा भी देखिया होने की कुछ मिलिया सी क्योंकि एक हुक्मनामा साहब पढ़न दे विच आउंदा कि हुक्मनामा साहब जिहड़ा मिलिया सी उस समय जेकर कुछ दस हाँ जी वो हुक्मनामा उन्होंने बगला साहब तो लिया सीगा हाँ जी हुक्मनामा मिलिया सी जेब चो वो भी पॉकेट चो मिलिया सी घरों नहीं सी उन्होंने कहिंदे बई हुक्मनामा लिख के ना थले टिक मारिया होया सी ओके लिखिया होया सी उन्होंने अच्छा हाँ वो हुक्मनामा आया सी गुरसेवा ते सब सुख उपजे उपजे फिर दुखना लागे आई जमन मरण मिट गया फिर काल का कछ ना बसाए एवें मतलब हाँ वो सीगा उन्हां दी जेब चो निकलिया उहदे उत्ते ओके लिख के टिक भी कीता होया सी उन्होंने बाकी जो पुलिस वाले घरे आए हैं उन्होंने सारा कुछ ही फोलता जी सारा कुछ ही उन्होंने एक्चुअली ना पुलिस वालिया नूं ए सी बई इन्हां नूं पैसे मिले हैं इंडिविजुअल सिख दे मन दे विच क्योंकि मैं तो यह समझदा हुंदा बई ओह तां इह कह लो बई जिवें दा ही उन्हां दा लग्गिया जे कोई आम सिख भी हुंदा उन्हें भी नहीं सी छड्डनी क्योंकि इन्हां दा काम ही इहो जिहा कीता सी बई मैं नहीं समझ सकदा भी जे किसी होर सिख की भी उत्थे तक पहुँच हुंदी तो इंदिरा गांधी नूं छड्ड दिंदा ते भाई साहब जी हुण भाई साहब की शहादत हो जाती आ मदर नूं लैके जाया जांदा पर परिवार दे विच कुर्बानियां इत्थे ही खत्म नहीं हुंदियां माता बिमल कौर खालसा भी जिहड़े ने शहीद हुंदे ने उन्हां दे बारे जाणांगे क्योंकि मैनूं पता लगदा कि तुसीं बहुत ज़्यादा क्लोज रहे हो मदर दे जेकर उन्हां दे बारे कुछ दस सको उन्हां दी मानसिक स्थिति भाई साहब दी शहादत तो बाद उन्हां दीआं गल्लां बातां किस तरह दीआं सी उन्हां दे जिंदगी च की परिवर्तन आया भाई साहब तो बाद मैं ना उन्हां दी इंटरव्यू पढ़ रहा सी जदों 84 दी इंटरव्यू सी ते साडे मदर दा इह सीगा कि मैं अपनी छुट्टी लैके आए सी सरकारी नौकरी छुट्टी लैके आए सी तो वह जॉइन करना चाहते थे वह सीगा कि मैं साल छुट्टी लैके 85 जॉइन करांगी मगर फिर वह जब संघर्ष चल रहे जोरां ते फिर उस संघर्ष च कुद पे है ना कुद के फिर उन्होंने इलैक्शन लड़े रिजाइन भाई अपना करके लड़िया फिर उन्हें कौम की अगवाई की वो चढ़ती कला ची वो साढ़े जड़े हूँ नाल माता जी दसते कड़े माता जी डरते नहीं सी कि जो हम जेडे सैनी अर्गे SSP से उन्होंने कि तलखी हुई माता जी ने कभी नहीं किसी तो घबराए तो उन्होंने यही सगा कि बई उन्होंने मेन से जो नौजवान है झूठे पुलिस मुकाबले हो रहे इन्हों की विरोधता करते थे तो मैं लगता पॉलिटिशियन नहीं सी एक्टिविस्ट से ह्यूमन राइट्स के क्योंकि उन्होंने DS गिल नाल भी काम किया जस्टिस अजीत सिंह बैंस नाल बहुत क्लोजली काम किया तो ह्यूमन राइट्स का काम कर रहे जो पुलिस जो तुम हूँ भी इंटरव्यू सुनोगे उ गल कर रहे हैं कि तुम नौजवाना 8-8, 10-10 का झूठे पुल ओह केस पा के उन्होंने जेलों च छड़ दें झूठे पुलिस मुकाबले करते हो इन्हों का ये सब तो विरोध करते मतलब कि जदों क्योंकि एज भी बहुत छोटी होगी बच्चे बहुत छोटे सी संघर्ष भी करना पिया होगा जी फिर क्योंकि लोगों का देखने का नज़रिया भी बदल जाता एक कल्ली लेडी अपने बच्चे पाल रही है 3 बच्चे ने उन्होंने पढ़ाना भी आ पढ़ाउण दे लई कहिंदे तुसीं दस्सिया पहलां कि फादर ते मदर दोनों सीरीयस बहुत सी सख्ताई बहुत सी संघर्ष भी करना पिया फिर आस पास के लोगों का भी नज़रिया बदलिया होगा जी थोड़े प्रति परिवार के प्रति जी हुण देखो साढ़े हाँ ना मैं तो सुनिया ही है बई पहली बरसी तक तो साढ़े माता जी इन्ने थोड़े जे सीगे नहीं जो पहली होई ना बरसी 85 दी तो कहते भी इन्नी संगत आई उत्थे इन्नी संगत आई फिर साढ़े माता जी थोड़ा हौसला होया भाई लोकी साढ़े नाल ने एक्चुअली ना अमलोए दे विच जदों पहली बरसी कीती है तो उहने ना सारी CRP लाती भी बंदा भी ना अंदर वड़ जावे रा सारे बंद करते पर जिहड़ी संगत सी ना वह खेतां दे विच्चों भी भज भज के लोकी आए रुके 1985 1985 च इन्नी संगत आ गई
वो देख के ही उस तो बाद साढ़े माता कॉन्फिडेंस आया बई नहीं बई मेरे नाल कौम खड़ी है बई मैं कली नहीं है ते नाले वो जो गुरु बरसी थी ना ते जो गुरुद्वारे हुई ते मेंटर भी पढ़ना तो छोटा सी ना मेंटर इंटरव्यू जितने मिलती है बई उत्तो उन्होंने साढ़े माता जी ने 50,000 रुपया तो दिता सी जो इकट्ठा हो एक एक रुपये करके मैं इतनी इन्नी संगत आई सी अच्छा हाँ पंजा पच्ची पैसे रुपये करके इकट्ठे बहुत संगत आई सी मैं कहना भी यार वो भी जिदा ना बाय रोड ने खेतों चो आए सी लोग खेतों चो नदियों चो साढ़े उधर ना झूंड जो बहुत है ते मोहाली चो पंजाब चो मैं विचो सारे झाड़ियाँ चो बहुत संगत आई सी। अच्छा एक ना परसनल सवाल भाई साहब की जिंदगी दे नाल जुड़िया होया थोड़े मदर की जिंदगी दे नाल जुड़िया होया जेकर जवाब देना चाहो तो दे सकदे हो नहीं तुसी कह सकदे हो कि असीं जवाब नहीं दे सकदे पता लगता कि माता बिमल कौर जिहड़े ने एक हिंदू फैमिली दे विचों बिलोंग करदे सी बिमला देवी उन्हां दा पहला नाम सी बिमला देवी तो बिमल कौर खालसा का सफर ਕਿਵੇਂ ਤੈਅ ਹੋ ਗਿਆ ਤੇ ਇਹ ਮੇਲ ਕਿਵੇਂ ਹੋ ਗਿਆ ਇੱਕ ਗੁਰਸਿੱਖ ਨੌਜਵਾਨ ਦਾ ਇੱਕ ਸਿੱਖ ਨੌਜਵਾਨ ਦਾ ਇੱਕ ਹਿੰਦੂ ਲੜਕੀ ਦੇ ਨਾਲ ਇਹ ਕਿੱਦਾਂ ਇਹ ਨਾ ਸਾਡੇ ਜਿਹੜੇ ਨਾਨਕੇ ਸੀ ਨਾ ਇਹ ਬੇਸਿਕਲੀ ਹੁਸ਼ਿਆਰਪੁਰ ਦੇ ਸੀ ਤੇ ਸਾਡੇ ਫਾਦਰ ਸਾਹਿਬ ਦੇ ਨਾਲ ਇੱਕ ਗੁਰਦੀਪ ਸਿੰਘ ਸੀਗਾ ਡਿਊਟੀ ਤੇ ਉਹ ਵੀ ਹੁਸ਼ਿਆਰਪੁਰ ਦਾ ਸੀ ਉਹ ਸਾਡੇ ਨਾਨਕਿਆਂ ਨਾਲ ਰਿਲੇਟਡ ਸੀਗਾ ਜਾਣ ਪਛਾਣ ਸੀਗੀ ਅਤੇ ਇਹੋ ਜਿਹੀ ਗੱਲ ਨਹੀਂ ਹੈ ਬਈ ਬਿਮਲਾ ਦੇਵੀ ਸੀ ਐਂ ਤਾਂ ਮੇਰੇ ਨਾਨੇ ਦਾ ਨਾਂ ਗੁਰਬਚਨ ਸਿੰਘ ਸੀਗਾ ਅੱਛਾ ਮਤਲਬ ਆਈ ਡੀ ਲਿਖਿਆ ਹੋਇਆ ਹਾਂ ਅਤੇ ਉਹ ਲਿਖਿਆ ਅਤੇ ਮਤਲਬ ਜਿਵੇਂ ਗੁਰਬਚਨ ਸਿੰਘ ਸੀ ਮੇਰੀ ਨਾਨੀ ਦਾ ਨਾਮ ਚੰਨਣ ਕੌਰ ਸੀ ਅਤੇ ਮਾਮਿਆਂ ਦਾ ਨਾਮ ਨਰਿੰਦਰ ਸਿੰਘ ਸੀ ਬਲਦੇਵ ਸਿੰਘ ਸੀ ਵੈਸੇ ਉਹ ਬਿਮਲਾ ਦੇਵੀ ਹਾਂ ਅਤੇ ਉਹ ਫਿਰ ਮਤਲਬ ਇਹ ਵੀ ਨਹੀਂ ਹੈ ਬਈ ਉਹ ਕੋਈ ਜ਼ਿਆਦਾ ਮਤਲਬ ਸਿੱਖੀ ਪ੍ਰਤੀ ਨਹੀਂ ਸੀ ਸਾਡੇ ਮਦਰ ਮੈਨੂੰ ਸਪੈਸ਼ਲੀ ਯਾਦ ਹੈ ਕਿ ਸਾਡੇ ਮਦਰ ਡੇਲੀ ਪਾਠ ਕਰਦੇ ਸੀ ਉਦੋਂ ਵੀ 84 ਤੋਂ ਪਹਿਲਾਂ ਹਾਂ ਅਤੇ ਡੇਲੀ ਉਹਨਾਂ ਨੇ ਪਾਠ ਕਰਨਾ ਅਤੇ ਮਤਲਬ ਕੋਈ ਇੰਨਾ ਜ਼ਿਆਦਾ ਨਹੀਂ ਸੀ ਵੀ ਤੁਸੀਂ ਕਹਿ ਸਕਦੇ ਵੀ ਕੋਈ ਹਿੰਦੂ ਸੀਗੇ ਅਤੇ ਫਿਰ ਉਹ ਜਿਹੜਾ ਗੁਰਦੀਪ ਸਿੰਘ ਸੀਗਾ ਸੌਰੀ ਮੈਂ ਆਪਾਂ ਗੱਲ ਹੋਰ ਪਾਸੇ ਹੋ ਗਈ ਉਹ ਜਿਹੜਾ ਗੁਰਦੀਪ ਸਿੰਘ ਸੀਗਾ ਉਹਨੇ ਰਿਸ਼ਤਾ ਕਰਾਇਆ ਸੀ ਅੱਛਾ ਜਿਹੜਾ ਉਹ ਗੁਰਦੀਪ ਸਿੰਘ ਹੁਸ਼ਿਆਰਪੁਰ ਵਾਲਾ ਦਿੱਲੀ ਪੁਲਿਸ ਦੇ ਵਿੱਚ ਸੀ ਫਾਦਰ ਸਾਹਿਬ ਨਾਲ ਉਹ ਵੀ ਮੇਰੇ ਖਿਆਲ ਨਾਲ ਸਬ ਇੰਸਪੈਕਟਰ ਹੀ ਸੀ ਬੰਦਾ ਅੱਛਾ ਤੇ ਉਹਨੇ ਰਿਸ਼ਤਾ ਕਰਾਇਆ ਸੀ ਫਿਰ ਮਤਲਬ ਉਹਨਾਂ ਨੇ ਗੱਲ ਤੋਰੀ ਫਿਰ ਤੁਹਾਨੂੰ ਪਤਾ ਮਦਰ ਵੀ ਗੌਰਮੈਂਟ ਜੋਬ ਸੀਗੇ ਵਧੀਆ ਸੀ ਫਿਰ ਫਾਦਰ ਸਾਹਿਬ ਵੀ ਸੀਗੇ ਚਲੋ ਮਤਲਬ ਫਿਰ ਟਾਈ ਅਪ ਹੋ ਗਿਆ ਇਹਨਾਂ ਦਾ ਫਾਦਰ ਸਾਹਿਬ ਸ਼ਹੀਦ ਹੋ ਜਾਂਦੇ ਨੇ ਗੁਰੂ ਸਾਹਿਬ ਦੇ ਵੱਲੋਂ ਕਹਿੰਦੇ ਨੇ ਕਿ ਮਾਣ ਬਖਸ਼ਿਆ ਜਾਂਦਾ ਸ਼ਹਾਦਤ ਦੀ ਦਾਤ ਜਿਹੜੀ ਆ ਪਰਿਵਾਰ ਦੇ ਵਿੱਚ ਬਖਸ਼ੀ ਜਾਂਦੀ ਆ ਪਰ ਤੁਹਾਡੇ ਮਾਤਾ ਜੀ ਵੀ ਕੌਮ ਦੇ ਵਿੱਚ ਵੱਡਾ ਸਥਾਨ ਰੱਖਦੇ ਨੇ ਉਹਨਾਂ ਨੂੰ ਵੀ ਸ਼ਹੀਦ ਦਾ ਖਿਤਾਬ ਜਿਹੜਾ ਕੌਮ ਦੇ ਵੱਲੋਂ ਦਿੱਤਾ ਜਾਂਦਾ ਪਰ ਉਹਨਾਂ ਪ੍ਰਤੀ ਨਾ ਕੌਮ ਦੇ ਵਿੱਚ ਕੁਝ ਭਰਮ ਭੁਲੇਖੇ ਬੜੇ ਪਾਲੇ ਗਏ ਨੇ ਕਿ ਬੀਬੀ ਬਿਮਲ ਕੌਰ ਖਾਲਸਾ ਦੀ ਸ਼ਹਾਦਤ ਕਿਵੇਂ ਹੁੰਦੀ ਕੋਈ ਤਾਂ ਕਹਿੰਦੇ ਨੇ ਕਿ ਬੀਬੀ ਬਿਮਲ ਕੌਰ ਖਾਲਸਾ ਨੇ ਜਿਹੜਾ ਸਾਈਨਾਈਡ ਖਾ ਲਿਆ ਕੋਈ ਗੋਲੀ ਲੱਗਣ ਦੀ ਗੱਲ ਕਹਿੰਦੇ ਨੇ ਕਿ ਪੁਲਿਸ ਨੇ ਘੇਰ ਕੇ ਮੁਕਾਬਲਾ ਬਣਾ ਦਿੱਤਾ ਗਿਆ ਅਸਲ ਕਾਰਨ ਕੀ ਸੀ ਕਿਉਂਕਿ ਪਤਾ ਲੱਗਦਾ ਕਿ ਤੁਸੀਂ ਮਾਤਾ ਜੀ ਦੇ ਨਾਲ ਉਸ ਸਮੇਂ ਮੌਜੂਦ ਸੀ ਵੀਰ ਜੀ ਹੁਣੀ ਹਾਲਾਂਕਿ ਹੋਸਟਲ ਦੇ ਵਿੱਚ ਆਪਣੀ ਪੜ੍ਹਾਈ ਜਿਹੜੀ ਉਹ ਕੰਟੀਨਿਊ ਕਰਦੇ ਸੀ ਕਿਉਂਕਿ ਦੇਖੋ ਜਦੋਂ ਇਹ ਸੰਘਰਸ਼ ਚੱਲ ਰਿਹਾ ਸੀ ਹੈ ਨਾ ਉਹ ਆਪਣਾ ਪੂਰਾ ਰੋਲ ਨਿਭਾ ਰਹੇ ਸੀਗੇ ਹੈ ਨਾ ਜਿਹੜੇ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਹੋਏ ਆ ਉਹਨਾਂ ਨੂੰ ਫੜ ਫੜ ਜੇਲ੍ਹਾਂ 'ਚ ਹੈ ਨਾ ਡੱਕਿਆ ਹੋਇਆ ਸੀ ਅਤੇ ਸਾਡੇ ਮਾਤਾ ਜੀ ਹਰੇਕ ਨੂੰ ਮਿਲਦੇ ਸੀ ਇੱਥੋਂ ਤੱਕ ਕਿ ਜਦੋਂ ਸਾਡੇ ਮਾਤਾ ਜੀ 91 'ਚ ਬਾਹਰ ਗਏ ਰਣਜੀਤ ਸਿੰਘ ਕੁੱਕੀ ਨੂੰ ਵੀ ਮਿਲ ਕੇ ਆਏ ਨੇ ਅਮਰੀਕਾ ਦੀ ਜੇਲ੍ਹ 'ਚ ਅੱਛਾ ਰਣਜੀਤ ਸਿੰਘ ਕੁੱਕੀ ਗੱਲ ਉਸ ਸਮੇਂ ਅਮਰੀਕਾ ਦੀ ਜੇਲ੍ਹ ਦੇ ਵਿੱਚ ਸੀ ਨਿਊਯਾਰਕ ਜੇਲ੍ਹ ਸੀ ਉੱਥੇ ਵੀ ਮਿਲ ਕੇ ਆਏ ਮੈਂ ਕਿ ਸਾਡੇ ਮਾਤਾ ਜੀ ਤਾਂ ਬਹੁਤ ਹੈ ਨਾ 90 ਹਰੇਕ ਸਿੰਘਾਂ ਨੂੰ ਮਿਲ ਕੇ ਆਉਂਦੇ ਸੀ ਹੈ ਨਾ ਅਤੇ ਉਹ ਬਸ ਨੌਜਵਾਨਾਂ ਦੀ ਆਵਾਜ਼ ਉਠਾਉਂਦੇ ਸੀ ਅਤੇ ਇਹੀ ਸਰਕਾਰ ਨੂੰ ਚੁਭਦਾ ਸੀ ਕਿਉਂਕਿ ਬਈ ਮੈਂ ਇਹ ਨਹੀਂ ਕਹਿੰਦਾ ਮੇਰੀ ਮਾਤਾ ਹੈ ਤਾਂ ਮੈਂ ਬਹੁਤ ਮਗਰ ਜਿਵੇਂ ਸਾਡੀ ਮਾਤਾ ਜੀ ਨੇ ਆਵਾਜ਼ ਚੱਕੀ ਹੈ ਨੌਜਵਾਨਾਂ ਪ੍ਰਤੀ ਇੱਥੋਂ ਤੱਕ ਕਿ ਉਹਨਾਂ ਨੇ ਉਹ ਪ੍ਰਾਈਮ ਉੱਥੇ ਮੈਂ ਉੱਥੇ ਵੀ ਪਾਰਲੀਮੈਂਟ 'ਚ ਵੀ ਕਹਿਤਾ ਸੀ ਕਿ ਰਾਜੀਵ ਗਾਂਧੀ ਨੂੰ ਫਾਂਸੀ ਲਾ ਦਿੱਤੀ ਜਾਵੇ ਕਿਉਂਕਿ ਹੀ ਇਜ਼ ਦਾ ਮੇਨ ਕਲਪਰੇਟ ਜਿਹੜਾ ਪੰਜਾਬ ਵਿੱਚ ਨੌਜਵਾਨਾਂ ਮੁਕਾਬਲੇ ਬਣਾ ਰਿਹਾ ਹੈ ਨਾ ਉੱਥੇ ਤੱਕ ਕਹਿਤਾ ਸੀਗਾ ਹੈ ਨਾ ਉਹ ਤਾਂ ਪੂਰੀ ਆਵਾਜ਼ ਚੱਕਦੇ ਸੀਗੇ ਨੌਜਵਾਨਾਂ ਦੀ ਅਤੇ ਫਿਰ ਉਹ ਸਰਕਾਰ ਨਾਲ ਲੱਗਦੀ ਸੀ ਸਰਕਾਰ ਦਾ ਸਭ ਤੋਂ ਵੱਡਾ ਯੰਤਰ ਕੀ ਸੀ ਪੁਲਿਸ ਹੈ ਨਾ ਪੁਲਿਸ ਨਾਲ ਤਲਖੀ ਲੱਗਦੀ ਸੀ ਇੱਥੇ ਐਸ ਐਸ ਪੀ
ਉਹ ਸੀਗਾ ਚੰਡੀਗੜ੍ਹ ਸੁਮੇਧ ਸੈਣੀ ਸੀ, ਰੋਪੜ ਮੁਸਤਫਾ ਸੀ, ਇਹਨਾਂ ਲੱਗਦੀ ਸੀ ਹਨਾ, ਤੇ ਜਦੋਂ ਦੋਨਾਂ ਨਾਲ ਲੱਗਦੀ ਸੀ ਹਨਾ, ਕਿਉਂਕਿ ਇਹ ਸਾਡੇ ਮਾਤਾ ਜੀ ਨਾ ਕਿੰਨੇ, ਹੁਣ ਤੁਸੀਂ ਉਹ ਹੈ ਇਹ ਤਾਂ ਮੁਕਾਬਲੇ ਚੱਲ ਜਾਂਦੇ ਸੀ, ਹੁਣ ਜਿਵੇਂ ਕਿੱਡ ਦਾ ਮੁਕਾਬਲਾ ਹੈ ਉਹਦੀ ਲਾਸ਼ ਦਵਾਈ ਸੀ, ਹੋਰ ਕਿੰਨੇ ਮੁਕਾਬਲੇ ਆਵਾਜ਼ ਚੁੱਕਦੇ ਰਹਿੰਦੇ ਸੀ, ਚੱਕਦੇ ਰਹਿੰਦੇ ਸੀ, ਤੇ ਇਹ ਐਸ ਐਸ ਪੀ ਨੂੰ ਪਸੰਦ ਨਹੀਂ ਸੀ ਕਿਉਂਕਿ ਇਹ ਚਾਹੁੰਦੇ ਸੀ ਇਹ ਨੌਜਵਾਨਾਂ ਦਾ ਸ਼ਿਕਾਰ ਖੇਲਣ ਤੇ ਆਪਣੀਆਂ ਤਰੱਕੀਆਂ ਪਾਉਣ ਹਨਾ, ਤੇ ਉੱਥੋਂ ਉਹ ਹੋਈ। ਤੇ ਜਦੋਂ ਇਹ ਹੋਇਆ ਤੇ ਇਹ ਮੈਂ ਤੁਹਾਨੂੰ ਦੱਸ, ਇਹ ਇੱਕ ਲੜੀ ਹੈ, ਜਿਵੇਂ 29 ਤਰੀਕ ਨੂੰ ਸੈਣੀ ਤੇ ਬੰਬ ਲੱਗਾ, 29 ਉਸੇ ਅਗਸਤ ਨੂੰ ਹਨਾ, 29 ਅਗਸਤ ਨੂੰ, 30-31 ਨੂੰ ਜਟਾਣੇ ਦਾ ਇਹ ਹੋ ਗਿਆ, ਜਟਾਣਾ ਸਾਹਿਬ ਦਾ ਪਰਿਵਾਰ, ਜਟਾਣਾ ਸਾਹਿਬ ਪਰਿਵਾਰ ਨੂੰ ਸਾੜਤਾ, ਤੇ 2 ਤਰੀਕ ਨੂੰ ਮੰਡੇ ਬਣਦਾ ਸੀ, ਤੇ ਸਾਡੇ ਮੇਰੀ ਉਸ ਦਿਨ ਛੁੱਟੀ ਕਰਾਈ ਸੀ, ਤੇ ਤੁਹਾਨੂੰ ਅਸੀਂ ਪਹਿਲਾਂ ਕਹਿ ਕੇ ਦੱਸੇ ਸਟੱਡੀ ਪਾਸੇ ਦਾ ਕੋਈ ਕੰਪਰੋਮਾਈਜ਼ ਨਹੀਂ ਸੀ। ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ, ਜਦੋਂ ਸਾਡੇ ਮਾਤਾ ਜੀ ਗਏ ਹਨਾ, ਜੋ ਬਾਹਰ ਗਏ ਮੈਨੂੰ ਨਾਲ ਨਹੀਂ ਲੈ ਕੇ ਗਏ, ਕਿਉਂ ਨਹੀਂ ਲੈ ਕੇ ਗਏ, ਤੇਰੀ ਪੜ੍ਹਾਈ ਖਰਾਬ ਹੋ ਗਈ। ਅੱਛਾ, ਫੌਰਨ ਜਦੋਂ ਗਏ ਤਾਂ ਦੋਨੇ ਭਰਾ ਤੁਸੀਂ ਇੱਥੇ ਸੀਗੇ, ਸਾਰੇ ਤਿੰਨੇ ਇੱਥੇ ਸੀਗੇ, ਤੁਸੀਂ ਪੜ੍ਹਾਈ ਕਰੋ ਮੈਂ ਚੱਲੀ ਹਾਂ। ਅੱਛਾ, ਉਹ ਇੰਨਾ ਸੀਗਾ ਤੁਸੀਂ ਪੜ੍ਹਨਾ ਬਸ ਹਨਾ, ਪੜ੍ਹਾਈ ਹਨਾ, ਤੇ ਉਹਦੀ ਛੁੱਟੀ ਕਰਾਈ ਸੀਗੀ, ਤੇ ਕਿਉਂਕਿ ਬੰਬ ਲੱਗੇ ਸਾਰੇ ਹਾਲਾਤ ਖਰਾਬ ਸੀ, ਤੇ ਸਵੇਰੇ ਤਾਂ ਵਧੀਆ ਪੂਰੇ ਫਿੱਟ ਫੱਟ ਸੀ, ਪੂਰੇ ਸੀ, ਹੈਲਦੀ ਸੀ, ਕੋਈ ਉਹ ਚਲੋ ਮਾੜਾ ਮੋਟਾ ਉਹ ਜਾ ਕੇ ਆਏ ਸੀਗੇ ਕੋਈ ਥੋੜ੍ਹਾ ਜਿਹਾ ਹਨਾ, ਕਿਉਂਕਿ ਸਟ੍ਰੈਸ ਸੀਗਾ ਉਹਨਾਂ ਨੂੰ, ਡਾਕਟਰ ਨੇ ਕਿਹਾ ਸੀ ਆਰਾਮ ਕਰੋ ਤੁਹਾਨੂੰ ਸਟ੍ਰੈਸ ਹੈ, ਮਾਤਾ ਜੀ ਤਾਂ ਆਰਾਮ ਕਿੱਥੇ, ਰੋਜ਼ ਤਾਂ ਝੂਠੇ ਮੁਕਾਬਲੇ ਹੁੰਦੇ ਸੀ, ਤੇ ਉਹ ਕੱਪੜੇ ਧੋ ਰਹੇ ਸੀਗੇ, ਤੇ ਮੈਂ ਘਰੇ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਉਹ ਗਿਰ ਗਏ। ਕਿਹੜੀ ਜਗ੍ਹਾ ਘਰ ਕੇ ਇਸੇ ਪਿੰਡ ਦੇ ਵਿੱਚ ਜਾਂ ਨਹੀਂ, 1082 ਫੇਸ 5 ਵਾਲੀ ਕੋਠੀ, ਉੱਥੇ ਗਿਰੇ ਸੀਗੇ, ਤੇ ਉੱਥੇ ਗਿਰੇ ਤੇ ਇਹਨਾਂ ਨੇ ਉੱਥੇ ਬੰਦੇ ਹੱਥ ਪੈਰ ਰਗੜੇ ਹਨਾ ਕੁਛ ਹਨਾ, ਫਿਰ ਉਹ ਲੈ ਕੇ ਗਏ ਤੇ ਡਿਕਲੇਅਰ ਡੈਡ ਸੀਗਾ। ਫਿਰ ਗੱਲ ਪਹਿਲਾਂ ਕੀ ਉੱਡੀ ਉਸ ਟਾਈਮ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕੀ ਹੈ, ਹੁਣ ਅਸੀਂ ਦੇਖਦੇ ਨਾ ਕੀ ਹੋ ਰਿਹਾ ਕਿਵੇਂ ਕੀ ਸੀ, ਮੈਨੂੰ ਤਾਂ ਚੰਗੀ ਤਰ੍ਹਾਂ ਯਾਦ, ਇੱਕ ਗੱਲ ਯਾਦ ਹੈ ਮੈਨੂੰ ਉਹ ਦਿਨ ਦੀ, ਉਹ ਤਾਂ ਮੈਂ ਭੁੱਲ ਨਹੀਂ ਸਕਦਾ ਸਾਰੀ ਉਮਰ। ਤੇ ਪਹਿਲਾਂ ਉਹਨਾਂ ਨੇ ਗੱਲ ਲੜਾਈ ਕਿ ਸਾਈਨੈਟ ਖਾ ਲਿਆ ਬੀਬੀ ਨੇ, ਕਿਉਂਕਿ ਇਹ ਰਾਜਸਥਾਨੀ ਦਾ ਕੋਈ ਮੁਕਾਬਲਾ ਹੋ ਗਿਆ ਥੋੜ੍ਹੇ ਦਿਨ ਪਹਿਲਾਂ, ਅਤੇ ਤਾਂ ਕਰਕੇ ਇਹਨਾਂ ਨੇ ਕਹਾਣੀ ਬਣਾ ਲਈ ਕਿ ਬੀਬੀ ਡਰ ਗਈ ਕਿ ਸਾਈਨੈਟ ਖਾ ਲਿਆ, ਅਤੇ ਸਾਈਨੈਟ ਦੀ ਕਹਾਣੀ ਤਾਂ ਨਹੀਂ ਚੱਲੀ, ਉਹ ਕਹਿੰਦੇ ਤਿੰਨ ਛੋਟੇ ਛੋਟੇ ਬੱਚੇ ਸਾਈਨੈਟ ਕਿੱਥੋਂ ਖਾ ਸਕਦੀ ਹੈ। ਫਿਰ ਇਹਨਾਂ ਨੇ ਕਹਾਣੀ ਬਣਾਤੀ ਜੀ, ਕਰੰਟ ਲੱਗ ਗਿਆ, ਫਿਰ ਕਹਾਣੀ ਬਣਾਤੀ ਜੀ, ਸਿਰ ਦੀ ਨਾੜੀ ਪਾਟ ਗਈ, ਜੋ ਪੋਸਟਮਾਰਟਮ ਨਹੀਂ ਹੋਇਆ, ਤੁਸੀਂ ਕਿਵੇਂ ਕਹਿ ਸਕਦੇ ਪੋਸਟਮਾਰਟਮ ਨਹੀਂ ਹੋਇਆ ਬੀਬੀ ਬਿਮਲ ਕੌਰ ਜੀ ਦਾ, ਕਿਉਂਕਿ ਸਾਡਾ ਤਾਇਆ ਅਤੇ ਫਿਰ ਕਈਆਂ ਨੇ ਕਿਹਾ ਹਾਰਟ ਅਟੈਕ ਹੋ ਗਿਆ, ਅਤੇ ਜੋ ਪੋਸਟਮਾਰਟਮ ਹੀ ਨਹੀਂ ਹੋਇਆ ਅਤੇ ਤੁਸੀਂ ਕਿਵੇਂ ਕਹਿ ਸਕਦੇ ਕਿਵੇਂ ਡੈਥ ਹੋਈ। ਅਤੇ ਸਾਡਾ ਤਾਇਆ ਸ਼ਮਸ਼ੀਰ ਸਿੰਘ ਜਿਹੜਾ ਸਾਡੇ ਪਿਤਾ ਜੀ ਦਾ ਵੱਡਾ ਭਰਾ ਹੈ, ਉਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਠਾਕਰ ਸਿੰਘ, ਮੋਕਮ ਸਿੰਘ, ਹੋਰ ਟਕਸਾਲ ਦੇ ਸਿੰਘਾਂ ਨਾਲ ਬਹੁਤ ਲੜਿਆ, ਮਤਲਬ ਕਿ ਉਹ ਕਹਿ ਰਿਹਾ ਸੀ ਮੈਂ ਜਾਣਨਾ ਚਾਹੁੰਦਾ ਇਹਦੀ ਮੌਤ ਦਾ ਕਾਰਨ ਕੀ ਹੈ, ਉਹ ਮੈਡੀਕਲ ਪੋਸਟਮਾਰਟਮ ਕਰਾਓ। ਜਥੇਦਾਰ ਤੋਤਾ ਸਿੰਘ ਜੀ ਵੀ ਉਦੋਂ ਸੀਗੇ, ਘਰੇ ਹੀ ਆਏ ਸੀ, ਤੇ ਉਹਨਾਂ ਨੇ ਵੀ ਸਗੋਂ ਕਿਹਾ ਭਾਈ ਵੀ ਬੀਬੀ ਨੂੰ ਲੈ ਕੇ ਜਾਓ PGI, ਇਹਨਾਂ ਦਾ ਮੈਡੀਕਲ ਕਰਾਓ, ਪਤਾ ਤਾਂ ਲੱਗੇ। ਫਿਰ ਉਹ ਜਥੇਦਾਰ ਜੀ ਨੂੰ ਵੀ, ਤੋਤਾ ਸਿੰਘ ਜੀ ਨੂੰ ਵੀ ਧੱਕੇ ਧੁੱਕੇ ਮਾਰੇ ਉੱਥੇ, ਮੈਨੂੰ ਪਤਾ ਗੱਲ ਦਾ, ਜਿਹੜੇ ਉੱਥੇ ਸੀਗੇ ਟਕਸਾਲ ਦੇ ਸੀ ਜਾਂ ਕੋਈ ਸਰਕਾਰੀ ਬੰਦੇ ਸੀ ਜਾਂ ਜੋ ਵੀ ਸੀ, ਜਿਹੜੇ ਐਗਰੀ ਨਹੀਂ ਕਰਦੇ ਸੀ ਵੀ ਮੈਡੀਕਲ ਕਰਵਾਇਆ ਜਾਵੇ, ਤੇ ਜੋ ਕਿ ਸਹੀ ਗੱਲ ਹੈ। ਉਦੋਂ ਅਸੀਂ ਤਾਂ ਚਲੋ ਛੋਟੇ ਸੀ, ਸਾਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ, ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਗੱਲ ਕੀ ਹੋ ਕੀ ਰਿਹਾ ਹੈ, ਪਰ ਜੋ ਵੀ ਗੱਲ ਹੈ, ਪਰ ਮੈਡੀਕਲ ਕਰਵਾਉਣਾ ਚਾਹੀਦਾ ਸੀ, ਪਤਾ ਤਾਂ ਲੱਗਦਾ ਨਾ। ਅੱਜ ਵੀ ਇਹ ਹੁਣ ਇੱਕ ਰਾਜ਼ ਹੀ ਹੈ ਵੀ ਕਿਸੇ ਨੇ ਮਾਰਿਆ ਜਾਂ ਸੱਚੀ ਕਰੰਟ ਲੱਗ ਗਿਆ, ਹੁਣ ਇਹਦੇ ਬਾਰੇ ਕੋਈ, ਇਹ ਵੀ ਤਾਂ ਹੋ ਸਕਦੀ ਹੈ ਸਾਈਨਟ ਦਿੱਤਾ, ਮਾਤਾ ਸਾਡੀ ਇਕੱਲੀ ਸੀ, ਕੋਈ ਸਰਕਾਰੀ, ਉਹ ਪਿੱਛੇ ਕੱਪੜੇ ਧੋ ਰਹੇ ਸੀ, ਉਹ ਪਿੱਛੋਂ ਆਏ, ਉਹਨੇ ਮੂੰਹ 'ਚ ਫੜਿਆ ਸਾਈਨਟ ਪਾ ਤਾ, ਮਤਲਬ ਬੱਚਿਆਂ ਨੂੰ ਵੀ, ਮਾਤਾ ਦੇ ਬੱਚਿਆਂ ਨੂੰ ਵੀ ਨਹੀਂ ਪਤਾ ਕਿ ਕੀ ਕਰਨ ਸੀ, ਨਾ ਕਿਸੇ ਨੂੰ ਨਹੀਂ ਪਤਾ, ਕੁਛ ਪਤਾ, ਕਿਉਂਕਿ ਹੁਣ ਗੱਲਾਂ ਤਾਂ ਬਹੁਤ ਹੁੰਦੀਆਂ ਹੈ। ਹੁਣ ਕਹਿੰਦੇ ਆ ਵੀ ਜੀ ਜਿਹੜਾ ਉਦੋਂ ਘਰੇ ਨੌਕਰ ਸੀਗਾ, ਮੇਨ ਕੰਮ ਕਰਦਾ ਸੀ, ਛੋਟੂ ਸੀ ਉਹਦਾ ਨਾਮ, ਉਹ ਮੁਹੰਮਦ ਮੁਸਤਫਾ ਦੇ ਪਿੰਡ ਦਾ ਸੀ, ਉਹਨਾਂ ਦੇ ਇਹ ਵੀ ਗੱਲਾਂ ਬਹੁਤ ਚੱਲੀਆਂ ਹੈ ਬਈ ਇਹਨਾਂ ਨੇ ਕਿਤੋਂ ਘੁੰਮ ਘੁਮਾ ਕੇ ਰਖਵਾਇਆ ਹੋਇਆ ਸੀ। ਹੁਣ ਇਹ ਹੁਣ ਪੱਕਾ ਪਤਾ ਨਹੀਂ ਸਾਰੀ, ਐਕਚੁਅਲੀ ਜਦੋਂ ਤੱਕ ਮੈਡੀਕਲ ਨਹੀਂ ਸੀ, ਜਦੋਂ ਮੈਡੀਕਲ ਹੋਇਆ ਹੀ ਨਹੀਂ, ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਕਿਉਂਕਿ ਮੈਨੂੰ ਨਾ ਉਸਦੋਂ ਜਿਹੜਾ ਘਰੇ ਸੀਗਾ ਗਨਮੈਨ, ਅਤੇ ਮੈਨੂੰ ਉਹ ਮਿਲੇ, ਮਤਲਬ ਹੋਈ ਸੀ ਉਹਦੇ ਨਾਲ ਗੱਲ, ਮੈਂ ਉਹਨੂੰ ਵੀ ਪੁੱਛੀ ਸੀ ਇਹ ਗੱਲ ਬਈ ਕੋਈ ਆਇਆ ਸੀ ਘਰੇ, ਕਹਿੰਦਾ ਭਾਅ ਜੀ ਕੋਈ ਨਹੀਂ ਆਇਆ, ਮੈਂ ਕਹਿੰਦਾ ਖੁਦ ਬਾਹਰ ਝੂਲੇ 'ਤੇ ਬੈਠਾ ਸੀ, ਬਾਹਰ ਸੀਗਾ, ਕਹਿੰਦਾ ਕੋਈ ਬੰਦਾ ਘਰੇ ਨਹੀਂ ਆਇਆ, ਇੱਕ ਪਤਾ ਨਹੀਂ ਕਿਹੜਾ ਪੱਤਰਕਾਰ ਸੀਗਾ, ਕਹਿੰਦਾ ਉਹ ਆਇਆ ਸੀ
ਤੇ ਉਹ ਕਹਿੰਦਾ ਬੀਬੀ ਜੀ ਨੂੰ ਮਿਲਣਾ, ਕਹਿੰਦਾ ਮੈਂ ਕਿਹਾ ਵੀ ਬੀਬੀ ਜੀ ਕੰਮ ਕਰਦੇ ਆ ਵੀ ਤੂੰ ਬਹਿ ਜਾ, ਇੰਨੇ ਤੈਨੂੰ ਚਾਹ ਚੂਹ ਪਿਲਾਉਂਦੇ ਆ। ਕਹਿੰਦਾ ਉਹ ਬੰਦਾ ਬੈਠਾ ਸੀ, ਇੰਨੇ ਨੂੰ ਤਾਂ ਫਿਰ ਰੌਲਾ ਪੈ ਗਿਆ ਜੀ ਵੀ ਬੀਬੀ ਜੀ ਗਿਰ ਗਈ, ਬੀਬੀ ਗਿਰ ਗਈ ਬਸ। ਹਾਂ, ਦੋ ਕੁਰਬਾਨੀਆਂ ਪਰਿਵਾਰ ਦੇ ਵਿੱਚ ਨੇ, ਛੋਟੀ ਉਮਰੇ ਫਾਦਰ ਚਲਿਆ ਜਾਂਦਾ, ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਦੇਖਿਆ ਵੀ ਨਹੀਂ, ਮੈਨੂੰ ਤਾਂ ਫਾਦਰ ਮੇਰਾ ਯਾਦ ਵੀ ਨਹੀਂ। ਥੋੜ੍ਹੇ ਜਿਹੇ ਵੱਡੇ ਹੁੰਦੇ ਉਹ ਮਾਤਾ ਜੀ ਚਲੇ ਜਾਂਦੇ ਨੇ। ਉਸ ਤੋਂ ਬਾਅਦ ਕੌਮ ਦੇ ਵਿੱਚ ਵੱਡੀ ਸੇਵਾ ਸੀ ਪਰਿਵਾਰ ਦੀ, ਕੌਮ ਨੇ ਬੱਚਿਆਂ ਦਾ ਸਾਥ ਦਿੱਤਾ? ਨਹੀਂ ਜੀ, ਸਾਡਾ ਦੇਖੋ ਉਸ ਤੋਂ ਬਾਅਦ ਕੀ ਹੋਇਆ, ਹੋਰ ਹੋਰ ਤੁਹਾਨੂੰ ਇਸ 'ਚ ਐਡ ਕਰ, ਸਾਡੇ ਨਾਲ ਕੀ ਹੋਰ ਹੋਏ, ਸਾਡੇ ਮਾਤਾ ਜੀ ਹੋਇਆਂ ਨਾਲ 2-3 ਮਹੀਨੇ ਪਹਿਲਾਂ ਹੀ ਬਾਹਰੋਂ ਆਏ ਸੀ, ਥੋੜ੍ਹਾ ਚਿਰ ਹੀ ਹੋਏ, 3-4 ਮਹੀਨੇ ਹੋਏ ਸੀ। ਅਤੇ ਸਾਡੇ ਘਰ ਉਸ ਤੋਂ ਬਾਅਦ ਚੋਰੀ ਹੋ ਗਈ ਸੀ, ਸਗੋਂ ਸਾਡੇ ਰਿਸ਼ਤੇਦਾਰ, ਤੁਹਾਨੂੰ ਯਾਦ ਆ, ਮਾਸੀਆਂ ਕਹਿ ਰਹੀਆਂ ਸੀ ਕਿ ਅਸੀਂ ਇੱਥੇ ਰਹਿ ਲੈਂਦੇ ਹਾਂ, ਸਾਨੂੰ ਅਸੀਂ ਰਹਿ ਲੈਂਦੇ ਕਿਰਾਏ 'ਤੇ, ਤਾਂ ਕਿ ਘਰ ਦੀ ਰਖਵਾਲੀ ਹੋਵੇ, ਸਾਰਾ ਖਾਣਾ ਕੀਤਾ ਜਾਵੇ। ਅਤੇ ਉਸ ਟਾਈਮ ਟਕਸਾਲ ਨੇ ਕਿਹਾ ਸੀ ਨਹੀਂ ਨਹੀਂ ਇੱਥੇ ਕਿਰਾਏ 'ਤੇ ਨਹੀਂ ਰੱਖਣਾ ਕਿਸੇ ਨੂੰ। ਉਹ ਕਹਿੰਦੇ, ਸਾਡੇ ਮੈਨੂੰ ਯਾਦ ਆ, ਮਾਸੀ ਕਹਿੰਦੇ ਚੋਰੀ ਹੋ ਗਈ ਕੌਣ ਜ਼ਿੰਮੇਵਾਰ ਆ, ਕਹਿੰਦੇ ਚੋਰੀ ਹੋ ਗਈ ਅਸੀਂ ਪੈਸੇ ਦੇਵਾਂਗੇ, ਅਤੇ ਦਿੱਤੇ ਵੀ ਸਾਨੂੰ ਚੋਰੀ ਕਰ, ਹੁਣ ਕਿਹਨੇ ਕੀਤੀ, ਰੱਬ ਜਾਣਾ ਤਾਂ ਕੌਣ ਜਾਣਦਾ, ਚੋਰੀ ਕੀਤੀ। ਅਤੇ ਚੋਰੀ ਉਹਨਾਂ ਨੇ ਕੀ ਚੋਰੀ ਕਰਕੇ ਲੈ ਗਏ, ਸਾਨੂੰ ਤਾਂ ਪਤਾ ਨਹੀਂ ਸਮਾਨ ਕੀ ਸੀ, ਬੱਚੇ ਸੀ, ਸਾਨੂੰ ਕੀ ਪਤਾ ਸਾਡੀ ਮਾਤਾ ਕੀ ਕੀ ਸਮਾਨ ਹੈ ਕੀ ਨਹੀਂ। ਅਤੇ ਉਹਨਾਂ ਨੇ ਜਿਹੜੇ ਚੋਰ ਆਏ, ਉਹਨਾਂ ਨੇ ਸਿਰਫ 2 ਕਮਰੇ ਤੋੜੇ, ਇੱਕ ਸਾਡੀ ਮਾਤਾ ਜੀ ਦਾ ਕਮਰਾ ਤੋੜਿਆ, ਅਤੇ ਉਹੀ ਕਮਰਾ ਤੋੜਿਆ, ਅਤੇ ਉਹੀ ਅਲਮਾਰੀ ਤੋੜੀ, ਉਹਨਾਂ ਨੂੰ ਪਤਾ ਸੀ ਕਿਹੜੀ ਅਲਮਾਰੀ ਹੈ। ਅਤੇ ਇਹਨਾਂ ਨੇ ਸਟੋਰ ਵੀ ਉਹ ਤੋੜਿਆ, ਇਹਨਾਂ ਨੂੰ ਪਤਾ ਸਟੋਰ ਦੇ ਉੱਥੇ ਸੰਦੂਕ 'ਚ ਕੀ ਪਿਆ, ਮਗਰ ਘਰ ਦਾ ਭੇਤੀ ਸੀ ਜਿਹਨੇ ਵੀ ਚੋਰੀ ਕਰਵਾਈ ਹੈ। ਅਤੇ ਉਹ ਆਪਣੀ ਖੁੰਦਕ ਵੀ ਕੱਢ ਕੇ ਸੀ, ਉੱਥੇ ਘਰ ਦੇ ਥਾਂ ਥਾਂ ਹੈ ਨਾ ਟੋਇਲਟ ਪਏ ਹੋਏ ਆ, ਜੋ ਇਹਨਾਂ ਨੇ, ਮੈਂ ਤਾਂ ਸੀਗਾ ਨਹੀਂ ਜਦੋਂ, ਹੈ ਨਾ, ਜੋ ਮੈਂ ਤਾਂ ਗਿਆ ਨਹੀਂ ਸੀ। ਅਤੇ ਨਾਨੀ ਹੁਣੀ ਦੱਸਦੇ ਜੋ ਘਰ 'ਚ ਬੜੇ ਤਾਂ ਮੁਸ਼ਕ ਹੀ ਮੁਸ਼ਕ ਆਈ, ਮਤਲਬ ਕੋਈ ਕੋਈ ਪਾਪ ਕਰਕੇ ਗਿਆ ਸੀ। ਅਤੇ ਮੈਂ ਇਹ ਵੀ ਦੱਸਦਾ, ਜਿਨ੍ਹਾਂ ਨੇ ਉਹ ਪਾਪ ਕਮਾਇਆ ਨਾ, ਉਹ ਅੱਜ ਨਿਕਲਦਾ ਵੀ ਹੋਣਾ, ਹੁਣ ਸਾਨੂੰ ਤਾਂ ਪਤਾ ਨਹੀਂ ਕਿਹਨੇ ਕੀਤਾ ਕਿਹਨੇ ਨਹੀਂ। ਮੈਂ ਜਿਹੜਾ ਵੀ ਸੀ ਉਹ ਅੱਜ ਦੀ ਚੈਨ ਦੀ ਨੀਂਦ ਨਹੀਂ ਸੌਂਦਾ ਹੋਣਾ, ਇਹ ਮੈਂ ਤੁਹਾਨੂੰ, ਮਤਲਬ ਕੌਮ ਦੇ ਨਾਲ ਗਿਲਾ ਦੋਨਾਂ ਭਰਾਵਾਂ ਨੂੰ। ਨਹੀਂ ਦੇਖੋ, ਮੈਨੂੰ ਗਿਲਾ ਹੁਣ ਨਹੀਂ ਹੈ, ਪਹਿਲਾਂ ਸੀ, ਕਿਉਂਕਿ ਹੁਣ ਤਾਂ ਹੀ ਦੇਖੋ ਟਾਈਮ ਲੰਘ ਗਿਆ, ਹੁਣ ਤਾਂ ਅਸੀਂ ਐਕਚੁਲੀ ਨਾ, ਅਸੀਂ ਹੁਣ ਗਿਲਾ ਵੀ ਕੀ ਕਹੀਏ, ਐਕਚੁਲੀ ਨਾ ਜੇ ਸਾਡੇ ਮਾਤਾ ਜੀ ਹੋਰ 10 ਕੁ ਸਾਲ ਵੀ ਹੋਰ ਕੱਢ ਜਾਂਦੇ ਨਾ ਤਾਂ ਵੀ ਬਹੁਤ ਸੀ। ਐਕਚੁਲੀ ਸਾਡੇ ਮਾਤਾ ਜੀ ਬਹੁਤ ਛੇਤੀ ਚੜ੍ਹਾਈ ਕਰ ਗਏ, ਉਹਨਾਂ ਦਾ ਅਫਸੋਸ ਜ਼ਿਆਦਾ। ਹਾਂ, ਉਹਨਾਂ ਦਾ, ਕਿਉਂਕਿ ਐਕਚੁਲੀ ਉਹਨਾਂ ਨੇ ਹੀ ਸਾਂਭਣਾ ਸੀ, ਇੱਕ ਜੀ ਰਹਿ ਵੀ ਜਾਂਦਾ ਨਾ, ਇੱਕ ਜੀ ਰਹਿ ਤਾਂ ਵੀ। ਹਾਂ, ਐਕਚੁਲੀ ਉਹ 84 'ਚ ਫਾਦਰ ਸਾਹਿਬ ਹੋ ਗਏ, ਉਦੋਂ 50 ਦਾ ਬਰਥ ਸੀ, ਮਦਰ ਫਾਦਰ ਦਾ ਦੋਨਾਂ ਦਾ ਹੀ, ਅਤੇ 91 'ਚ ਮਦਰ ਹੋ ਗਏ। ਜਦੋਂ ਮਦਰ ਹੋਏ ਆ ਫਿਰ ਤਾਂ ਬਹੁਤ ਬੁਰਾ ਹਾਲ ਹੋਇਆ ਸਾਡਾ, ਫਿਰ ਤਾਂ ਪੁੱਛੋ ਹੀ ਨਾ। ਫਿਰ ਤਾਂ ਸਾਨੂੰ ਲਵਾਰੇ ਛੱਡਤਾ, ਇੱਕ ਕਿਸਮ ਦੇ ਲਵਾਰੇ ਛੱਡਿਆ, ਅਸੀਂ ਹੋਸਟਲਾਂ 'ਚ ਪੜ੍ਹੇ, ਠੀਕ ਹੈ ਜੀ। ਇਹ ਵੀ 10ਵੀਂ 12ਵੀਂ ਹੋਸਟਲ 'ਚ ਪੜ੍ਹਿਆ, ਸਿਸਟਰ ਵੀ, ਮੈਂ ਵੀ 10ਵੀਂ ਤਾਂ ਹੋਸਟਲ ਪੜ੍ਹਿਆ, ਸਾਨੂੰ ਕੋਈ ਮਿਲਣੇ ਨਹੀਂ ਆਉਂਦਾ ਸੀ, ਸਾਨੂੰ ਸਿਰਫ ਮਾਸੀ ਮਿਲਣ ਆਉਂਦੀ ਸੀ ਬਸ, ਕੋਈ ਜਿਹੜੇ ਕੋਈ ਨਹੀਂ, ਜਿਹਦਾ ਮਰਜ਼ੀ ਨਾਮ ਲੈ ਦਿਓ, ਟਕਸਾਲ ਹੋਵੇ, ਨਾ ਹੋਵੇ, ਜਿਹੜੀ ਮਰਜ਼ੀ ਜਥੇਬੰਦੀ ਹੋਵੇ, ਮਾਨ ਹੋਵੇ, ਬਿੱਟੂ ਹੋਵੇ, ਜਿਹੜੀ ਮਰਜ਼ੀ, ਜਿਹਦਾ ਮਰਜ਼ੀ, ਚਲੋ ਮੈਂ ਕਿਸੇ ਨਾਂ ਨਹੀਂ ਲੈਣੀ, ਮੈਂ ਕੋਈ ਵੀ ਜਥੇਬੰਦੀ, ਸਾਨੂੰ ਕੋਈ ਨਹੀਂ ਪੁੱਛਣਾ ਤੁਸੀਂ ਜਿਉਂਦੇ ਹੋ, ਮਰ ਗਏ ਹੋ, ਕੋਈ ਜ਼ਿੰਮੇਵਾਰੀ ਨਹੀਂ ਲਈ, ਕੋਈ ਕਿਸੇ ਜ਼ਿੰਮੇਵਾਰੀ ਨਹੀਂ ਲਈ, ਕੋਈ ਹੈਲਦੀ ਹੋ, ਤੁਸੀਂ ਠੀਕ ਹੋ, ਤੁਹਾਡੀ ਪੜ੍ਹਾਈ ਕਿਵੇਂ ਚੱਲਦੀ ਹੈ। ਉਹ ਸਭ ਤੋਂ ਜ਼ਿਆਦਾ ਮੈਨੂੰ ਰਿਪੈਂਟ ਹੈ, ਮੇਰੀ ਪੜ੍ਹਾਈ ਨਹੀਂ ਕੀਤੀ, ਮੈਂ 12 ਪਾਸ ਹਾਂ, +2 ਕੀਤੀ ਹੈ ਨਾ, ਤਦ ਨਹੀਂ ਪਤਾ ਲੱਗਦਾ ਸੀ, ਹੈ ਨਾ, ਕੋਈ ਸਾਡੇ, ਚਲੋ ਨਹੀਂ ਪੈਸੇ ਦੇਣੇ, ਕਿਹੜਾ ਗਾਈਡ ਕਰ ਦਿਓ ਯਾਰ ਕਿ ਤੁਸੀਂ ਬੱਚੋ, ਤੁਹਾਡੀ ਪੜ੍ਹਾਈ ਬਹੁਤ ਜ਼ਰੂਰੀ ਆ, ਆ ਕਰੋ, ਫਿਰ ਅਸੀਂ ਨਸ਼ਿਆਂ 'ਚ ਪੈ ਗਏ। ਹੁਣ ਸਾਨੂੰ ਕੀ ਪਤਾ ਸੀ, ਜੋ ਸਾਡੇ ਆਲੇ ਦੁਆਲੇ ਹੁੰਦਾ ਸੀ ਉਹੀ ਕਰਦੇ ਕਰਦੇ ਰਹੇ ਪਹਿਲਾਂ ਕਰਦੇ ਰਹੇ, ਐਡਮਿਟ ਕਰਦਾ, ਕਿਉਂਕਿ ਹੁਣ ਜੋ ਅਸੀਂ 18 ਸਾਲ ਦੇ, 19 ਸਾਲ ਦਾ ਬੱਚਾ ਟੀਨੇਜਰ ਕੀ, ਹੈ ਨਾ, ਉਹ ਕੀ ਕਰੂਗਾ ਹੁਣ, ਉਹ ਤਾਂ ਨਹੀਂ ਕਰੂਗਾ ਪਾਠ ਜਾਂ ਕੁਛ, ਸਾਨੂੰ ਕੋਈ ਗਾਈਡ ਕਰਨ ਵਾਲਾ ਹੁੰਦਾ, ਸਾਡੀ ਮਾਂ ਸੀ ਆਉਂਦਾ ਜੀ ਸਾਡੀ ਨਾ। ਐਕਚੁਅਲੀ ਨਾ ਮੈਂ ਤੁਹਾਨੂੰ ਸਹੀ ਗੱਲ ਦੱਸੀਏ, ਅਸੀਂ ਰਹਿੰਦੇ ਸੀ ਇਕੱਲੇ, ਮੁੰਡੇ ਨਸ਼ੇ ਕਰਦੇ ਸੀ ਰੈਲੇਟਿਵ ਦੇ, ਤੇ ਉਹਨਾਂ ਨੂੰ ਚਾਹੀਦੀ ਸੀ ਜਗ੍ਹਾ ਨਸ਼ਾ ਕਰਨ ਲਈ। ਅਸੀਂ ਕੋਈ ਨਸ਼ਾ ਨਹੀਂ ਸੀ ਪਹਿਲਾਂ ਕਰਦੇ, ਉਹਨਾਂ ਨੇ ਮਤਲਬ ਆਪਣੀ ਨਸ਼ਾ ਕਰਨ ਵਾਸਤੇ ਜਗ੍ਹਾ ਬਣਾਉਣ ਵਾਸਤੇ ਤੇ ਸਾਨੂੰ ਲਾਤਾ ਦੋਨੇ ਭਰਾਵਾਂ ਨੂੰ, ਹਾਂ ਬਈ ਅਸੀਂ ਉਰੇ ਬੈਠ ਕੇ ਨਸ਼ਾ ਕਰਿਆ ਕਰਾਂਗੇ, ਜੇ ਇਹ ਲੱਗਣਗੇ ਸਾਡੇ ਨਾਲ ਤਾਂ ਇਹਨਾਂ ਨੇ ਸਾਨੂੰ ਅੰਦਰ ਵੜਨ ਦੇਣਾ, ਨਹੀਂ ਇਹਨਾਂ ਨੇ ਸਾਨੂੰ ਕਿੱਥੇ ਆਉਣ ਜਾਣ ਦੇਣਾ। ਲੱਗਦਾ ਸ਼ੱਕ ਹੈ ਕਿ ਸਾਡੇ ਘਰੇ ਨਸ਼ਾ ਕਿਸੇ ਨੇ ਵਾੜਿਆ, ਕਿਸੇ ਨੇ ਜਰੂਰ ਕਿ ਬਈ ਮੁੰਡੇ ਨੌਜਵਾਨ ਹੋ ਗਏ ਨੇ, ਉਹਨਾਂ ਦੇ ਘਰੇ ਵਾੜ ਦਿਓ, ਵਾੜ ਦਿਓ। ਕੌਮੀ ਯੋਧੇ ਦਾ ਪਰਿਵਾਰ ਆ, ਉਹਨਾਂ ਦਾ ਤੁਸੀਂ ਖੂਨ ਹੋ, ਵੱਡੀ ਗੱਲ ਕਹਿ ਰਹੇ ਹੋ ਕਿ ਹਾਂ
ਸਾਡਾ ਸਾਂਭਣਾ ਤਾਂ ਸਾਨੂੰ ਕੀ ਸੀ, ਸਾਨੂੰ ਨਸ਼ੇ ਤੇ ਲਾਤਾ ਜੀ ਚਲੋ ਉਹ ਵੀ ਮੰਨਦੇ ਆ ਸਾਡੇ ਕੋਲ ਤਾਂ ਵੀ ਕੋਈ ਨੀ ਆਇਆ ਕਿ ਮੁੰਡੇ ਨਸ਼ੇ ਤੇ ਲੱਗ ਗਏ ਇਹਨਾਂ ਨੂੰ ਨਸ਼ਿਆਂ ਤੋਂ ਵੀ ਕਢਾ ਦਈਏ ਯਾਰ ਇਹਨਾਂ ਨੂੰ ਪੁੱਛੀਏ ਤੁਹਾਡੀ ਕੀ ਪ੍ਰੋਬਲਮ ਹੈ ਤੁਸੀਂ ਨਸ਼ਾ ਛੱਡੋ ਤੁਹਾਡਾ ਰਸ ਮੈਂ ਦੱਸਾਂ ਜੀ ਮੇਰੀ ਆਪਣੀ ਮੈਨੂੰ ਤਾਂ ਬਾਹਰ ਜਾ ਕੇ ਪਤਾ ਲੱਗਾ ਕਿ ਮੈਂ ਪਰਿਵਾਰ ਕੀ ਹੈ ਕੀ ਨਹੀਂ ਮੈਂ ਤਾਂ ਅਸੀਂ ਜੋ ਆਲੇ ਦੁਆਲੇ ਹੁੰਦੇ ਕਰੀ ਜਾਂਦੇ ਸੀ ਅਤੇ ਬਾਹਰ ਜਾ ਕੇ ਪਤਾ ਲੱਗਾ ਤੁਹਾਡੇ ਵੱਡੇ ਹੋਏ ਸੋਝੀ ਲੱਗੀ ਕਿ ਹਾਂ ਯਾਰ ਇਹ ਪਰਿਵਾਰ ਸਾਡਾ ਇਹ ਹੈ ਸਾਡਾ ਇਹ ਹੈ ਤਾਂ ਤੁਹਾਨੂੰ ਰਿਲੈਕਸ ਹੋਇਆ ਸਾਡੀ ਲੈਗਸੀ ਦਾ। ਸਹੀ ਗੱਲ ਸਰ ਮੈਨੂੰ ਵੀ ਹੁਣੀ 5-7 ਸਾਲਾਂ ਤੋਂ ਹੀ ਰਿਲਾਈਜ਼ ਹੋ ਰਹੀ ਹੈ ਗੱਲ ਬਈ ਹਾਂ ਬਈ ਕੁਛ ਹੈਗਾ ਹਾਂ ਬਈ ਨਹੀਂ ਤਾਂ ਅਸੀਂ ਤਾਂ ਜਿਹੋ ਜਿਹੇ ਹਾਲਾਤਾਂ 'ਚ ਰਹੇ ਹਾਂ ਉਹ ਤਾਂ ਸਾਨੂੰ ਤਾਂ ਐਂ ਲੱਗਦਾ ਹੁੰਦਾ ਸੀ ਵੀ ਜਿਹੋ ਜੀ ਮਾਰੀ ਬਈ ਇਹਦੇ ਨਾਲ ਉਹ ਤਾਂ ਨਾ ਏ ਮਾਰਦੇ ਤਾਂ ਚੰਗੇ ਸੀ ਜੇ ਤੁਹਾਨੂੰ ਸਹੀ ਗੱਲ ਦੱਸੀਏ ਜਿਹੜੇ ਸਾਡੇ ਹਾਲਾਤ ਸੀ ਚਾਹੇ ਇਹ ਬੈਠਾ ਹੈ ਚਾਹੇ ਅੱਜ ਜੋ ਮਰਜ਼ੀ ਹੈ ਜੋ ਪਹਿਲਾਂ ਹਾਲਾਤ ਸੀ ਉਦੋਂ ਤਾਂ ਇਹ ਹੁੰਦਾ ਸੀ ਯਾਰ ਵੀ ਆਹ ਤਾਂ ਬੜਾ ਗਲਤ ਕੰਮ ਕੀਤਾ ਯਾਰ ਬਈ ਆਪਣੇ ਨਿਆਣੇ ਨਹੀਂ ਛੱਡਣੇ ਚਾਹੀਦੇ ਕਿਸੇ ਸਫ਼ਰ ਤਾਂ ਅਸੀਂ ਕੀਤਾ ਨਾ ਬਹੁਤ ਸਫ਼ਰ ਅਸੀਂ ਤਾਂ ਧਾਰ ਲਿਆ ਕੇ ਵੀ ਰੋਟੀ ਖਾਧੀ ਭੁੱਖੇ ਵੀ ਰਹੇ ਖਾਲਸੇ ਢਾਬੇ 5 ਫੇਸ ਕੇ ਪਿੱਛੇ ਵਾਲੇ ਮੁੰਡੇ ਲਿਆਂਦੇ ਸੀ ਧਾਰਮਾਂ ਦੇ ਧਾਰ ਵੀ ਰੋਟੀ ਲਿਆ ਲਿਆ ਬੜਾ ਕੁਛ ਦੇਖਿਆ ਜੀ ਬੜਾ ਕੁਛ ਦੇਖਿਆ ਅਸੀਂ ਤਾਂ ਹੁਣੀ ਐਵੇਂ ਤੁਹਾਨੂੰ ਕਹਾਂ ਮੈਂ ਵੀ ਹੁਣੀ ਆ 5-7 ਸਾਲਾਂ ਤੋਂ ਸਟੇਬਲ ਜਿਹਾ ਹੋਇਆ ਥੋੜ੍ਹਾ ਜਿਹਾ ਪਹਿਲਾਂ ਤਾਂ ਕੁਛ ਵੀ ਨਹੀਂ ਜੀ ਕੁਛ ਫਿਰ ਵੀਰ ਜੀ ਤੁਸੀਂ ਵੱਡੀ ਗੱਲ ਕਹੀ ਕਿ ਨਸ਼ੇ ਪੱਤੇ ਲੱਗ ਗਏ ਸੀ ਕਰਨ ਹਾਲਾਂਕਿ ਇਹ ਸਵਾਲ ਮੈਨੂੰ ਨਹੀਂ ਪਤਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਪਰ ਚਾਹੁੰਦੇ ਹਾਂ ਕਿ ਇੱਕ ਮੈਂ ਤਾਂ ਕੁੱਕੀ ਨਾ ਮੈਂ ਕਿਸੇ ਨਾਲ ਗੱਲ ਕੀਤੀ ਰਣਜੀਤ ਸਿੰਘ ਕੁੱਕੀ ਨਾਲ ਗੱਲ ਕੀਤੀ ਸੀ ਕਿਤੇ ਉਹ ਕਹਿੰਦਾ ਯਾਰ ਤੁਸੀਂ ਦੱਸੋ ਕਿ ਤੁਹਾਨੂੰ ਕਿਉਂ ਕੌਮ ਨੇ ਲਵਾਰਾ ਛੱਡਿਆ ਉਹਨੂੰ ਵੀ ਸ਼ਿਕਵਾ ਹੈ ਦਿਲ 'ਚ ਕਿ ਤੁਹਾਨੂੰ ਕੌਮ ਨੇ ਲਵਾਰਾ ਛੱਡਤਾ ਕਹਿੰਦਾ ਦੱਸ ਬਈ ਤੂੰ ਆਪਣਾ ਤੁਹਾਡਾ ਤਾਂ ਫਰਜ਼ ਬਣਦਾ ਸੀ ਕੌਮ ਤੁਹਾਨੂੰ ਸਾਂਭੇ ਫਿਰ ਵੀਰ ਜੀ ਤੁਸੀਂ ਫੋਰਨ ਦੇ ਵਿੱਚ ਰਹਿੰਦੇ ਹੋ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਪਣੇ ਪਰਿਵਾਰ ਸਮੇਤ ਤੁਸੀਂ ਉੱਥੇ ਰਹਿ ਰਹੇ ਹੋ ਫਿਰ ਫਾਦਰ ਸਾਹਿਬ ਦੀ ਕੁਰਬਾਨੀ ਬਾਰੇ ਪਤਾ ਹੋਣ ਤੋਂ ਬਾਅਦ ਤੁਸੀਂ ਵਾਪਸ ਮੁੜੇ ਕਿ ਨਹੀਂ ਮੇਰੇ ਪਿਤਾ ਨੇ ਕੌਮ ਦੇ ਲਈ ਐਡੀ ਵੱਡੀ ਕੁਰਬਾਨੀ ਕੀਤੀ ਮੈਂ ਪਤਾ ਕੀ ਹੋਇਆ ਪਹਿਲਾਂ ਤਾਂ ਮੇਰਾ ਕੀ ਹੋਇਆ ਮੈਂ ਇੱਥੋਂ ਨਿਕਲਿਆ ਫਿਲਮ ਨਸ਼ੇ ਛੱਡੇ ਅੱਛਾ ਨਸ਼ੇ ਛੱਡੇ ਫਿਰ ਹੋਸ਼ ਆਈ ਸਾਨੂੰ ਫਿਰ ਕਿ ਵੀ ਕੀ ਕਰਨਾ ਕੀ ਹੈ ਇੱਥੇ ਤੱਕ ਤਾਂ ਅਸੀਂ 2007-08 ਤਾਂ ਗਲ ਹੀ ਰਹੇ ਸੀ ਪੰਜਾਬ 'ਚ ਜਿੱਦਾਂ ਮੈਂ ਬਾਹਰ ਨਿਕਲਿਆ ਫਿਰ ਮੈਨੂੰ ਪਤਾ ਲੱਗਾ ਕਿ ਹਾਂ ਯਾਰ ਫਿਰ ਅਸੀਂ ਪਹਿਲਾਂ ਤਾਂ ਮੈਂ ਦਾੜੀ ਵੀ ਟ੍ਰਿਮ ਕਰ ਲੈਂਦਾ ਸੀਗਾ ਸਾਰਾ ਸਭ ਕੁਛ ਫਿਰ ਪਤਾ ਲੱਗਾ ਕਿ ਹਾਂ ਯਾਰ ਸਾਡੇ ਡੈਡੀ ਨੇ ਕੀ ਕੀਤਾ ਉਹਨਾਂ ਦੀ ਲੈਗਸੀ ਕੀ ਹੈ ਫਿਰ ਥੋੜ੍ਹੀ ਹੌਲੀ ਹੌਲੀ ਹੋਸ਼ ਕਰਕੇ ਚਲੋ ਇੱਥੇ ਤੱਕ ਪਹੁੰਚੇ ਹਾਂ ਜੀ ਚ ਹੁਣ ਭਾਈ ਬੇਅੰਤ ਸਿੰਘ ਜੀ ਬਾਰੇ ਦੁਬਾਰਾ ਜਾਣਦੇ ਹਾਂ ਭਾਈ ਬੇਅੰਤ ਸਿੰਘ ਜੀ ਨੇ ਵੱਡੀ ਸੇਵਾ ਕੀਤੀ ਉਸ ਕਸੂਰਵਾਰ ਨੂੰ ਸੋਧਿਆ ਗਿਆ ਜਿਹੜਾ ਉਹ ਸਾਰੀ ਕੌਮ ਦੀ ਨਿਗਾਹ ਦੇ ਵਿੱਚ ਕਸੂਰਵਾਰ ਸੀ ਸਿੱਖਾਂ ਦੇ ਤਖ਼ਤ ਨੂੰ ਉਟਾਇਆ ਕਾਫੀ ਲੋਕ ਇੱਦਾਂ ਦੇ ਵੀ ਕਹਿੰਦੇ ਨੇ ਕਿ ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਇੰਦਰਾ ਗਾਂਧੀ ਦੀ ਸਿਕਿਉਰਟੀ ਦੇ ਵਿੱਚ ਸੀ ਚਾਹੇ ਉਹ ਗਲਤ ਸੀ ਚਾਹੇ ਕੁਝ ਸੀ ਪਰ ਉਹਨੂੰ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੋਨਾਂ ਸੂਰਮਿਆਂ ਦੇ ਉੱਪਰ ਸੀ ਪਰ ਇਹਨਾਂ ਨੇ ਤਾਂ ਕਹਿੰਦੇ ਜੀ ਗਦਾਰੀ ਕੀਤੀ ਕਹਿੰਦੇ ਉਹ ਸੋਧ ਦਿੱਤੀ ਗਈ ਇੱਦਾਂ ਦੀਆਂ ਗੱਲਾਂ ਵੀ ਕਾਫੀ ਕਰਦੇ ਨੇ ਮੈਂ ਕਹਿੰਦਾ ਜੇ ਤੁਸੀਂ ਇਸ ਦਾ ਜਵਾਬ ਦਿਓ ਤਾਂ ਦੇਖੋ ਜਦੋਂ ਹੈ ਨਾ ਆਪਾਂ ਕੋਈ ਵੀ ਜਦੋਂ ਪੁਲਿਸ ਜੁਆਇਨ ਕੀਤੀ ਇਹਨਾਂ ਨੂੰ ਸਹੁੰ ਚੁਕਾਈ ਜਾਂਦੀ ਹੈ ਹੈ ਨਾ ਦੇਖੋ ਇੱਕ ਜਿਹੜਾ ਮੁਸਲਮਾਨ ਵੀਰ ਹੈ ਉਹ ਕੁਰਾਨ ਸ਼ਰੀਫ ਦੀ ਸਹੁੰ ਚੱਕ ਕੇ ਆਪਣੀ ਡਿਊਟੀ ਦੀ ਸਹੁੰ ਖਾਂਦਾ ਇੱਕ ਹਿੰਦੂ ਵੀਰ ਪਵਿੱਤਰ ਗੀਤਾ ਦੀ ਹੈ ਨਾ ਅਤੇ ਇੱਕ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾਂਦਾ ਕਿ ਹਾਂ ਮੈਂ ਆਪਣੀ ਡਿਊਟੀ ਲੋਇਲਟੀ ਨਾ ਕਰਾਂਗਾ ਮਗਰ ਜਦ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਹੈ ਨਾ ਅਗਨ ਭੇਂਟ ਕੀਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਗੋਲੀਆਂ ਮਾਰੀਆਂ ਗਈਆਂ ਉੱਥੇ ਟੈਂਕਾਂ ਦੇ ਗੋਲੇ ਵੱਜੇ ਹੈ ਨਾ ਉਹ ਕਿਤੇ ਹਰੇਕ ਥਾਂ ਵੱਜੇ ਇਹ ਤਾਂ ਨਹੀਂ ਇੱਕ ਥਾਂ ਕਿਤੇ ਵੀ ਹਰੇਕ ਥਾਂ ਵੱਜੇ ਗੋਲੀਆਂ ਉੱਥੇ ਸਭ ਕੁਛ ਹੋਇਆ ਅਤੇ ਜਦੋਂ ਸਾਡਾ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਸਾਡਾ ਸੁਰੱਖਿਅਤ ਸੇਫ ਅਤੇ ਫਿਰ ਡਿਊਟੀ ਤੋਂ ਕੀ ਕਰਾਉਣੇ ਅਸੀਂ ਡਿਊਟੀ ਅਸੀਂ ਉਹ ਕਰੀਏ ਪਹਿਲੀ ਗੱਲ ਇੰਦਰਾ ਗਾਂਧੀ ਨੂੰ ਚਾਹੀਦਾ ਸੀ ਕਿ ਉਹ ਇਮਾਨਦਾਰ ਰਹਿੰਦੀ ਸਿੱਖਾਂ ਨਾਲ ਜੋ ਉਹ ਇਮਾਨਦਾਰ ਰਹਿੰਦੀ ਸਿੱਖਾਂ ਨਾਲ ਤਾਂ ਸਿੱਖ ਵੀ ਉਹਨਾਂ ਇਮਾਨਦਾਰ ਰਹਿੰਦੇ ਪਹਿਲੀ ਗੱਦਾਰੀ ਇੰਦਰਾ ਗਾਂਧੀ ਨੇ ਕੀਤੀ ਸਿੱਖਾਂ ਨਾਲ ਐਕਚੁਅਲੀ ਨਾ ਜਿਹੜੀ ਦਿੱਲੀ ਦੀ ਸਰਕਾਰ ਹੈ ਇਹ ਸਿੱਖਾਂ ਪ੍ਰਤੀ ਕਦੀ ਵੀ ਇਮਾਨਦਾਰ ਨਹੀਂ ਹੈ ਹੋਈ ਕਿਉਂਕਿ ਜਦੋਂ ਅੰਗਰੇਜ਼ ਗਏ ਹੈ ਉਦੋਂ ਵੀ ਕਈ ਗੱਲਾਂ ਸੀਗੀਆਂ ਜਿਵੇਂ ਅੰਗਰੇਜ਼ ਗਏ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਕਿਹਾ ਇਹਨਾਂ ਨੂੰ ਨਹਿਰੂ ਨੂੰ ਭਾਈ ਬਈ ਦਵੋ ਆਜ਼ਾਦ ਕੀਤਾ ਦਵੋ ਹੁਣ ਸਾਨੂੰ ਆਪਣਾ ਅਤੇ ਕੋਈ ਕੋਈ ਪਹਿਲਾਂ ਗੱਲਾਂ ਹੋਈਆਂ ਸੀ ਨਾ ਬਈ ਅਸੀਂ ਸਾਰਾ ਕੁਛ ਕਰਾਂਗੇ ਫਿਰ ਨਹਿਰੂ ਨੇ ਉਹਨਾਂ ਨੂੰ ਕਿਹਾ ਵੀ ਤਬ ਬਾਤ ਔਰ ਥੀ ਅਬ ਬਾਤ ਔਰ ਹੈ ਮਤਲਬ ਇਹ ਇਹਨਾਂ ਨੇ ਸਿੱਖਾਂ ਨਾਲ ਸ਼ੁਰੂ ਤੋਂ ਹੀ ਧਰੋਹ ਕਮਾਇਆ ਹੈ ਸਿੰਘ ਸਾਹਿਬ ਆਖਰੀ ਸਵਾਲ ਭਾਈ ਬੇਅੰਤ ਸਿੰਘ ਜੀ ਦੀ ਵੱਡੀ ਕੁਰਬਾਨੀ ਕੌਮ ਦੇ ਵਿੱਚ ਵੱਡਾ ਰੁਤਬਾ ਇੱਕ ਸ਼ਬਦ ਦੇ ਵਿੱਚ ਵਾਰੀ ਵਾਰੀ ਮੈਂ ਦੋਨਾਂ ਨੂੰ ਪੁੱਛੂੰ ਇੱਕ ਸ਼ਬਦ ਦੇ ਵਿੱਚ ਭਾਈ ਬੇਅੰਤ ਸਿੰਘ ਨੂੰ ਡਿਫਾਈਨ ਕਰਨਾ ਹੋਵੇ ਮੈਨ ਆਫ ਪ੍ਰਿੰਸੀਪਲਸ
ਤੁਹਾਡੇ ਲਈ? ਬਸ ਉਹੀ ਜੀ ਜੋ ਕਹਿਤਾ ਇਹਨਾਂ ਨੇ, ਬਿਲਕੁਲ ਸਹੀ ਹੈ ਜੀ ਗੱਲ, ਸੁਣਨਾ ਦਾ ਪੱਕਾ ਆਦਮੀ, ਸੁਣਨਾ ਦਾ ਪੱਕਾ, ਬਿਲਕੁਲ ਬਿਲਕੁਲ। ਜਿੱਥੇ ਵੀ ਉਹਨਾਂ ਨੂੰ ਸੀਗਾ ਜਦੋਂ ਉਹਨਾਂ ਦਾ ਐਜ਼ ਅ ਸੰਨ ਦਾ ਫਰਜ਼ ਸੀ ਉਹਨੇ ਉੱਥੇ ਨਿਭਾਇਆ, ਐਜ਼ ਅ ਹੈ ਨਾ ਹਸਬੈਂਡ ਦਾ ਸੀ ਉੱਥੇ ਨਿਭਾਇਆ, ਬੱਚਿਆਂ ਦੇ ਨਿਭਾਇਆ, ਉਹ ਤਾਂ ਬੱਚਿਆਂ ਦੇ ਨਿਭਾ ਰਹੇ ਸੀ, ਉਹ ਤਾਂ ਬੱਚਿਆਂ ਦੇ ਨਿਭਾਉਣਾ ਸੀ, ਮਗਰ ਇਹ ਜਦੋਂ ਇਹ ਸਾਡੇ ਨਾਲ ਐਡਾ ਵੱਡਾ ਹੈ ਨਾ ਕੌਮ 'ਤੇ ਹਮਲਾ ਹੋਇਆ ਅਤੇ ਉਹਨੇ ਸਭ ਬਦਲਤਾ। ਬੀਬੀ ਬਿਮਲ ਕੌਰ ਖਾਲਸਾ, ਠੀਕ ਹੈ, ਇੱਕ ਸ਼ਬਦ? ਨਹੀਂ ਕੋਈ ਨਹੀਂ, ਇੱਕ ਸ਼ਬਦ ਤਾਂ ਕੁਛ ਨਹੀਂ, ਬਸ ਉਹ ਵੀ ਇੱਕ ਪੰਚੁਅਲ ਲੇਡੀ ਸੀਗੇ, ਆਪਣਾ ਸਾਰਾ ਠੀਕ ਸੀਗਾ ਉਹਨਾਂ ਨੂੰ, ਓਨੈਸਟ ਪੰਚੁਅਲ ਤੁਸੀਂ ਕਹਿ ਲਓ ਸਾਰਾ। ਮੇਰੇ ਯਾਦ ਹੈ, ਮੈਂ ਕਈ ਵਾਰੀ ਗੱਲਾਂ ਸੁਣਦਾ ਹੁੰਦਾ, ਇੱਕ ਵਾਰੀ ਸਮਰਾਲੇ ਬਹੁਤ ਵੱਡਾ ਮੁਕਾਬਲਾ ਹੋਇਆ ਅਤੇ ਮੁਸਤਫਾ ਨੇ ਸੀ, ਸੈਣੀ ਸੀ, ਸਾਰੀ ਸੀ, ਅਤੇ ਪੁਲਿਸ ਵਾਲੇ ਨੇ ਮੁੰਡੇ ਫੜ ਕੇ ਜਿਪਸੀ 'ਚ ਬਿਠਾ ਲਏ, ਅਤੇ ਮੈਂ ਕਈ ਵਾਰੀ ਬੰਦਿਆਂ ਦੀ ਸੁਣ ਲੈਂਦਾ, ਕਹਿੰਦਾ ਤੁਹਾਡੀ ਮਾਤਾ 'ਚ ਇੰਨੀ ਹਿੰਮਤ ਸੀ ਨਾ, ਕਹਿੰਦੀ ਉਹ ਮੁੰਡੇ ਬਾਂਹ ਤੋਂ ਫੜ ਕੇ ਜਿਪਸੀ 'ਚੋਂ ਥੱਲੇ ਤਾਰਤੇ ਸੀ, ਬਈ ਆ ਮੁੰਡਿਆਂ ਨੂੰ ਲੈ ਕੇ ਨਹੀਂ ਜਾਣਾ। ਹਾਂ, ਅਤੇ ਇੱਕ ਹੋਰ ਸਾਡੇ ਮੁਸਤਫਾ ਵਰਗਾ ਸੈਣੀ ਵਰਗੇ ਖੜੇ ਦੇਖਦੇ ਸੀ, ਗੋਲੀ ਜਦੋਂ ਬਾਂਹ ਹੱਥ 'ਚ ਉਹਨਾਂ ਨੇ ਹੱਥ 'ਚ ਹੱਥ ਪਾਏ ਹੋਏ ਸੀ ਅਤੇ ਗੋਲੀ ਚਲਾਤੀ ਸੀ, ਤਾਂ ਵੀ ਹਿੱਲੇ ਨਹੀਂ, ਉਹ ਐਂ ਖੜੇ ਰਹੇ ਹੱਥ 'ਚ ਹੱਥ ਪਾ ਕੇ, ਉਹਨਾਂ ਨੂੰ ਗੋਲੀ ਚਲਾ ਕੇ ਭੱਜ ਜਾਣਗੇ, ਮੈਂ ਭੱਜੇ ਨਹੀਂ ਉਹ। ਕਹਿੰਦੇ ਸਾਡੇ ਮਾਤਾ ਜੀ ਦੇ ਨਾਲ ਦੇ ਸੀ, ਦੱਸਦੇ ਜੀ ਐਂ ਸਾਡਾ ਹੱਥ ਹੱਥ ਪਾ ਲਿਆ ਐਵੇਂ ਅਤੇ ਖੜ ਗਏ, ਚਲਾਓ ਗੋਲੀਆਂ ਜਿੰਨੇ ਚਲਾਉਣੀਆਂ। ਅੱਛਾ, ਉਹ ਤਾਂ ਬਹੁਤ ਬਹੁਤ ਬਰੇਵ ਲੇਡੀ ਸੀ। ਪਹਿਲਾਂ ਜਦੋਂ ਕਿ ਅਸੀਂ ਪਹਿਲਾਂ ਦਾ ਜੀਵਨ ਦੇਖੀਏ ਕੁਛ ਹੋਰ ਸੀ, ਅਸੀਂ ਵੀ ਮੈਂ ਵੀ ਕਈ ਵਾਰੀ ਸੋਚਦਾ ਹੁੰਦਾ ਵੀ ਪਤਾ ਨਹੀਂ ਕਿੱਥੋਂ ਇੰਨੀ ਹਿੰਮਤ ਆ ਗਈ ਸੀ ਉਹਨਾਂ 'ਚ, ਪਹਿਲਾਂ ਦਾ ਜੀਵਨ ਕਿਵੇਂ ਦਾ ਬਾਅਦ 'ਚ। ਮੈਨੂੰ ਪਤਾ ਇਹ ਸਾਰੀ ਜਿਵੇਂ ਸ਼ਕਤੀ ਹੈ ਨਾ, ਭਗਤੀ ਨੇ ਸ਼ਕਤੀ, ਬਸ ਉਹ ਬਾਣੀ ਇੰਨੀ ਪੜ੍ਹਦੇ ਸੀ, ਪੜ੍ਹਦੇ ਸੀ। ਪਾਠ ਦਾ ਬਹੁਤ ਫਰਕ ਹੈ, ਬਾਣੀ ਨਾਲ ਬਹੁਤ ਬੰਦੇ ਨੂੰ ਕੌਨਫੀਡੈਂਸ, ਐਨਰਜੀ, ਪੋਜ਼ਿਟਿਵਿਟੀ ਸਾਰਾ ਕੁਛ ਹੀ ਬਾਣੀ ਤੋਂ ਮਿਲਦਾ, ਨੈਗੇਟਿਵਿਟੀ ਤਾਂ ਸੀ ਵੀ ਨਹੀਂ ਨਾ। ਆਖਰੀ ਸਵਾਲ ਆ ਭਾਈ ਬੇਅੰਤ ਸਿੰਘ ਜੀ, ਉਹਨੀ ਉਹਨਾਂ ਦਾ ਪਰਿਵਾਰ ਵੱਡਾ ਪਰਿਵਾਰ ਆ, ਉਹਨਾਂ ਦੇ ਅੱਗੇ ਤਿੰਨ ਬੱਚੇ ਭਾਈ ਬੇਅੰਤ ਸਿੰਘ ਜੀ ਨੇ ਕੁਰਬਾਨੀ ਕੀਤੀ ਆ, ਹੁਣ ਉਹਨਾਂ ਦੇ ਬੱਚਿਆਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਆ, ਉਹਨਾਂ ਦੇ ਭਾਈ ਬੇਅੰਤ ਸਿੰਘ ਦਾ ਅੱਗੇ ਅੰਸ਼ ਵੰਸ਼ ਕੌਣ ਕੌਣ ਆ? ਦਾਦਾ ਜੀ ਬਣ ਚੁੱਕੇ ਨੇ। ਅੱਛਾ, ਕਿੰਨੇ ਬੱਚੇ ਨੇ ਤੁਹਾਡੇ ਕੋਲ? ਮੇਰੇ ਕੋਲ ਇੱਕ ਬੇਟਾ ਹੈ। ਮੇਰੇ ਕੋਲ ਦੋ ਬੇਟੇ ਆ ਜੀ। ਮਤਲਬ ਭਾਈ ਬੇਅੰਤ ਸਿੰਘ ਜਿਹੜੇ ਨੇ ਦਾਦਾ ਜੀ ਬਣ ਚੁੱਕੇ ਆ ਜੀ, ਦਾਦਾ ਜੀ ਬਣ ਚੁੱਕੇ ਨੇ, ਅਕਾਲ ਪੁਰਖ ਦੀ ਮਿਹਰ ਹੈ। ਬਹੁਤ ਬਹੁਤ ਸ਼ੁਕਰੀਆ ਜੀ ਦੋਨੇ ਭਰਾਵਾਂ ਦਾ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਦੇ ਬਾਰੇ, ਉਹਨਾਂ ਦੇ ਪੁੱਤਰਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ। ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਕੌਮ ਦੇ ਵਿੱਚ ਮਹਾਨ ਥਾਂ ਰੱਖਦੀ ਆ, ਉਹਨਾਂ ਨੂੰ ਸਤਿਕਾਰ ਅਕਾਲ ਤਖਤ ਸਾਹਿਬ ਤੋਂ ਵੀ ਮਿਲਿਆ ਹੋਇਆ, ਸ਼ਹੀਦ ਦਾ ਖਿਤਾਬ ਉਹਨਾਂ ਨੂੰ ਦਿੱਤਾ ਹੋਇਆ। ਪਰ ਤਰਾਸਦੀ ਦੇਖੋ ਕਿ ਸਿੱਖ ਕੌਮ ਦੇ ਐਡੇ ਮਹਾਨ ਸੂਰਮੇ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਕਿ ਉਹਨਾਂ ਦੇ ਬੱਚਿਆਂ ਨੂੰ ਔਨ ਕੈਮਰਾ ਕਹਿਣਾ ਪੈ ਗਿਆ ਕਿ ਹਾਂ ਸਾਨੂੰ ਸਹੀ ਕਿਸੇ ਨੇ ਗਾਈਡ ਨਹੀਂ ਕੀਤਾ ਅਤੇ ਅਸੀਂ ਗਲਤ ਸੰਗਤ ਦੇ ਵਿੱਚ ਚਲੇ ਗਏ। ਜਦੋਂ ਪਿਤਾ ਦੀ ਕੁਰਬਾਨੀ ਦਾ ਅਹਿਸਾਸ ਇਹਨਾਂ ਨੂੰ ਹੁੰਦਾ ਤਾਂ ਇਹ ਫਿਰ ਆਪਣੇ ਕੌਮ ਦੇ ਵਿੱਚ ਕੌਮ ਪ੍ਰਤੀ ਉਸੇ ਤਰ੍ਹਾਂ ਦੇ ਨਾਲ ਕਾਰਜ ਕਰਦੇ ਨੇ। ਕਦੇ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਰਹਿਣ ਵਾਲੇ, ਕਾਂਗਰਸ ਦੀਆਂ ਨੀਤੀਆਂ ਦਾ ਸਮਰਥਨ ਕਰਨ ਵਾਲੇ ਭਾਈ ਬੇਅੰਤ ਸਿੰਘ ਕਿਸ ਤਰ੍ਹਾਂ ਦੇ ਨਾਲ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਦੇ ਲਈ ਇੰਦਰਾ ਗਾਂਧੀ ਨੂੰ ਮਾਰ ਦਿੰਦੇ ਨੇ, ਉਹਨਾਂ ਦੇ ਬੱਚਿਆਂ ਦੀ ਜਵਾਨੀ ਸੁਣਿਆ ਕਿ ਕਿਸ ਤਰ੍ਹਾਂ ਗੁਰੂ ਦਾ ਦਰਦ ਜਿਹੜਾ ਹੈ ਭਾਈ ਬੇਅੰਤ ਸਿੰਘ ਜੀ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੰਦਾ। ਪਰ ਤਰਾਸ਼ਦੀ ਆ ਕਿ ਹੋਰ ਯੋਧਿਆਂ ਦੇ ਪਰਿਵਾਰਾਂ ਦੀ ਤਰ੍ਹਾਂ ਸਾਡੀ ਕੌਮ ਨੇ ਇਹਨਾਂ ਦੇ ਪਰਿਵਾਰ ਦੀ ਵੀ ਸਾਂਭ ਸੰਭਾਲ ਨਹੀਂ ਕੀਤੀ ਜਦੋਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਕਿਉਂਕਿ ਮਾਤਾ ਬਿਮਲ ਕੌਰ ਵੀ ਸ਼ਹੀਦ ਹੋ ਚੁੱਕੇ ਸੀ, ਦੋਨੋਂ ਬੱਚੇ ਦੋਨੋਂ ਭਰਾ ਜਿਹੜੇ ਨੇ ਇਕੱਲੇ ਹੀ ਆਪਣੇ ਘਰ ਦੇ ਵਿੱਚ ਰਹਿੰਦੇ ਸੀ। ਇਹਨਾਂ ਦੇ ਨਾਲ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਰਾਹੀਂ ਰਾਏ ਜ਼ਰੂਰ ਦੱਸੋ। ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ, ਕਿਸੇ ਹੋਰ ਕੌਮੀ ਪਰਿਵਾਰ ਦੇ ਨਾਲ ਦੁਬਾਰਾ ਤੁਹਾਡੇ ਤੱਕ ਜਲਦੀ ਮਿਲਾਂਗੇ। ਕੈਮਰਾਮੈਨ ਸਾਥੀ ਗੁਰਪ੍ਰੀਤ ਦੇ ਨਾਲ ਸੰਸਾਰਦੇਵ ਸਿੰਘ, ਪੰਜਾਬ ਪ੍ਰਥਮ ਟੀਵੀ, ਮੋਹਾਲੀ।